गुड इवनिंग एवरी वन सारे ठीक ठाक हो जी क्लियर नहीं आ रही है बिल्कुल ही नहीं आ रही जी वॉइस गुड इवनिंग जी गुड इवनिंग एवरी वन ਸਰ ਪੀਡੀਐ ਸਾਰੀ ਆ ਚੁੱਕੀਆਂ ਐ ਇਵਨ ਜੋ ਜਿਹੜੀ 7ਵੇਂ ਲੈਕਚਰ ਦੀ ਪੀਡੀਐਫ ਐ ਇਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਆਪਾਂ ਦੇਤੀ ਤੇ ਕੁਝ ਐਵੇਂ ਦੇ ਨੋਟਸ ਨੇ ਜਦੋਂ ਤੁਸੀਂ ਲੈਕਚਰ 7 ਦੀ ਪੀਡੀਐਫ ਖੋਲੋਗੇ ਠੀਕ ਹੈ ਜੀ ਤਾਂ ਕੁਝ ਉਹਦੇ ਵਿੱਚ ਐਵੇਂ ਦੇ ਨੋਟਸ ਨੇ ਜਿਹੜੇ ਨੋਟਸ ਇੰਪੋਰਟੈਂਟ ਫੈਕਟਸ ਨੇ ਤੁਸੀਂ ਉਹ ਕਰਨੇ ਹੀ ਕਰਨੇ ਆ ਆਪਾਂ ਉਹਨਾਂ ਨੂੰ ਡਿਸਕਸ ਨਹੀਂ ਕਰਾਂਗੇ ਬਟ ਤੁਹਾਡੇ ਲਈ ਤੁਸੀਂ ਕਿ ਮੈਂ ਕੱਲ ਇੱਕ ਕਮਿਟਮੈਂਟ ਕਰੀ ਸੀਗੀ ਵੀ ਤੁਹਾਡੇ ਜਿਹੜੇ ਨੋਟਸ ਨੇ ਜਿਹੜੇ ਇੰਪੋਰਟੈਂਟ ਫੈਕਟਸ ਨੇ ਉਹ ਮੈਂ ਕੱਲ ਦੇ 7ਵੇਂ ਲੈਕਚਰ ਦੀ ਜਿਹੜੀ ਪੀਡੀਐਫ ਹੈ ਉਹਦੇ ਵਿੱਚ ਡਿਸਕ੍ਰਿਪਸ਼ਨ ਚ ਲਿੰਕ ਚ ਪਾ ਦੂੰਗਾ ਮੈਂ ਤੁਹਾਨੂੰ ਇਹ ਦੇਖੋ ਜੀ ਇੱਥੋਂ ਥੋੜੇ ਇੰਪੋਰਟੈਂਟ ਫੈਕਟਸ ਨੇ ਠੀਕ ਹੈ ਜੀ ਇਹ ਜਿਹੜੇ ਨੇ ਠੀਕ ਹੈ ਜੀ ਇਹ ਜਿਹੜੇ ਥੋੜੇ ਨੇ ਇੱਥੋਂ ਥੋੜੇ ਸਾਰੇ ਇੰਪੋਰਟੈਂਟ ਫੈਕਟਸ ਨੇ ਸਾਰੇ ਜਿਹਨੇ ਵੀ ਜਿੰਨੇ ਨੇ ਅੱਗੇ ਦੇਖੋ ਫਰਦਰ ਵਨ ਲਾਈਨ ਯਰ ਵੀ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਇਹ ਤੁਹਾਡੀਆਂ ਐਨੀਮਲ ਡਿਜ਼ੀਜ਼ਸ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਦੇਖੋ ਇੰਡੀਆ ਰੈਂਕਸ ਫਰਸਟ ਇਨ ਵਰਲਡ ਪ੍ਰੋਡਕਸ਼ਨ ਇਨ ਐਗਰੀਕਲਚਰ ਸੈਕਟਰ ਕਾਦੇ ਕਾਦੇ ਵਿੱਚ ਫਰਸਟ ਹੈ ਸੈਕੰਡ ਹੈ ਥਰਡ ਹੈ ਫੋਰਥ ਹੈ ਫਿਫਥ ਹੈ ਜੇ ਮੰਨ ਲਓ ਕੋਈ ਐਵੇਂ ਦੀ ਦਿੱਕਤ ਆਉਂਦੀ ਹੈ ਵੀ ਜਿਹੜਾ ਆਪਾਂ ਪੜ੍ਹਿਆ ਹੈ ਪਹਿਲਾਂ ਤੇ ਜਿਹੜੇ ਇਹ ਨੋਟਸ ਵਿੱਚ ਜੇ ਕੋਈ ਆਪਾਂ ਨੂੰ ਮਤਲਬ ਮਿਸਮੈਚ ਕਰਦੀ ਹੈ ਚੀਜ਼ ਜਿਹੜੇ ਆਪਾਂ ਚੀਜ਼ ਪੜਾਈ ਹੈ ਤੁਸੀਂ ਉਹੀ ਪ੍ਰਿਫਰ ਕਰਨੀ ਹੈ ਹੋ ਸਕਦਾ ਕੁਝ ਜਿਹੜਾ ਵਿੱਚ ਗਲਤੀ ਹੋਵੇ ਠੀਕ ਹੈ ਜੀ ਕਲੈਰੀਕਲ ਮਿਸਟੇਕ ਕਈ ਵਾਰ ਹੋ ਜਾਂਦੀ ਹੈ ਤਾਂ ਜਿਹੜੀ ਚੀਜ਼ ਆਪਾਂ ਪੜਾਈ ਹੋਈ ਹੈ ਤੁਸੀਂ ਉਹਦੇ ਉਹੀ ਸਹੀ ਮੰਨਣਾ ਹੈ ਕਲੀਅਰ ਹੈ ਜੇ ਇਹਨਾਂ ਵਿੱਚ ਜੇ ਆਪਣੇ ਪੜਾਏ ਹੋਏ ਵਿੱਚ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਇਹ ਦੇਖੋ ਜੀ ਇਹ ਵਨ ਲਾਈਨਰ ਨੇ ਸਾਰੀਆਂ ਟਰਮਸ ਨੇ एग्रीकल्चर वर्ल्ड वाटर शेड डे नैशनल साइंस डे वर्ल्ड फॉरस्ट्री डे वर्ल्ड वाटर डे वर्ल्ड अर्थ डे नैशनल इंटरनेशनल लेबर डे क्लीयर है जी इंडिया रैंक पोजिशन इन द वर्ल्ड सीरी सीरीकल्चर सिल्क के रिलेटिड है किंग ऑफ फ्लावर्स रोज होम ऑफ स्पाइसेस इंडिया किंग ऑफ नट्स आलमंड king of pulses gram queen of pulses peas queen of fruit lychee poor man apple guava ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਵਨ ਲਾਈਨਰ ਕੁਐਸਚਨ ਆ ਸਕਦੇ ਆ ਕੁਝ ਵੀ ਉਹ ਸਾਰਾ ਕੁਝ ਤੁਹਾਡਾ ਇੱਥੇ ਮੈਂਸ਼ਨ ਹੈ ਇੰਪੋਰਟੈਂਟ ਟਰਮਸ ਐਗਰੀਕਲਚਰ ਦੇ ਰਿਲੇਟਡ ਜੇ ਗੱਲ ਕਰੀ ਜਾਵੇ ਵੇਟੀਕਲਚਰ ਪੀਸੀ ਕਲਚਰ ਹਾਰਟੀਕਲਚਰ ਸਰੀ ਕਲਚਰ ਇਨ 올ਰੀ ਕਲਚਰ ਠੀਕ ਹੈ ਜੀ ਇਹ ਚੀਜ਼ਾਂ ਆਪਾਂ ਰੈਵੋਲੂਸ਼ਨਸ ਵਾਈਟ ਬਲੂ yellow blue yellow revolution ਠੀਕ ਹੈ ਜੀ ਪਿੰਕ ਰੈਵੋਲੂਸ਼ਨ ਬਲੈਕ ਰੈਵੋਲੂਸ਼ਨ ਬਰਾਊਨ ਗੋਲਡਨ ਇਹ ਦੇਖੋ ਜੀ ਤੁਹਾਡੇ ਪੁਆਇੰਟਸ ਟੂ ਰਿਮੈਂਬਰ ਸੋਇਲ ਦੇ ਰਿਲੇਟਡ ਕੁਝ ਪੁਆਇੰਟਸ ਨੇ ਜਿਹੜੇ ਯਾਦ ਰੱਖਣੇ ਨੇ ਤੁਸੀਂ ਠੀਕ ਹੈ ਜੀ ਟਾਪ ਪ੍ਰੋਡਿਊਸਿੰਗ ਸਟੇਟ ਕਿਹੜੀ ਚੀਜ਼ ਦੀ ਕਿਹੜੀ ਹੈ ਤਾਂ ਇਹ ਤੁਹਾਡੇ ਕੁਝ ਇੰਪੋਰਟੈਂਟ ਨੇ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਧਿਆਨ ਰੱਖਣਾ ਹੈ ਜੋ ਵੀ ਆਪਾਂ ਇਹ ਇਹ ਤੁਹਾਨੂੰ ਮੈਂ ਨੋਟਸ ਵਿੱਚ ਤੁਹਾਡੇ ਪ੍ਰੋਵਾਈਡ ਹੋ ਗਏ ਨੇ ਵਨ ਲਾਈਨ ਇਅਰ ਜਾਂ ਕੁਝ ਵੀ ਤੇ ਇਹਨਾਂ ਤੇ ਤੁਸੀਂ ਧਿਆਨ ਰੱਖਣਾ ਜੀ ਆਪਣਾ ਸਾਰਾ ਇਹਨਾਂ ਨੂੰ ਇੱਕ ਵਾਰ ਪੜਨਾ ਹੀ ਪੜਨਾ ਹੈ ਪੇਪਰ ਜਾਣ ਤੋਂ ਪਹਿਲਾਂ ਇਹ ਆਪਾਂ ਡਿਸਕਸ ਨਹੀਂ ਕਰਾਂਗੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਇਹ ਗੱਲ ਇਹਨਾਂ ਨੂੰ ਆਪਣੇ ਕੋਲ ਡਿਸਕਸ ਕਰਨ ਦਾ ਟਾਈਮ ਹੈ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਨੋ ਠੀਕ ਹੈ ਜੀ ਸਾਰਿਆਂ ਨੂੰ ਸਟਾਰਟ ਕਰੀਏ ਲੈਕਚਰ ਸਾਰਿਆਂ ਨੂੰ ਜੋ ਆਪਾਂ ਇਹ ਤੁਸੀਂ ਦੇਖ ਲਓਗੇ ਹਾਂਜੀ ਪਲੀਜ਼ एवरीवन ਸਾਰਿਆਂ ਲਈ ਸਹੀ ਹੈ ਇਹ ਇਹ ਚੀਜ਼ ਨੂੰ ਤੁਸੀਂ ਨੋਟਸਾਂ ਨੂੰ ਆਪਣਾ ਪੜ੍ਹ ਕੇ ਜਾਣਾ ਪੇਪਰ ਤੋਂ ਪਹਿਲਾਂ ਇਹ ਬਹੁਤ ਮਤਲਬ ਇਹਨਾਂ ਵਿੱਚੋਂ ਵੈਲਿਊਏਬਲ ਨੋਟਸ ਨੇ ਇਹਨਾਂ ਵਿੱਚੋਂ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ ਇੱਥੇ ਲਾਸਟ ਵਿੱਚ ਉਹ ਵੀ ਹੈਗੀਆਂ ਵੀ ਕਿਹੜਾ ਰਿਸਰਚ ਸੈਂਟਰ ਕਿੱਥੇ ਹੈ ਜਾਂ ਕੀ ਹੈ ਉਹ ਵੀ ਨੋਟਸ ਵਿੱਚੇ ਨੇ ਚਲੋ ਜੀ ਸਟਾਰਟ ਕਰਦੇ ਹਾਂ ਆਪਣਾ ਇੱਕ ਟਾਪਿਕ ਰਹਿੰਦਾ ਸੀਗਾ ਇਰੀਗੇਸ਼ਨ ਇਰੀਗੇਸ਼ਨ ਤੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਜੀ ਆਪਾਂ ਇਰੀਗੇਸ਼ਨ ਤੇ ਦੇਖੋ ਕੀ ਕੀ ਪੁਆਇੰਟ ਨੇ ਇੰਡੀਆ ਵਿਚ ਸ਼ੇਅਰ ਲਾਈਕ ਇੰਡੀਆ ਵਿਚ ਸ਼ੇਅਰ 70 ਪਰ 17 ਪਰਸੈਂਟ ਆਫ ਗਲੋਬਲ ਪੋਪੂਲੇਸ਼ਨ ਇੰਡੀਆ ਵਰਲਡ ਦੀ 17 ਪਰਸੈਂਟ ਗਲੋਬਲ ਪੋਪੂਲੇਸ਼ਨ ਆਪਾਂ ਐਗਰੀਕਲਚਰ ਦੇ ਰਿਲੇਟਡ ਡਾਟਾ ਦੇਖਣਾ ਹੈ ਪਾਣੀ ਦੇ ਰਿਲੇਟਡ ਠੀਕ ਹੈ ਜੀ 17 ਪਰਸੈਂਟ ਵਰਲਡ ਦੀ ਪੋਪੂਲੇਸ਼ਨ ਹੈ ਤੇ 2 ਪਰਸੈਂਟ ਲੈਂਡ ਹੈ ਅਪਰੋਕਸੀਮੇਟਲੀ 2 ਪਰਸੈਂਟ ਲੈਂਡ ਹੈ ਤੇ ਪਰ ਇੰਡੀਆ ਵਿੱਚ ਟੋਟਲ 4% ਆਫ ਵਾਟਰ ਰਿਸੋਰਸਸ ਐ ਟੋਟਲ ਵਾਟਰ ਰਿਸੋਰਸਸ ਕਿੰਨੇ ਆ ਜੀ 4% 4% ਤੁਹਾਡੇ ਹਰੇਕ ਲੈਕਚਰ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਉੱਥੇ ਤੁਹਾਨੂੰ ਸਾਰੀਆਂ ਪੀਡੀਐਫ ਅਵੇਲੇਬਲ ਨੇ ਜੀ ਐਗਰੀਕਲਚਰ ਸੈਕਟਰ ਅਲੋਨ ਕੰਜ਼ੂਮ 90% ਆਫ ਗਰਾਊਂਡ ਵਾਟਰ ਜਿਹੜਾ ਗਰਾਊਂਡ ਵਾਟਰ ਐ ਸਭ ਤੋਂ ਜ਼ਿਆਦਾ ਕੰਜ਼ੂਮ ਕਿਹੜਾ ਸੈਕਟਰ ਕਰਦਾ ਜੀ ਐਗਰੀਕਲਚਰ ਸੈਕਟਰ ਸੈਕੰਡ ਪੁਆਇੰਟ ਥਰਡ ਪੁਆਇੰਟ ਵੈਲ ਇਰੀਗੇਸ਼ਨ ਕੰਟਰੀਬਿਊਟ Well 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 हो हो, हो हो, वेल, वेल, वेल बाहट बाहट इरिगेशन वेल इरिगेशन वेल ਦਾ ਮਤਲਬ ਹੈ ਆਪਣੇ ਜਿਹੜੇ ਦੇਸੀ ਤਰੀਕੇ ਨੇ ਜਾਂ ਖੂਹਾਂ ਤੋਂ ਲੋਕ ਪਾਣੀ ਭਰਦੇ ਨੇ ਉਹ ਜਾਂ ਖੂਹਾਂ ਤੋਂ ਪਾਣੀ ਲਾਉਂਦੇ ਨੇ ਖੇਤਾਂ ਨੂੰ ਉਹ ਤੇ ਆਪਣੇ ਟਿਊਬਵੈਲ ਦੋਨਾਂ ਦੀ ਗੱਲ ਹੋ ਰਹੀ ਹੈ ਨੋਰਮਲ ਵੈਲ ਤੇ ਟਿਊਬਵੈਲ ਵੀ ਇਹ ਤੁਹਾਡਾ ਕਿੰਨਾ ਹੈ ਕੰਟਰੀਬਿਊਟ ਕਰਦੇ ਨੇ 62.62% ਇਨ ਟੋਟਲ ਇਰੀਗੇਟਿਡ ਏਰੀਆ ਠੀਕ ਹੈ ਜੀ ਇਨ ਟੋਟਲ ਇਰੀਗੇਟਿਡ ਏਰੀਆ ਤੇ ਕਨਾਲ ਇਰੀਗੇਸ਼ਨ ਨੈਰਾ ਨਾਲ ਕਿੰਨਾ ਲੱਗਦਾ ਜੀ 23.66% ਟੋਟਲ ਇਰੀਗੇਟਿਡ ਏਰੀਆ ਜਿਹੜਾ ਵੈਲ ਇਰੀਗੇਸ਼ਨ ਹੈ ਸਭ ਤੋਂ ਜ਼ਿਆਦਾ ਕਿੱਥੇ ਹੁੰਦਾ ਜੀ ਇਹ ਯੂਪੀ ਚ ਕਿੱਥੇ ਹੁੰਦੀ ਹੈ ਯੂਪੀ ਚ ਲਗਭਗ 80% ਦੇ ਨੇੜੇ ਚੜੇ ਤੇ ਪੰਜਾਬ ਚ ਹੁੰਦਾ ਹੈ ਸੈਕੰਡ ਨੰਬਰ ਤੇ ਲਗਭਗ 79% ਦੇ ਨੇੜੇ ਚੜੇ ਵੈਲ ਇਰੀਗੇਸ਼ਨ ਜੇ ਵੈਲ ਇਰੀਗੇਸ਼ਨ ਦੀ ਗੱਲ ਕਰੀ ਜਾਵੇ ਕਲੀਅਰ ਹੈ ਜੀ ਉਸ ਤੋਂ ਬਾਅਦ ਐਵਰੇਜ ਇਰੀਗੇਸ਼ਨ ਐਫੀਸ਼ੀਐਂਸੀ ਇਜ਼ ਆਬਜ਼ਰਵਡ ਐਟ 38% ਉਹਦੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਆਪਾਂ ਖੇਤਾਂ 'ਚ ਸਿੰਚਾਈ ਕਰਦੇ ਆਂ ਇਰੀਗੇਸ਼ਨ ਕਰਦੇ ਆਂ ਇਹਦੇ ਨਾਲ ਕੀ ਹੋ ਰਿਹਾ ਹੈ ਇਹਦੀ ਜਿਹੜੀ ਐਫੀਸ਼ੀਐਂਸੀ ਆ ਰਹੀ ਉਹ 38% ਆ ਰਹੀ ਹੈ ਮਤਲਬ ਵੀ ਜਿਹੜਾ ਆਪਾਂ ਜਿੰਨਾ ਕਿ ਖੇਤ ਨੂੰ ਪਾਣੀ ਲਾਉਨੇ ਆ ਸਿਰਫ 38% ਹੀ ਯੂਜ਼ੇਬਲ ਹੈ ਬਾਕੀ ਸਾਰਾ ਖਰਾਬ ਹੋ ਜਾਂਦਾ ਆਪਣਾ ਐਵੇਂ ਕੋਈ ਉਹਦਾ ਫਾਇਦਾ ਨਹੀਂ ਹੈ ਤੇ ਹੋਣੀ ਕਿੰਨੀ ਚਾਹੀਦੀ ਹੈ ਐਕਚੁਅਲੀ ਜੋ ਸਰਕਾਰ ਦਾ ਹੈਗਾ ਸਰਕਾਰ ਕਹਿੰਦੀ ਐਫੀਸ਼ੀਐਂਸੀ ਹੋਣੀ ਕਿੰਨੀ ਚਾਹੀਦੀ ਹੈ ਪਾਣੀ ਦੀ 70% ਪਰ ਐਕਚੁਅਲੀ ਐਫੀਸ਼ੀਐਂਸੀ ਹੈ ਪਾਣੀ ਦੀ ਐਫੀਸ਼ੀਐਂਸੀ ਕਿੰਨੀ ਹੈ ਜੀ 38% ਤੇ ਹੋਣੀ ਕਿੰਨੀ ਚਾਹੀਦੀ ਹੈ 70% ਇੰਡੀਆ ਦਾ ਟੋਟਲ ਏਰੀਆ ਅੰਡਰ ਇਰੀਗੇਟਿਡ 64.7 ਮਿਲੀਅਨ ਹੈਕਟੇਅਰ 64.7 ਮਿਲੀਅਨ ਹੈਕਟੇਅਰ ਤੇ ਪੰਜਾਬ ਦਾ ਕਿੰਨਾ ਹੈ ਜੀ 7. 442 ਮਿਲੀਅਨ ਹੈਕਟੇਅਰ ਪੰਜਾਬ ਦਾ ਵੀ ਤੁਹਾਨੂੰ ਸਿੱਧਾ ਪੁੱਛ ਸਕਦੇ ਆ ਇਹ ਕੋਈ ਐਵੇਂ ਮੈਂ ਫੇਰ ਇੱਕ ਵਾਰ ਗੱਲ ਕਰ ਰਿਹਾ ਜੋ ਵੀ ਡਾਟਾ ਤੁਹਾਨੂੰ ਪ੍ਰੋਵਾਈਡ ਹੋਊਗਾ ਉਹ ਆਥੈਂਟਿਕ ਡਾਟਾ ਹੈ ਕੋਈ ਐਵੇਂ ਨਹੀਂ ਵੀ ਕਿਤੋਂ ਵੀ ਕਿਸੇ ਸਾਈਟ ਤੋਂ ਚੱਕ ਲਿਆ ਗਵਰਨਮੈਂਟ ਸਾਈਟਸ ਤੋਂ ਹੀ ਡਾਟਾ ਲਿਆ ਹੋਇਆ ਸਾਰਾ ਕਲੀਅਰ ਹੈ ਜੀ ਪੰਜਾਬ ਦਾ ਜਿਹੜਾ ਗ੍ਰੋਸਰੀਗੇਟਡ ਏਰੀਆ ਉਹ ਕਿੰਨਾ ਹੈ 7.442 ਮਿਲੀਅਨ ਹੈਕਟੇਅਰ ਐਨਾ ਏਰੀਆ ਪੰਜਾਬ ਦਾ ਇਰੀਗੇਟਡ ਹੈ ਕਲੀਅਰ ਹੈ ਚੀਜ਼ ਜੇ ਆਪਾਂ ਲਾਈਏ ਇਹਨੂੰ ਮੋਟਾ ਜਿਹਾ ਅੰਦਾਜ਼ਾ ਲਾਈਏ ਤਾਂ ਇਹ ਲਗਭਗ 96% ਬਣ ਜਾਂਦਾ ਜੀ ਲਗਭਗ 96% ਏਰੀਆ ਜਿਹੜਾ ਪੰਜਾਬ ਦਾ ਉਹ ਇਰੀਗੇਟਡ ਹੈ ਮਤਲਬ ਉਹਨੂੰ ਪਾਣੀ ਲੱਗਦਾ ਕਲੀਅਰ ਹੈ ਸਾਰਿਆਂ ਨੂੰ ਇਹ ਫੈਕਚੁਅਲ ਡਿਟੇਲ ਕਲੀਅਰ ਹੈ ਜੀ ਇਰੀਗੇਸ਼ਨ ਬਾਰੇ ਵੈਸੇ ਜੇ ਕੋਈ ਕਵੈਸਚਨ ਆ ਜਵੇ ਵੀ ਟੈਂਕ ਇਰੀਗੇਸ਼ਨ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ ਟੀ ਤੇ ਟੈਂਕ ਤੇ ਟੀ ਤੇ ਆਨਸਰ ਕੀ ਹੈ ਤਾਮਿਲਨਾਡੂ ਤਾਮਿਲਨਾਡੂ ਵਿੱਚ ਹੁੰਦੀ ਹੈ ਜੀ ਟੈਂਕ ਇਰੀਗੇਸ਼ਨ ਟੈਂਕ ਇਰੀਗੇਸ਼ਨ ਹੁੰਦਾ ਕਿ ਜਿੱਥੇ ਪਾਣੀ ਆਪਾਂ ਜਿਗਣਾ ਪਿੰਡਾਂ ਚ ਟੋਬੇ ਵਗੈਰਾ ਹੁੰਨੇ ਆ ਉਹਨਾਂ ਨੂੰ ਟੈਂਕ ਇਰੀਗੇਸ਼ਨ ਵੀ ਕਹਿ ਸਕਦੇ ਹੋ ਹਾਂਜੀ ਕਲੀਅਰ ਹੈ ਅੱਗੇ ਚੱਲਾਂਗੇ ਨੈਕਸਟ ਸਲਾਈਡ ਤੇ ਇਹ ਡਾਟਾ ਕਲੀਅਰ ਹੈ ਸਾਰਿਆਂ ਨੂੰ ਦੇਖੋ ਹੋ ਸਕਦਾ ਹੈ ਤੁਹਾਡਾ ਇਸ ਤੋਂ ਬਾਅਦ 102 ਲੈਕਚਰ ਹੋਰ ਹੋਣ ਠੀਕ ਹੈ ਜੀ ਤੁਹਾਡਾ ਐਗਰੀਕਲਚਰ ਦਾ ਆਲਮੋਸਟ ਕੰਪਲੀਟ ਹੋ ਜਾਊਗਾ ਤੇ ਆਪਾਂ ਡਿਸਕਸ ਕਰਾਂਗੇ ਚਲੋ ਜੀ ਅੱਗੇ ਇਰੀਗੇਸ਼ਨ ਸਿਸਟਮ ਦੇਖੋ ਇਰੀਗੇਸ਼ਨ ਸਿਸਟਮ ਕੀ ਹੈ ਦੋ ਤਰ੍ਹਾਂ ਦਾ ਇਰੀਗੇਸ਼ਨ ਸਿਸਟਮ ਹੁੰਦਾ ਹੈ ਆਪਾਂ ਨੂੰ ਹਾਂਜੀ ਟਿਊਬਵੈਲ ਮੈਗਨਮ ਜੋ ਟਿਊਬਵੈਲ ਹੈ ਨਾ ਉਹ ਪੰਪ ਹੀ ਹੋ ਗਿਆ ਆਪਣਾ ਟਿਊਬਵੈਲ ਆਪਾਂ ਪੰਪ ਨੂੰ ਹੀ ਕਹਿੰਦੇ ਆ ਠੀਕ ਹੈ ਜੀ देयर आर ਟੂ ਟਾਈਪਸ ਆਫ ਇਰੀਗੇਸ਼ਨ ਸਿਸਟਮ ਗ੍ਰੈਵਿਟੀ ਫਲੋ ਔਰ ਸਰਫੇਸ ਇਰੀਗੇਸ਼ਨ ਗ੍ਰੈਵਿਟੀ ਫਲੋ ਔਰ ਸਰਫੇਸ ਇਰੀਗੇਸ਼ਨ ਦੂਜਾ ਕਿਹੜਾ ਹੈ ਪ੍ਰੈਸ਼ਰਾਈਜ਼ਡ ਇਰੀਗੇਸ਼ਨ ਪ੍ਰੈਸ਼ਰ ਮਤਲਬ ਜਿਹੜਾ ਕਿਸੇ ਪ੍ਰੈਸ਼ਰ ਦੇ ਜਿਵੇਂ ਆਪਾਂ ਇਹਨੂੰ ਸਬ ਸਰਫੇਸ ਇਰੀਗੇਸ਼ਨ ਵੀ ਕਹਿ ਸਕਦੇ ਆ ਸਬ ਸਰਫੇਸ ਜਾਂ ਸਬ ਸਰਫੇਸ ਦੀ ਜਗ੍ਹਾ ਇਹਨੂੰ ਮਾਈਕਰੋ ਇਰੀਗੇਸ਼ਨ ਵੀ ਕਹਿ ਸਕਦੇ ਆ ਮਾਈਕਰੋ ਮਾਈਕਰੋ ਚ ਕੀ ਹੁੰਦਾ ਜਿਵੇਂ ਤੁਸੀਂ ਦੇਖਿਆ ਹੋਣਾ ਕਈ ਕਈ ਜਗ੍ਹਾ ਡ੍ਰਿਪ ਇਰੀਗੇਸ਼ਨ ਦਾ ਸਿਸਟਮ ਚੱਲਦਾ ਹੈ ਡ੍ਰਿਪ ਇਰੀਗੇਸ਼ਨ ਬੂੰਦਾਂ girdੀਆਂ ਰਹਿੰਦੀਆਂ ਹੈ ਜਾਂ ਸਪ੍ਰਿੰਕਲ ਇਰੀਗੇਸ਼ਨ ਫੋਰਾ ਚੱਲਦਾ ਰਹਿੰਦਾ ਉਹ ਚੀਜ਼ਾਂ ਤੁਹਾਡੀਆਂ ਕੀ ਨੇ ਸਾਰੀਆਂ ਟੋੜਾ ਪ੍ਰੈਸ਼ਰਾਈਜ਼ਡ ਡਿਰੀਗੇਸ਼ਨ ਹੈ ਤੇ ਸਭ ਤੋਂ ਪਹਿਲਾਂ ਦੇਖੋ ਗ੍ਰੈਵਿਟੀ ਗ੍ਰੈਵਿਟੀ ਮਤਲਬ ਜਿਹੜਾ ਬਹਾਵ ਹੈ ਉਹ ਗ੍ਰੈਵਿਟੀ ਦੇ ਅਕੋਰਡਿੰਗ ਫਲੋ ਕਰਦਾ ਰਹਿੰਦਾ ਠੀਕ ਹੈ ਜੀ ਗ੍ਰੈਵਿਟੀ ਫਲੋ ਮਤਲਬ ਇਹਨੂੰ ਕੀ ਤੁਸੀਂ ਕਹਿ ਸਕਦੇ ਹੋ ਸਰਫੇਸ ਇਰੀਗੇਸ਼ਨ ਵੀ ਕਹਿ ਸਕਦੇ ਹੋ ਚਾਰ ਤਰੀਕੇ ਨਾਲ ਇਰੀਗੇਸ਼ਨ ਹੁੰਦੀ ਹੈ ਸਰਫੇਸ ਬਾਰਡਰ ਸਟ੍ਰਿਪ ਚੈੱਕ ਬੈਸਿਨ ਫੋਰ ਇਰੀਗੇਸ਼ਨ ਵਾਈਲਡ ਫਲੱਡਡ ਇਰੀਗੇਸ਼ਨ ਸਭ ਤੋਂ ਪਹਿਲਾਂ ਕੀ ਹੈ ਬਾਰਡਰ ਸਟ੍ਰਿਪ ਇਰੀਗੇਸ਼ਨ ਬਾਰਡਰ ਸਟ੍ਰਿਪ ਇਰੀਗੇਸ਼ਨ ਕੀ ਹੈ ਇਹ ਆਪਾਂ ਖੇਤ ਲੈ ਲਿਆ ਜੀ ਇੱਕ ਖੇਤ ਨੂੰ ਆਪਾਂ ਕੀ ਕਰਿਆ ਵੱਡੇ ਵੱਡੇ ਤਿੰਨ ਹਿੱਸਿਆਂ 'ਚ ਵੰਡਦਾ ਹੁਣ ਖੇਤ ਨੂੰ ਪਾਣੀ ਲੱਗਦਾ ਰਹਿਣਾ ਇਹ ਆਪਾਂ ਸਟ੍ਰਿਪ ਬਣਾਤੀ ਕਲੀਅਰ ਹੈ ਜੀ ਬਾਰਡਰ ਸਟ੍ਰਿਪ ਬਣਾਤੀ ਇਹਨੂੰ ਤੁਸੀਂ ਖੇਤ ਨੂੰ ਪਾਣੀ ਲੱਗਦਾ ਰਹਿਣਾ ਤੇ ਉਸ ਤੋਂ ਬਾਅਦ ਜਿਹੜਾ ਚੈੱਕ ਬੇਸਿਨ ਹੈ ਇਹ ਪਹਿਲਾ ਹੋ ਗਿਆ ਦੂਜਾ ਕੀ ਹੈ ਚੈੱਕ ਬੇਸਿਨ ਆ ਖੇਤ ਹੈ ਆਪਾਂ ਥੋੜੇ ਥੋੜੇ ਦੂਰ ਚੈੱਕ ਬਣਾਤੇ ਆਪਣੇ ਠੀਕ ਹੈ ਜੀ ਇਹਨੂੰ ਕੀ ਕਿਹਾ ਜਾਂਦਾ ਇਹਦੇ ਵਿੱਚ ਏਰੀਆ ਘਟ ਹੁੰਦਾ ਇਹਦੇ ਚ ਜ਼ਿਆਦਾ ਏਰੀਆ ਹੁੰਦਾ ਇਹਦੇ ਵਿੱਚ ਘੱਟ ਏਰੀਆ ਹੁੰਦਾ ਇਹਨੂੰ ਕੀ ਕਿਹਾ ਜਾਂਦਾ ਜੀ ਚੈੱਕ ਬੇਸਿਨ ਇਰੀਗੇਸ਼ਨ ਤੇ ਫਰੋ ਇਰੀਗੇਸ਼ਨ ਕੀ ਹੁੰਦਾ ਹੈ ਕਈ ਲੋਕਾਂ ਨੂੰ ਪਤਾ ਹੋਣਾ ਜਿਹੜਾ ਆਪਣਾ ਆਪਾਂ ਆਲੂ ਦੀ ਖੇਤੀ ਕਰਦੇ ਆਂ ਆਲੂ ਦੀ ਖੇਤੀ ਕਿਵੇਂ ਹੁੰਦੀ ਹੈ ਵੀ ਆਪਾਂ ਐਵੇਂ ਡੋਲਾ ਬਣਾ ਦਿੰਨੇ ਆ ਵਟਾ ਬਣਾ ਦਿੰਨੇ ਆ ਵਟਾਂ ਦੇ ਨਾਲ ਕੀ ਹੈ ਖਾਲੀ ਜਗ੍ਹਾ ਰਹਿੰਦੀ ਹੈ ਉਹਨੇ ਖਾਲੀ ਜਗ੍ਹਾ ਵਿੱਚ ਕੀ ਰਹਿੰਦਾ ਪਾਣੀ ਰਹਿੰਦਾ ਹੈ ਐਵੇਂ ਦੀ ਇਰੀਗੇਸ਼ਨ ਨੂੰ ਕਹਿੰਦੇ ਆ ਫਰੋ ਇਰੀਗੇਸ਼ਨ ਤੇ ਲਾਸਟ ਕੀ ਹੈ ਵਾਈਲਡ ਫਲਡਿੰਗ ਇਰੀਗੇਸ਼ਨ ਵਾਈਲਡ ਫਲਡਿੰਗ ਖੇਤ ਹੈ ਖੇਤ 'ਚ ਪਾਣੀ ਛੱਡਦਾ ਖੁੱਲਾ ਉਹ ਕੀ ਹੈ ਪਾਣੀ ਆਪਣੇ ਹਿਸਾਬ ਨਾਲ ਜਾਂਦਾ ਰਹਿਣਾ ਇੱਧਰ ਉੱਧਰ ਉਹ ਕੀ ਹੁੰਦਾ ਹੈ ਵਾਈਲਡ ਫਲਡਿੰਗ ਥੋੜਾ ਇਰੀਗੇਸ਼ਨ ਇਹ ਨਾਰਮਲੀ ਥੋੜਾ ਜਿਹੜੀਆਂ ਫੌਡਰ ਕ੍ਰੌਪਸ ਨੇ ਜਾਨਵਰਾਂ ਨੂੰ ਚਾਰਾ ਚੂਰਾ ਪਾਉਣੇ ਆ ਜਿਹੜੀਆਂ ਉਹ ਫਸਲਾਂ ਨੇ ਐਵੇਂ ਦਾ ਪਾਣੀ ਛੱਡਦੇ ਆ ਉਹਨੂੰ ਆਪਾਂ ਵਾਈਲਡ ਫਲਡਿੰਗ ਇਰੀਗੇਸ਼ਨ ਕਹਿੰਦੇ ਆ ਜੈਕਸਨ ਜਾਰਜ ਜੋ ਵੀ ਤੁਹਾਡਾ ਡਾਟਾ ਇਹਨੂੰ ਚੇਂਜ ਕਰ ਲਿਓ ਜੋ ਆਪਾਂ ਅੱਜ ਕਰ ਰਹੇ ਇਹ ਡਾਟਾ ਬਿਲਕੁਲ ਹੀ ਸਹੀ ਹੈ ਠੀਕ ਹੈ ਜੀ ਬਾਰਡਰ ਸਟ੍ਰਿਪ ਇਰੀਗੇਸ਼ਨ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਠੀਕ ਹੈ ਫੀਲਡ ਇਜ਼ ਡਿਵਾਈਡਿਡ ਇਨਟੂ ਅ ਨੰਬਰ ਆਫ ਲੌਂਗ ਪੈਰਲਲ ਸਟ੍ਰਿਪਸ ਲੰਬੀਆਂ ਪੈਰਲਲ ਸਟ੍ਰਿਪਸ ਬਣਾਈਆਂ ਜਾਂਦੀਆਂ ਜਿਨ੍ਹਾਂ ਨੂੰ ਬਾਰਡਰਸ ਕਹਿੰਦੇ ਆ ਠੀਕ ਹੈ ਜੀ ਕਿਤੇ ਖੇਤ ਨੂੰ ਪਾਣੀ ਲਾਇਆ ਜਾਂਦਾ ਹੈ ਇਹ ਜਿਹੜੇ ਦੀਸ ਬਾਰਡਰਸ ਆਰ 2 ਤੋਂ 10 ਮੀਟਰ ਵਾਈਡ ਹੋ ਸਕਦਾ ਮਤਲਬ ਤੁਸੀਂ ਆਪੇ ਸਾਬ ਲਾ ਲਓ ਵੀ ਇਹ ਘਟੋ ਘਟ 6 ਫੁੱਟ ਤੋਂ ਲੈ ਕੇ 30 ਫੁੱਟ ਦੇ ਨੇੜੇ ਤੇੜੇ ਮਤਲਬ ਇੰਨਾ ਚੜਾਈ ਹੋ ਸਕਦੀ ਹੈ ਇੱਕ ਦੀ ਇੱਕ ਕਿਯਾਰਾ ਕਹਦੇ ਨੇ ਅੰਦਰ ਵਿੱਚ ਆਪਾਂ ਕਹਿੰਦੇ ਨੇ ਵੀ ਵਟਾਵਾ ਨੇ ਕਿਯਾਰਾ ਵੰਡ ਦਨੇ ਤੇ ਚੈੱਕ ਬੇਸਿਨ ਦੇਖੋ ਇਹ ਡਾਇਗਰਾਮ ਤੋਂ ਤੁਸੀਂ ਸਮਝ ਗਏ ਹੋਣੇ ਆਪਾਂ ਥੋੜੀ ਥੋੜੀ ਦੂਰ ਆਪਾਂ ਕੀ ਬਣਾਤੇ ਆਪਣੀਆਂ ਡੌਲ ਵਟਾ ਬਣਾਤੀਆਂ ਇਹਨੂੰ ਆਪਾਂ ਚੈੱਕ ਬੇਸਿਨ ਕਹਿੰਦੇ ਆ ਚੈੱਕ ਬੇਸਿਨ ਇਰੀਗੇਸ਼ਨ ਨੈਕਸਟ ਆ ਦੇਖ ਲਓ ਜੇ ਤੁਹਾਨੂੰ ਲੱਗਦਾ ਸਮਝਾਉਣ ਦੀ ਲੋੜ ਹੈ ਤਾਂ ਮੈਂ ਸਮਝਾ ਦਿੰਦਾ ਇਹ ਜਨਰਲੀ ਵੀ ਸ਼ੇਪ ਜਾਂ ਯੂ ਸ਼ੇਪ ਹੁੰਦੀ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਸਮਝਾ ਦਿੰਦਾ ਇਹ ਜਿਹੜੀ ਖੇਤੀ ਇੱਥੇ ਤੁਹਾਨੂੰ ਦਿਖ ਰਹੀ ਹੈ ਇਹ ਆਲੂਆਂ ਦੀ ਖੇਤੀ ਹੈ ਪੋਟੈਟੋ ਦੀ ਕਲੀਅਰ ਹੈ ਇਹ ਚੀਜ਼ ਕਲੀਅਰ ਹੈ ਸਾਰਿਆਂ ਨੂੰ ਇਹਨੂੰ ਫਰੋ ਇਰੀਗੇਸ਼ਨ ਕਹਿੰਦੇ ਆ ਫਰੋ ਵਾਈਲਡ ਫਲਡਿੰਗ ਇਰੀਗੇਸ਼ਨ ਏ ਮੈਂ ਤੁਹਾਨੂੰ ਸਿੰਪਲ ਸਮਝਾਇਆ વોટર ਇਜ਼ ਅਪਲਾਈਡ ਫ্রম ਦਾ ਫੀਲਡ ਚੈਨਲ ਵਿਦਾਊਟ ਅ ਰिज ਟੂ ਗਾਈਡ ਇਟਸ ਫਲੋ অর ਕੰਟਰੋਲ ਆਪਾਂ ਗਾਈਡ ਨਹੀਂ ਕਰਨਾ ਪਾਣੀ ਜਿੱਧਰ ਮਰਜ਼ੀ ਨੂੰ ਜਾਂਦਾ ਰਹੇ ਕੋਈ ਆਪਾਂ ਉਹਨੂੰ ਰੋਕਣਾ ਨਹੀਂ ਇਹਨੂੰ ਕੀ ਕਿਹਾ ਜਾਂਦਾ ਹੈ ਵਾਈਲਡ ਫਲੱਡਡ ਇਰੀਗੇਸ਼ਨ ਜਾਂ ਵਾਈਲਡ ਫਲਡਿੰਗ ਇਰੀਗੇਸ਼ਨ ਕਲੀਅਰ ਹੈ ਜੀ ਤੁਹਾਨੂੰ ਐਗਜ਼ਾਮੀਨਰ ਪੁੱਛ ਸਕਦਾ ਵੀ ਦੱਸੋ ਜੀ ਇਹਨਾਂ ਵਿੱਚੋਂ ਕਿਹੜਾ ਸਰਫੇਸ ਇਰੀਗੇਸ਼ਨ ਦੀ ਐਗਜ਼ਾਮਪਲ ਨਹੀਂ ਹੈਗਾ ਚਾਰ ਤਰੀਕੇ ਨਾਲ ਕਰੀ ਜਾਂਦੀ ਹੈ ਠੀਕ ਹੈ ਜੀ ਕਿਹੜੇ-ਕਿਹੜੇ ਤਰੀਕੇ ਨੇ ਉਹ ਇੱਕ ਵਾਰ ਦੁਬਾਰਾ ਦੇਖੋ ਬਾਰਡਰ ਸਟੇਪ ਇਰੀਗੇਸ਼ਨ ਚੈੱਕ ਬੇਸਿਨ ਇਰੀਗੇਸ਼ਨ ਫੋਰੋ ਇਰੀਗੇਸ਼ਨ ਤੇ ਫਾਈਨਲੀ ਵਾਈਲਡ ਫਲਡਿੰਗ ਇਰੀਗੇਸ਼ਨ ਇਹ ਚਾਰੋਂ ਤਰੀਕੇ ਕੀ ਨੇ ਸਰਫੇਸ ਇਰੀਗੇਸ਼ਨ ਦੇ ਤਰੀਕੇ ਨੇ ਸਰਫੇਸ ਇਰੀਗੇਸ਼ਨ ਅਗੇ ਪ੍ਰੈਸ਼ਰਾਈਜ਼ਡ ਇਰੀਗੇਸ਼ਨ ਪ੍ਰੈਸ਼ਰਾਈਜ਼ਡ ਇਰੀਗੇਸ਼ਨ ਦੋ ਤਰੀਕੇ ਨਾਲ ਹੋ ਸਕਦੀ ਹੈ ਜਾਂ ਤਾਂ ਡ੍ਰਿਪ ਹੋ ਸਕਦੀ ਹੈ ਤੇ ਜਾਂ ਫਿਰ ਸਪ੍ਰਿੰਕਲਰ ਠੀਕ ਹੈ ਜੀ ਡ੍ਰਿਪ ਜਾਂ ਫਿਰ ਸਪ੍ਰਿੰਕਲਰ ਡ੍ਰਿਪ ਮਤਲਬ ਬੂੰਦਾਂ ਜੀਆਂ ਕਰਦੀਆਂ ਤੇ ਸਪ੍ਰਿੰਕਲਰ ਦਾ ਮਤਲਬ ਕੀ ਹੈ ਫੁਹਾਰਾ ਚੱਲਦਾ ਦੇਖੋ ਗੱਲ ਕੀ ਹੈ ਆਪਾਂ ਨੂੰ ਜਦੋਂ ਪਤਾ ਲੱਗਿਆ ਵੀ ਆਪਣੀ ਜਿਹੜੀ ਪਾਣੀ ਦੀ ਐਫੀਸ਼ੀਐਂਸੀ ਉਹ ਇੰਨੀ ਘਟਦੀ ਜਾ ਰਹੀ ਹੈ ਤਾਂ ਸਰਕਾਰ ਨੂੰ 2015 ਵਿੱਚ 2015 ਵਿੱਚ ਸਰਕਾਰ ਨੇ ਇੱਕ ਇਨੀਸ਼ੀਏਟਿਵ ਲਿਆ ਕਿਹੜੀ ਸਕੀਮ ਲਾਂਚ ਕਰੀ ਹੈ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਸਰਕਾਰ ਨੇ ਇਸ ਸਕੀਮ ਦੇ ਅੰਦਰ ਇੱਕ ਚੀਜ਼ ਆਪਣਾ ਸਲੋਗਨ ਦਿੱਤਾ ਪਰ ਡ੍ਰੌਪ ਮੋਰ ਕ੍ਰੌਪ ਪਰ ਡ੍ਰੌਪ ਮੋਰ ਕ੍ਰੌਪ ਮਤਲਬ ਸਮਝ ਗਏ ਹੋਣੇ ਤੁਸੀਂ ਬਹੁਤ ਘੱਟ ਪਾਣੀ ਤੇ ਬਹੁਤ ਜ਼ਿਆਦਾ ਫਸਲ ਇਹ ਕਿਵੇਂ ਪੋਸੀਬਲ ਹੈ ਜੇ ਤੁਪਾਂ ਕਿਹੜੀ ਖੇਤੀ ਕਰਾਂਗੇ ਜੇ ਆਪਾਂ ਮਾਈਕਰੋ ਇਰੀਗੇਸ਼ਨ ਦੇ ਥਰੂ ਖੇਤੀ ਕਰਾਂਗੇ ਜਿਹਦੇ ਅੰਦਰ ਡ੍ਰਿਪ ਇਰੀਗੇਸ਼ਨ ਤੇ ਸਪ੍ਰਿੰਕਲ ਇਰੀਗੇਸ਼ਨ ਚਾਹੀਆਂ ਚੀਜ਼ਾਂ ਹੋ ਸਕਦੀਆਂ ਹੁਣ ਦੇਖੋ ਜੀ ਮਾਈਕਰੋ ਇਰੀਗੇਸ਼ਨ ਸਿਸਟਮ ਜਿਹੜਾ ਹੈਗਾ ਕੈਨ ਬੀ ਬ੍ਰੌਡਲੀ ਕਲਾਸੀਫਾਈਡ ਇਨਟੂ 2 ਕੈਟਾਗਰੀਜ਼ ਯਾ ਤਾਂ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਤੇ ਦੂਜਾ ਕਿਹੜਾ ਹੈ ਸਪ੍ਰਿੰਕਲ ਇਰੀਗੇਸ਼ਨ ਸਿਸਟਮ ਕਲੀਅਰ ਹੈ ਹਾਂਜੀ ਜੇ ਆਪਾਂ ਸਹੀ ਕਹਿ ਰਹੇ ਇੱਕ ਬੱਚੇ ਨੇ ਕਿਸੇ ਨੇ ਲਿਖਿਆ ਵਿੱਚ ਰੋਹਿਤ ਨਾਰੰਗ ਨੇ ਠੀਕ ਹੈ ਜੀ ਮੋਸਟ ਐਫੀਸ਼ੀਐਂਟ ਜਿਹੜਾ ਹੈ ਜੇ ਇਹਨਾਂ ਦੋਹਾਂ ਚੋਂ ਵੀ ਮੋਸਟ ਐਫੀਸ਼ੀਐਂਟ ਪੁੱਛਿਆ ਜਾਵੇ ਤਾਂ ਡ੍ਰਿਪ ਹੈ ਕਿਉਂਕਿ ਸਪ੍ਰਿੰਕਲਰ ਵਿੱਚ ਵੀ ਵੇਸਟੇਜ ਹੋ ਜਾਂਦੀ ਹੈ ਡ੍ਰਿਪ ਸਭ ਤੋਂ ਜ਼ਿਆਦਾ ਐਫੀਸ਼ੀਐਂਟ ਤਰੀਕਾ ਹੈ ਇਰੀਗੇਸ਼ਨ ਦਾ ਡ੍ਰਿਪ ਇਰੀਗੇਸ਼ਨ ਇਹਨੂੰ ਹੋਰ ਕੀ ਨਾਮ ਦਿੱਤਾ ਗਿਆ ਟ੍ਰਿਕਲ ਇਰੀਗੇਸ਼ਨ ਸਿਸਟਮ ਟ੍ਰਿਕਲ ਇਰੀਗੇਸ਼ਨ ਸਿਸਟਮ ਠੀਕ ਹੈ ਜੀ ਟ੍ਰਿਕਲ ਇਰੀਗੇਸ਼ਨ ਸਿਸਟਮ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਦੇਖੋ ਟਾਈਪਸ ਆਫ ਡ੍ਰਿਪ ਇਰੀਗੇਸ਼ਨ ਸਿਸਟਮ किड़िया केड़िया ने सरफेस ड्रिप इरीगे सब सरफेस ड्रिप इरीगे फैमिली ड्रिप ऑनलाइन ड्रिप तो इनलाइन ड्रिप फर्क कुछ नहीं है तुम्हें तो एक चीज़ समझा देना जिमें सरफेस ड्रिप इरीगेन है, है? आप यहाँ खेत है थोड़ा जापर ही पैप बिछाए हुए हैं इतने बूटे ने ठीक है जी आप उपर ही पैप बिछाए ने? ने? ने सर्फेस के उपर जिन्होंने निकल रहा थोड़ा थोड़ा यफेस जे अपा ਮਿੱਟੀ ਦੇ ਥੱਲੇ ਪਾਈਪ ਦੱਬੇ ਹੋਏ ਨੇ ਤਾਂ ਸਬਸਰਫੇਸ ਰੀ ਡ੍ਰਿਪ ਇਰੀਗੇਸ਼ਨ ਜਿਨ੍ਹਾਂ ਜੋ ਬੂੰਦਾ ਨਿਕਲਦੀਆਂ ਫੈਮਿਲੀ ਡ੍ਰਿਪ ਕੀ ਹੋ ਗਿਆ ਜਿਹੜੇ ਆਪਣਾ ਘਰਾਂ ਵਿੱਚ ਜਿਹੜੇ ਲਾਉਨ ਹੁੰਦੇ ਆ ਨਾ ਲਾਉਨ ਵਗੈਰਾ ਉਹਨਾਂ ਵਿੱਚ ਆਪਾਂ ਪਾਈਪ ਦੱਬੇ ਹੁੰਦੇ ਨੇ ਇੱਥੇ ਉਹਨਾਂ ਨੂੰ ਕੀ ਕਿਹਾ ਜਾਂਦਾ ਫੈਮਿਲੀ ਡ੍ਰਿਪ ਤੇ ਆਨਲਾਈਨ ਡ੍ਰਿਪ ਕੀ ਹੁੰਦਾ ਜਿਵੇਂ ਇਹ ਪਾਈਪ ਚੱਲ ਰਹੀ ਹੈ ਠੀਕ ਹੈ ਜੀ ਇਹ ਪਾਈਪ ਦੇ ਉੱਤੇ ਇੱਥੇ ਤੁਸੀਂ ਡ੍ਰਿਪ ਲਾਈ ਹੋਈ ਹੈ ਜਿਹਦੇ ਚੋਂ ਪਾਣੀ गिर ਰਿਹਾ ਹੈ ਹਰ ਵਾਰ ਇਹਨੂੰ ਤੁਸੀਂ ਡ੍ਰਿਪ ਨੂੰ ਕਿਤੇ ਇੱਧਰ ਵੀ ਲੈ ਕੇ ਜਾ ਸਕਦੇ ਹੋ ਤੇ ਡ੍ਰਿਪ ਨੂੰ ਇੱਧਰ ਵੀ ਲੈ ਕੇ ਜਾ ਸਕਦੇ ਹੋ ਚੇਂਜ ਕਰਿਆ ਜਾ ਸਕਦਾ ठीक है जी वन लाइन ड्रिप की है भी एक लाइन च ही प्रॉपर डिस्टेंस तो बाद जो इथे लगी है था, तो वो बाद प्रोपर एक लाइन में लाइया है वो आप होंगी है इन लाइन ड्रिप इरीगे समझ लग गए जी पंजे तीन जो खेती कानून ने अपनी नैक्सट क्लास उन्होंने बारे डिस्कस करेंगे जी ਸਾਰਾ ਕੁਝ ਗੱਲ ਕਰਾਂਗੇ ਪ੍ਰੋਟੈਸਟ ਕਿਉਂ ਹੋ ਰਿਹਾ ਕਾਰਨ ਕੀ ਨੇ ਜੇ ਉਹਨਾਂ ਵਿੱਚ ਕੁਝ ਗਲਤ ਚੀਜ਼ਾਂ ਨੇ ਤਾਂ ਕੁਝ ਉਹਨਾਂ ਚੋਂ ਚੰਗੀਆਂ ਚੀਜ਼ਾਂ ਕੀ ਨੇ ਉਹਨਾਂ ਬਾਰੇ ਵੀ ਕੁਝ ਦੇਖਾਂਗੇ ਐਵੇਂ ਨਹੀਂ ਵੀ ਸਾਰਾ ਆਪਾਂ 네ਗੇਟਿਵ ਹੀ ਦੇਖ ਲੈਣਾ ਕੁਝ ਪੋਜ਼ਿਟਿਵ ਵੀ ਦੇਖਾਂਗੇ ਤੇ ਜ਼ਿਆਦਾ 네ਗੇਟਿਵ ਜਿਹੜੀਆਂ ਚੀਜ਼ਾਂ ਨੇ ਉਹ ਵੀ ਦੇਖਾਂਗੇ ਸਪ੍ਰਿੰਕਲ ਇਰੀਗੇਸ਼ਨ ਤੁਸੀਂ ਸਿਰਫ ਨਾ ਯਾਰ ਐਗਜ਼ਾਮੀਨਰ ਤੁਹਾਨੂੰ ਇਹਨਾਂ ਡਿਟੇਲ ਚ ਮੇਰੇ ਹਿਸਾਬ ਨਾਲ ਨਹੀਂ ਪੁੱਛਣ ਲੱਗਿਆ ਸਿਰਫ ਯਾਦ ਰੱਖਿਓ ਸਪ੍ਰਿੰਕਲ ਮਤਲਬ ਹੁੰਦਾ ਫੁਆਰਾ ਵਗੈਰਾ ਤਾਂ ਇਹਦੀਆਂ ਇਹ ਵੀ ਅਲੱਗ-ਅਲੱਗ ਤਰ੍ਹਾਂ ਦਾ ਜਿਵੇਂ ਇੱਕ ਸੈਂਟਰ ਪਾਈਵਟ ਟਾਵਰ ਵੈਲ ਪਾਈਵ ਰੇਨ ਗਨ ਇੰਪੈਕਟ ਸਪ੍ਰਿੰਕਲ ਪੌਪ ਅਪ ਸਪ੍ਰਿੰਕਲਰ ਲਾਈਨੀਅਰ ਮੂਵ ਸਪ੍ਰਿੰਕਲਰ ਠੀਕ ਹੈ ਜੀ ਕੁਝ ਨਹੀਂ ਹੈਗਾ ਜਿਵੇਂ ਸੈਂਟਰਲ ਪਾਈਵਟ ਹੈ ਇੱਕ ਠੀਕ ਹੈ ਜੀ ਇੱਕ ਆਪਣਾ ਖੇਤ ਦੇ ਸੈਂਟਰ ਵਿੱਚ ਆਪਾਂ ਇੱਕ ਖੜਾ ਕਰ ਦੇਣਾ ਜਿਹਦੇ ਟਾਇਰ ਵਗੈਰਾ ਹੁੰਨੇ ਇੱਕ ਉਹਨੂੰ ਸੈਂਟਰ 'ਚ ਖੜਾ ਕਰ ਦੇਣਾ ਤੇ ਉਹ ਇੱਕ ਆਪਣਾ ਫੁਹਾਰਾ ਜਿਹਾ ਚੱਲਦਾ ਤੇ ਸਾਰੇ ਖੇਤ ਨੂੰ ਪਾਣੀ ਲੱਗ ਜਾਂਦਾ ਤੇ ਜਿਹੜਾ ਟੋਬੇਬਲ ਹੈ ਇਹਨੂੰ ਕੀ ਹੈ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਪੈਂਦਾ ਮਤਲਬ ਇਹਨੂੰ ਟਰੈਕਟਰ ਦੇ ਨਾਲ ਆਪਾਂ ਪਾ ਲੈਨੇ ਟੋਬੇਬਲ ਹੈ ਟੋਕ ਰਿਹਾ ਜਾਂਦਾ ਤਾ ਅੱਗੇ-ਅੱਗੇ ਖੇਤ ਚ ਲੈ ਜਾਂਦੇ ਰਹਿੰਨੇ ਆ ਤੇ ਆਪਣਾ ਕੀ ਲੱਗਦਾ ਰਹਿੰਦਾ ਖੇਤ ਨੂੰ ਪਾਣੀ ਲੱਗਦਾ ਰਹਿੰਦਾ ਹੁਣ ਚੱਲਣੇ ਫੁਆਰੇ ਹੀ ਨੇ ਕਲੀਅਰ ਹੈ ਸਾਰਿਆਂ ਨੂੰ ਨਹੀਂ ਨਹੀਂ ਸੁਖਮਨਪ੍ਰੀਤ ਸਿੰਘ ਜਿਹੜਾ ਫਾਰਮ ਬਿਲਜ਼ ਦਾ ਟੌਪਿਕ ਹੈ ਨਾ ਉਹ ਦਿੱਕਤ ਕੀ ਹੈ ਆਪਾਂ ਫਾਰਮ ਬਿਲਜ ਨੂੰ ਡਿਸਕਸ ਨਹੀਂ ਕਰਨਾ ਤੁਹਾਨੂੰ ਐਗਜ਼ਾਮੀਨਰ ਇਹ ਨਹੀਂ ਪੁੱਛਣ ਲੱਗਿਆ ਵੀ ਇਹ ਸਹੀ ਹੈ ਇਹ ਗਲਤ ਹੈ ਤੁਹਾਨੂੰ ਐਗਜ਼ਾਮੀਨਰ ਕੀ ਪੁੱਛਣ ਲੱਗਿਆ ਵੀ ਉਹਦੇ ਵਿੱਚ ਜਿਹੜੀ ਐਮਐਸਪੀ ਚੀਜ਼ ਆ ਉਹ ਕਦੋਂ ਆਈ ਸੀਗੀ ਏਪੀਐਮਸੀ ਐਕਟ ਕਦੋਂ ਆਇਆ ਹੈ ਅਸੈਂਸ਼ੀਅਲ ਕਾਮੋਡਿਟੀ ਐਕਟ ਕਦੋਂ ਆਇਆ ਹੈ ਕੰਟਰੈਕਟ ਫਾਰਮਿੰਗ ਚੀਜ਼ ਕੀ ਹੁੰਦੀ ਹੈ ਇਹ ਐਵੇਂ ਦੇ ਤੁਹਾਨੂੰ ਚੀਜ਼ਾਂ ਪੁੱਛ ਸਕਦਾ ਹੋ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਆਪਾਂ ਇਹ ਨਹੀਂ ਡਿਸਕਸ ਕਰਨਾ ਵੀ ਇਹ ਗਲਤ ਨੇ ਜਾਂ ਚੰਗੇ ਨੇ ਠੀਕ ਹੈ ਜੀ ਅੱਗੇ ਦੇਖੋ ਜੀ ਅੱਗੇ ਕੱਲ ਕਿਸੇ ਨੇ ਗੱਲ ਕਰੀ ਸੀਗੀ ਸਰ ਇਨਸੈਕਟ ਪੈਸਟ ਤੇ ਡਿਜ਼ੀਜ਼ਜ਼ ਬਾਰੇ ਗੱਲ ਕਰਨੀ ਹੈ ਉਹ ਸਾਡਾ ਮੇਨ ਉਹ ਵੀ ਇੱਕ ਇੰਪੋਰਟੈਂਟ ਟਾਪਿਕ ਹੈ ਠੀਕ ਹੈ ਜੀ ਉਹ ਤੁਹਾਡਾ ਕੀ ਹੈ ਇਨਸੈਕਟ ਪੈਸਟ ਐਂਡ ਡਿਜ਼ੀਜ਼ਜ਼ ਐਂਡ ਵੀਡ ਮੈਨੇਜਮੈਂਟ ਸਭ ਇੱਕ ਉਸ ਇੰਟਰੋਡਕਸ਼ਨ ਦਿੱਤੀ ਵੀ ਇਨਸੈਕਟ ਹੁੰਨੇ ਕੀ ਆ ਆਪਾਂ ਸਾਰਿਆਂ ਨੂੰ ਪਤਾ ਹੈ ਕੀ ਚੀਜ਼ਾਂ ਨੇ ਇਹ ਇੱਕ ਦੋ ਸਲਾਈਡਾਂ ਤੁਹਾਡੀਆਂ ਡਿਸਕਸ਼ਨ ਜੇ ਆਪਾਂ ਨੂੰ ਕਰਨ ਦੀ ਲੋੜ ਹੈ ਨਹੀਂ ਇਨਸੈਕਟ ਪੈਸਟ ਹੁੰਨੇ ਕੀ ਹੈ ਠੀਕ ਹੈ ਜੀ ਇਹਨਾਂ ਦੀ ਜਿਹੜੀ ਕਲਾਸ ਹੈ ਫੈਮਿਲੀ ਹੈ ਯਾ ਸੈਂਟੀਫਿਕ ਚੀਜ਼ ਆ ਉਹਨੂੰ ਕੀ ਕਹਿੰਦੇ ਆ ਆਲ ਇਨਸੈਕਟਸ ਬਿਲ their body segmented and mostly comprised three main three main segment ਤਿੰਨ ਸੈਗਮੈਂਟ ਜਿਹੜੇ ਕੀੜੇ ਨੇ ਉਹਨਾਂ ਦੀ ਬੋਡੀ ਬੰਡੀ ਹੁੰਦੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਹੈੱਡ ਦੂਜਾ ਉਹਨਾਂ ਦਾ ਥੋਰੈਕਸ ਮਤਲਬ ਜਿਹੜਾ ਬੋਡੀ ਦਾ ਮਿਡਲ ਵਾਲਾ ਪਾਰਟ ਹੈ ਠੀਕ ਹੈ ਜੀ ਬੋਡੀ ਦਾ ਮਿਡਲ ਵਾਲਾ ਪਾਰਟ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਨੈਕ ਤੋਂ ਲੈ ਕੇ ਆਪਣੇ ਵੇਸਟ ਤੱਕ ਦਾ ਪਾਰਟ ਹੁੰਦਾ ਉਹ ਤੁਹਾਡਾ ਕੀ ਹੁੰਦਾ ਥੋਰੈਕਸ ਤੇ ਅਬਡੋਮਨ ਕੀ ਹੁੰਦਾ ਬਿਲਕੁਲ ਪਿੱਛੇ ਵਾਲਾ ਪਾਰਟ ਹੁੰਦਾ ਇਨਸੈਕਟ ਦਾ ਕੀੜਿਆਂ ਦਾ ਉਹਨੂੰ ਐਬਡੋਮਨ ਕਹਿੰਦੇ ਆ ਉਹਨਾਂ ਦੀ ਬੋਡੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਕਲੀਅਰ ਹੈ ਜਿਹੜੇ ਇਨਸੈਕਟ ਨੇ ਤੇ ਜਿਹੜੇ ਇਨਸੈਕਟ ਨੇ ਜੀ ਇਨਸੈਕਟ ਹੈਵ 2 ਪੇਅਰ ਆਫ ਵਿੰਗਸ ਦੋ ਪੇਅਰ ਹੁੰਨੇ ਨੇ ਉਹਨਾਂ ਦੇ ਖੰਭਾਂ ਦੇ ਐਂਡ 3 ਪੇਅਰਸ ਆਫ देयर ਲੈਗਸ ਤੇ ਤਿੰਨ ਪੇਅਰ ਹੁੰਨੇ ਆ ਉਹਨਾਂ ਦੀਆਂ ਲੈਗਸ ਅਕੋਰਡਿੰਗ ਟੂ ਦਾ ਸਟਰਕਚਰ ਆਫ ਵਿੰਗ ਉਹਨਾਂ ਦੇ ਖੰਭ ਕਿਵੇਂ ਦੇ ਨੇ ਉਹਨੂੰ ਕੀ ਕਿਹਾ ਜਾਂਦਾ ਟੈਰਨ ਵਿੰਗਸ ਦੇ ਜਿਹੜਾ ਸਟਰਕਚਰ ਹੈ ਵੈਸੇ ਉਹਨੂੰ ਟੈਰਨ ਕਿਹਾ ਜਾਂਦਾ ਟੈਰਨ ਦੇ ਆਰ ਕਲਾਸੀਫਾਈਡ ਇਨਟੂ ਡਿਫਰੈਂਟ ਆਰਡਰਸ ਸੱਚ ਐਸ ਕੋਲੇਪਟਰਾ ਡਿਪਟਰਾ ਹੈਮਿਪਟਰਾ ਹਾਈਮਨੋਪਟਰਾ ਠੀਕ ਹੈ ਜੀ ਆਈਸੋਪਟਰਾ ਲੈਪੀਡੋਪਟਰਾ ਐਂਡ ਆਰਥੋਪਟਰਾ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਹਨਾਂ ਉਹ ਇਹਨਾਂ ਨੂੰ ਉਲਝਣ ਦੀ ਵੀ ਲੋੜ ਹੈ ਨਹੀਂ ਇਹ ਦੇਖੋ ਤੁਹਾਨੂੰ ਅੱਗੇ ਸਾਰਾ ਕਲੀਅਰ ਹੋ ਜਾਣਗੇ ਹੈ ਕੀ ਨੇ ਤੁਹਾਨੂੰ ਇਹ ਵਰਡ ਪਤਾ ਹੋਣਾ ਚਾਹੀਦਾ ਵੀ ਜਿਹੜਾ ਵਿੰਗਸ ਦੇ ਸਟਰਕਚਰ ਹੈ ਜਿਹੜੇ ਵਿੰਗ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਸੈਂਟੀਫਿਕਲੀ ਟੈਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਟੈਰਨ ਤੇ ਤੁਸੀਂ ਹਰੇਕ ਕੀੜੇ ਦੇ ਪਿੱਛੇ ਦੇਖੋਗੇ ਕਿਉਂਕਿ ਵਿੰਗਸ ਨੇ ਤਾਂ ਉਹਨਾਂ ਨੂੰ ਨਾਮ ਕੀ ਦਿੱਤਾ ਗਿਆ ਹੈ ਕਾਲੀਪਟਰਾ ਡੈਪਟਰਾ ਹੈਮੀਪਟਰਾ ਹਾਈਮਨੋਪਟਰਾ ਠੀਕ ਹੈ ਜੀ ਆਈਸੋਪਟਰਾ ਲੈਪੀਡੋਪਟਰਾ ਐਂਡ ਆਰਥੋਪਟਰਾ ਹੁਣ ਦੇਖੋ ਜੀ ਅੱਗੇ ਤੁਹਾਨੂੰ ਥੋੜੀ ਜਿਹੀ ਦਿੱਕਤ ਆ ਰਹੀ ਹੋਣੀ ਹੈ ਸਮਝ ਇਹ ਦੇਖੋ ਪਿਕਚਰ ਦੇਖੋ ਇਹ ਈਜ਼ੀ ਕਰਨ ਲਈ ਆਪਾਂ ਪਿਕਚਰਾਂ ਹੀ ਲਾਤੀਆਂ ਤਾਂ ਕਿ ਤੁਹਾਨੂੰ ਦਿੱਕਤ ਨਾ ਹੋਵੇ ਡੇਪਟੇਰਾ ਬਲੈਕ ਫਲਾਈਜ਼ ਕਾਲੀ ਮੱਖੀ ਜਿਹਨੂੰ ਵੀ ਆਪਾਂ ਕਹਿ ਜਾਂਦੇ ਆ ਠੀਕ ਹੈ ਜੀ ਜਾਂ ਮੋਸਕਟੋਸ ਡੇਪਟੇਰਾ ਵਿੱਚ ਮੋਸਕਟੋ ਵੀ ਆ ਜਾਣਗੀਆਂ ਤੇ ਥੋਡੀਆਂ ਆਪਣੀਆਂ ਤਿਤਲੀਆਂ ਵਗੈਰਾ ਉਹ ਵੀ ਇਹਦੇ ਵਿੱਚ ਆ ਜਾਣਗੀਆਂ ਜਾਂ ਬਲੈਕ ਫਲਾਈਜ਼ ਇਹ ਸਾਰੀਆਂ ਡੇਪਟੇਰਾ ਕਿਹਾ ਜਾਂਦਾ ਇਹਨਾਂ ਨੂੰ ਕੀ ਕਿਹਾ ਜਾਂਦਾ ਜੀ ਡੇਪਟੇਰਾ ਇਹ ਅੱਗੇ ਦੇਖਾਂਗੇ ਵੀ ਥੋੜੀ ਫਸਲ ਨੂੰ ਨੁਕਸਾਨ ਕਿਵੇਂ ਕਰਦੇ ਆ ਉਹ ਵੀ ਆਪਾਂ ਚੀਜ਼ ਦੇਖਾਂਗੇ ਅੱਗੇ ਸੈਕੰਡ ਕੀ ਹੈ ਕੋਲੀਓਪਟੇਰਾ ਕੋਲੀਓਪਟੇਰਾ ਜਿਵੇਂ ਬੀਟਲਸ ਹੋਗੇ ਐਂਡ ਵੀਵਿਲਸ ਐਵੇਂ ਤੇ ਦੇਖੇ ਹੋਣੇ ਤੁਸੀਂ ਖੇਤਾਂ ਵਿੱਚ ਜਾਂ ਤਾਂ ਆਪਾਂ ਘਰਾਂ ਵੀ ਦੇਖਦੇ ਆਂ ਥੋੜਾ ਬਹੁਤ ਬਾਹਰ ਜਾਂਦੇ ਆਂ ਤਾਂ ਸਾਰਿਆਂ ਨੂੰ ਸਮਝ ਆ ਰਿਹਾ ਜੀ ਇੱਕ ਕੈਰੈਕਟਰਿਸਟਿਕਸ ਹੈ ਤੁਸੀਂ ਕੈਰੈਕਟਰਿਸਟਿਕਸ ਨਾ ਪੜਿਓ ਇਹ ਚੀਜ਼ ਨੂੰ ਤੁਸੀਂ ਛੱਡ ਵੀ ਸਕਦੇ ਹੋ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਇੰਨਾ ਡਿਟੇਲ ਚ ਐਗਜ਼ਾਮੀਨਰ ਨਹੀਂ ਜਾਣ ਲੱਗਿਆ ਮੇਨਸ ਹੈ ਪਟਵਾਰੀ ਦਾ ਆਈਐਸ ਦਾ ਮੇਨਸ ਨਹੀਂ ਹੈਗਾ ਜਾਂ ਇੰਡੀਅਨ ਫੋਰੈਸਟ ਸਰਵਿਸ ਦਾ ਆਪਣਾ ਮੇਨਸ ਨਹੀਂ ਹੈਗਾ ਠੀਕ ਹੈ ਜੀ ਤੇ ਤੁਸੀਂ ਐਡਾ ਡਿਟੇਲ ਚ ਜਾਊਗਾ ਤਾਂ ਉਹ ਕਿਸੇ ਨੂੰ ਵੀ ਨਹੀਂ ਆਉਂਦਾ ਹੋਊਗਾ ਕੁਐਸਚਨ ਬਹੁਤ ਜ਼ਿਆਦਾ ਡੈਪਥ ਚ ਹੋ ਜਾਣਾ ਠੀਕ ਹੈ ਜੀ ਉਹ ਕਲੀਅਰ ਹੈ ਸਮਝ ਲੱਗ ਰਿਹਾ ਤੁਹਾਨੂੰ ਥੋੜਾ ਬਹੁਤ ਸਾਈਡ ਹੋ ਜਾਣਾ ਠੀਕ ਹੈ ਜੀ ਇੱਕ ਚੀਜ਼ ਇਹ ਦੇਖੋ ਤੁਹਾਨੂੰ ਸਮਝ ਆ ਰਹੀ ਹੋਣੀ ਹੈ ਅੱਗੇ ਦੇਖੋ ਨੈਕਸਟ ਹੈਮੀਪਟਰਾ ਅੱਗੇ ਕੀ ਹੈ ਹੈਮੀਪਟਰਾ ਟ्रू ਬਰਗਸ ਹਾਪਰਸ ਐਂਡ ਐਫਿਡਸ ਇਹਨਾਂ ਨੂੰ ਹੀ ਐਫਿਡਸ ਵੀ ਕਹਨੇ ਆ ਕੁਝ ਐਮੇਦੀਆਂ ਚੀਜ਼ਾਂ ਨੂੰ ਸਕੇਲ ਇਨਸੈਕਟਿਡ ਸੈਕਟਰਾ ਠੀਕ ਹੈ ਜੀ ਇਹ ਕੀ ਨੇ ਤੁਹਾਡੇ ਨਿਮਸ ਐਂਡ ਅਡਲਟਸ ਯਾ ਇਹਨਾਂ ਨੂੰ ਕਹਿੰਦਾ ਨਿਮਸ ਮਤਲਬ ਯੰਗ ਹੁੰਨੇ ਆ ਉਹ ਯੰਗ ਵੀ ਹੁੰਨੇ ਆ ਅਡਲਟ ਵੀ ਹੁੰਨੇ ਆ ਇਹ ਠੀਕ ਹੈ ਜੀ ਇਹ ਕੀ ਨੇ ਤੁਹਾਡੇ ਹੈਮੀਪਟਰਾ आपका मैं थोड़ा बार बार गल कर रहा है भी पटैरा मतलब की होंगे उन्होंने विंग्स पटैरा की जोड़ा पटैरा है वह मतलब की होंगे विंग्स उन्होंने दे। अगे देखो जी हाइमो पटेरा हमिनो पटेरा जिमें बीज हो गए वैस एंट्स हो गए क्लीयर है चीज मखिया वगैरह ਠੀਕ ਹੈ ਜੀ 100 ਫਲਾਈਜ਼ ਹੋ ਗਈਆਂ ਇਹ ਤੁਹਾਨੂੰ ਦਿਖ ਰਿਹਾ ਹੋਣਾ ਇੱਧਰ ਇਹ ਤੁਹਾਡੇ ਕੀ ਨੇ ਹੈਮਨੋਪਟੇਰਾ ਇਹ ਕੀ ਨੇ ਤੁਹਾਡੇ ਹੈਮਨੋਪਟੇਰਾ ਹੈਮਨੋਪਟੇਰਾ ਆ ਦੇਖੋ ਟਰਮਾਈਟਸ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਐਵੇਂ ਕੀੜੇ ਜਿਹੇ ਹੁੰਦੇ ਨੇ ਆਪਣੇ ਖੇਤਾਂ ਵਿੱਚ ਹਨਾ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਆਈਸੋਪਟੇਰਾ ਕੀ ਕਹਿੰਦੇ ਆ ਟਰਮਾਈਟਸ ਵੀ ਕਹਿੰਦੇ ਆ ਟਰਮਾਈਟਸ ਆਈਸੋਪਟੇਰਾ ਇਹਦੇ ਵਿੱਚ ਪਤਾ ਕੀ ਹੁੰਦਾ ਇਹ ਐਵੇਂ ਦੀ ਇੱਕ ਸਪੀਸੀਜ਼ ਹੈ ਜਿਹਦੇ ਵਿੱਚ ਇੱਕ ਰਾਜਾ ਹੁੰਦਾ ਈ ਇੱਕ ਰਾਣੀ ਹੁੰਦੀ ਹੈ ਤੇ ਉਹਦੇ ਅੱਗੇ ਸੋਲਜਰਸ ਤੇ ਵਰਕਰਸ ਸਾਰੇ ਹੁੰਨੇ ਆ ਤੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਹੈਂਸ ਦੀਜ਼ ਇਨਸੈਕਟ ਆਰ ਕਾਲਡ ਸੋਸ਼ਲ ਇਨਸੈਕਟ ਇਨਸੈਕਟ ਜੇ ਤੁਹਾਨੂੰ ਪੁੱਛਿਆ ਜਾਵੇ ਸੋਸ਼ਲ ਇਨਸੈਕਟ ਕਿਹੜੇ ਹੁੰਦੇ ਨੇ ਤਾਂ ਆਨਸਰ ਕੀ ਆਈ ਤੁਹਾਡਾ ਆਈਸੋਪਟੇਰਾ ਯਾ ਟਰਮਾਈਟਸ ਕਲੀਅਰ ਹੈ ਜੀ ਸੋਸ਼ਲ ਇਨਸੈਕਟ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਜਿਹੜਾ ਆਪਣੇ ਇਹਨਾਂ ਦਾ ਕੰਮ ਕੀ ਹੈ ਜਿਹੜਾ ਆਪਣੇ ਪਲਾਂਟ ਦੇ ਅੰਦਰ ਥੋੜਾ ਜਿਹਾ ਲਿਕਵਿਡ ਹੁੰਦਾ ਹੈ ਸੈਲੂਲੋਸ ਹੁੰਦਾ ਹੈ ਉਹਦੇ ਤੇ ਉੱਤੇ ਫੀਡ ਕਰਦੇ ਆ ਇਹ ਵਰਕਰਸ ਫੀਡ ਔਨ ਸੈਲੂਲੋਸ ਕਲੀਅਰ ਹੈ ਜੀ ਇਹ ਦੇਖੋ ਲੈਪੀਡਿਓਪਟੇਰਾ ਲੈਪੀਡੋਪਟਰ ਬਟਰਫਲਾਈਜ਼ ਹੋ ਗਈਆਂ ਮੌਥਸ ਹੋ ਗਏ ਠੀਕ ਹੈ ਜੀ ਐਵੇਂ ਕੀੜੇ ਜਿਹੜੇ ਤੁਸੀਂ ਦੇਖਿਆ ਹੋਣਾ ਜਾਂ ਬਟਰਫਲਾਈਜ਼ ਵੀ ਦਾ ਪਾਰਟ ਨੇ ਠੀਕ ਹੈ ਜੀ ਕੈਟਰਪਿਲਰ ਹੋ ਗਿਆ ਇਹਨਾਂ ਨੂੰ ਤੁਸੀਂ ਕੈਟਰਪਿਲਰ ਵੀ ਕਹਿ ਸਕਦੇ ਹੋ ਕੈਟਰਪਿਲਰਸ ਆਰ ਲੈਪੀਡੋਪਟੇਰਾ ਉਹ ਉੱਧਰ ਐਗਜ਼ਾਮਪਲ ਦਿੱਤੀ ਹੋਈ ਹੈ ਕੈਟਰਪਿਲਰ ਲਾਸਟ ਲੈਪੀਡੋਪਟੇਰਾ ਹੁਣ ਦੇਖੋ ਆਪਾਂ ਇਹਨਾਂ ਦਾ ਕੰਮ ਕਿੱਥੇ ਆ ਤੁਸੀਂ ਥੋੜਾ ਜਿਆਦਾ ਧਿਆਨ ਨਾਲ ਪੜ੍ਹਨਾ ਹੈ ਠੀਕ ਹੈ ਜੀ ਇੱਕ ਚੀਜ਼ ਇੱਥੇ ਲਿਖੀ ਹੋਈ ਹੈ ਕੈਟਰਪਿਲਰਸ ਇਜ਼ ਦਾ ਡੈਮੇਜਿੰਗ ਸਟੇਜ ਵਿਦ ਚੂਇੰਗ ਟਾਈਪ ਆਫ ਮਾਉਥ ਪਾਰਟਸ ਮਤਲਬ ਇਹ ਚੀਜ਼ ਨੂੰ ਚਬਾਉਂਦੇ ਨੇ ਚੀਜ਼ਾਂ ਨੂੰ ਚਬਦੇ ਰਹਿੰਦੇ ਨੇ ਥਰੂ ਇਟਸ ਅਡਲਟ ਹੈਵ ਸਕਿੰਗ ਟਾਈਪ ਆਫ ਮਾਉਥ ਇਨਾ ਦਾ ਮੂੰਹ ਇਹਦਾ ਚੀਜ਼ਾਂ ਨੂੰ ਚਬਦਾ ਰਹਿੰਦਾ ਠੀਕ ਹੈ ਜੀ ਹੁਣ ਹੋਣਾ ਕੀ ਹੈ ਅੱਗੇ ਕੀ ਹੈ ਥੋੜਾ ਆਰਥੋਪਟੇਰਾ ਯਾਦ ਰੱਖਣਾ ਕੈਟਰਪਿਲਰ ਹੈ ਜਿਹੜੇ ਉਹਨਾਂ ਦੇ ਮੂੰਹ ਨੇ ਉਹ ਥੋੜੇ ਕੀ ਨੇ ਉਹ ਚੀਜ਼ਾਂ ਨੂੰ ਚਬਦੇ ਰਹਿੰਦੇ ਨੇ ਆਰਥੋਪਟੇਰਾ ਇਹ ਤਾਂ ਦੇਖਿਆ ਹੀ ਹੁਣ ਸਾਰਿਆਂ ਨੇ ਗਰਾਸੋਪਰ ਠੀਕ ਹੈ ਜੀ ਗਰਾਸੋਪਰ ਬਾਰੇ ਤਾਂ ਪਤਾ ਹੀ ਹੋਣਾ ਦੋ ਵਿੰਗਸ ਨੇ ਦੇਖੋ ਕਲੀਅਰ ਹੈ ਜੀ ਲਾਸਟ ਕੀ ਹੈ ਥਾਈਸਨੋਪਟੇਰਾ ਥਾਈਸਨੋਪਟੇਰਾ ਕਲੀਅਰ ਹੈ ਥੀਸ ਆਰ ਮਾਈਨਿਊਟ ਐਂਡ ਸਿਲੈਂਡਰ ਇਨਸੈਕਟ ਹੈਰੀ ਫੈਦਰੀ ਫਲੈਟ ਪੇਪਰ ਲਾਈਕ ਬਾਡੀ ਵਿਦ ਫ੍ਰਿੰਜਡ ਵਿੰਗਸ ਇਹਨਾਂ ਦੇ ਨਾਲ ਜਿਵੇਂ ਬਹੁਤ ਜ਼ਿਆਦਾ ਜਿਹੜੇ ਇਹਨਾਂ ਦੇ ਵਿੰਗਸ ਹੁੰਦੇ ਨੇ ਉਹਨਾਂ ਤੇ ਜ਼ਿਆਦਾ ਨਾ ਬਹੁਤ ਜ਼ਿਆਦਾ ਜਿਵੇਂ ਮਾਈਨਿਊਟ ਐਂਡ ਸਿਲੈਂਡਰ ਇਨਸੈਕਟ ਹੈਵਿੰਗ ਫੈਦਰ ਜਿਵੇਂ ਆਪਣਾ ਬਹੁਤ ਜ਼ਿਆਦਾ ਹੋਣੀ ਹੁੰਦਾ ਫੈਦਰੀ ਕੋਈ ਚੀਜ਼ ਹੁੰਦੀ ਹੈ ਜਿਵੇਂ ਬੂਰ ਹੁੰਦਾ ਐਵੇਂ ਕਹਿ ਸਕਦੇ ਹੋ ਜਿਵੇਂ ਆਪਾਂ ਜੈਕਟਾਂ ਵਗੈਰਾ ਪਾਉਂਦੇ ਉਹਨਾਂ ਦੇ ਅੰਦਰ ਜਿਹੜਾ ਬੂਰੀਆ ਨਹੀਂ ਹੁੰਦਾ ਜਾਂ ਕੁਝ ਵੀ ਹੁੰਦਾ ਫੈਦਰੀ ਜੀ ਚੀਜ਼ ਹੁੰਦੀ ਹੈ ਐਵੇਂ ਦੀ ਇਹਨਾਂ ਦੀ ਬੋਡੀ ਦੇ ਉੱਤੇ ਸਟਰਕਚਰ ਜੇ ਬਣੇ ਹੋਏ ਨੇ ਐਵੇਂ ਨਹੀਂ ਇਹਨਾਂ ਦੀ ਬੋਡੀ ਹੁੰਦੀ ਹੈ ਮਤਲਬ ਇਹਨਾਂ ਦੀ ਸਾਰੀ ਬੋਡੀ ਤੇ ਐਵੇਂ ਦਾ ਹੁੰਦਾ ਹੁਣ ਦੇਖੋ ਇਹਨਾਂ ਨਾਲ ਅੱਗੇ ਫਰਕ ਕੀ ਪੈਂਦਾ ਹੈ ਇਹ ਦੇਖੋ ਕੀ ਹੈ ਸਭ ਤੋਂ ਪਹਿਲੀ ਬਿਮਾਰੀ ਇਹ ਤੁਹਾਡੇ ਇਨਸੈਕਟ ਨੇ ਜਿਹੜੇ ਤੁਹਾਡੇ ਫਸਲਾਂ ਨੂੰ ਖਰਾਬ ਕਰਦੇ ਨੇ ਕਲੀਅਰ ਹੈ ਇੱਕ ਵਾਰ ਇਹਨਾਂ ਨੂੰ ਦੇਖੋ ਧਿਆਨ ਨਾਲ ਫਸਟ ਵਨ ਇਹ ਹੈ ਸਲਾਈਡ ਦੂਜੇ ਨੰਬਰ ਤੇ ਇਹ ਠ ਤੀਜੇ ਦੇ ਕਲੀਅਰ ਹੈ ਟਰਮਾਈਟਸ ਵਗੈਰਾ ਆਈਸੋਪਟੇਰਾ ਇਹ ਸਾਰੇ ਹੀ ਥੋਡੀਆਂ ਫਸਲਾਂ ਨੂੰ ਖਰਾਬ ਕਰਨ ਵਾਲੇ ਇਨਸੈਕਟ ਨੇ ਜਿੰਨੇ ਵੀ ਇੱਥੇ ਤੁਹਾਨੂੰ ਸ਼ੋ ਹੋ ਰਹੇ ਨੇ ਚੂਇੰਗ ਐਂਡ ਕਟਿੰਗ ਟਿਸ਼ੂ ਆਫ ਦਾ ਹੋਸਟ ਚੂਇੰਗ ਐਂਡ ਕਟਿੰਗ ਟਿਸ਼ੂ ਆਫ ਦਾ ਹੋਸਟ ਤੁਸੀਂ ਸਮਝਦਾ ਗਏ ਹੋਣਾ ਐ ਚੂਇੰਗ ਐਂਡ ਕਟਿੰਗ ਦੇਖਿਆ ਹੋਣਾ ਤੁਸੀਂ ਪੱਤਿਆਂ ਦੇ ਉੱਤੇ ਐਵੇਂ ਦੀਆਂ ਐਵੇਂ ਦੇ ਪੱਤਿਆਂ ਦੀ ਸ਼ੇਪ ਬਣ ਜਾਂਦੀ ਹੈ ਬਿਮਾਰੀ ਲੱਗ ਜਾਂਦੀ ਹੈ ਪੱਤਿਆਂ ਨੂੰ ਫਸਲ ਨੂੰ ਠੀਕ ਹੈ ਜੀ ਹੋ ਕੀ ਰਿਹਾ ਚੂਇੰਗ ਹੋ ਰਹੀ ਹੈ ਮਤਲਬ ਐਵੇਂ ਦੇ ਕਿਹੜੇ ਹੋਣਗੇ ਜਿਹੜੇ ਚੂਇੰਗ ਕਰਨਗੇ ਅਨਸਰ ਦਿਓ ਜੀ ਛੇਤੀ ਜਲਦੀ ਆਨਸਰ ਦੋ ਯਾਰ ਹੱਪ ਪਟੇਰਾ ਤਾਂ ਸਾਰਿਆਂ ਨੂੰ ਪਤਾ ਜੀ ਪਟੇਰਾ ਕਿਹੜਾ ਕੈਟਰਪਿਲਰ ਰੀਪਿਡ ਗ੍ਰਾਸ ਆਪਰ ਕੈਟਰਪਿਲਰ ਦੇਖੋ ਜੀ ਆਨਸਰ ਕੀ ਹੈ ਇਹ ਜੀ ਸਾਰਿਆਂ ਨੂੰ ਕਲੀਅਰ ਹੈ ਇਹ ਬਿਮਾਰੀ ਕਲੀਅਰ ਹੈ ਇਹਨੂੰ ਕੀ ਕਹਿੰਦੇ ਬਿਮਾਰੀ ਨੂੰ ਚੂਇੰਗ ਐਂਡ ਕਟਿੰਗ ਟਿਸ਼ੂ ਆਫ ਦਾ ਹੋਸਟ ਹੋਸਟ ਮਤਲਬ ਜਿਹਦੇ ਤੇ ਲੱਗਦੀ ਹੈ ਜਿਵੇਂ ਪੱਤਿਆਂ ਤੇ ਲੱਗਿਆ ਹੋਇਆ ਤਾਂ ਇਹ ਬਿਮਾਰੀ ਕਿਹੜੀ ਹੈ ਚੂਇੰਗ ਐਂਡ ਕਟਿੰਗ ਟਿਸ਼ੂ ਆਫ ਦਾ ਹੋਸਟ ਇਹ ਦੇਖੋ ਆਨਸਰ ਇਹ ਨੇ ਤੁਹਾਡੇ ਆਨਸਰ ਜੀ ਕੰਮ ਕੀਦਾ ਇਹ ਲੈਪੀਡੋਪਟੇਰਾ ਕੈਟਰਪਿਲਰ ਜੀ ਇਹਨਾਂ ਨੂੰ ਕਿਹਾ ਜਾਂਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਨਾ ਇਹਦੇ ਅੰਦਰ ਕੈਟਰਪਿਲਰ ਵੀ ਆਉਂਦਾ ਹੈ ਲੈਪੀਡੋਪਟੇਰਾ ਐਂਡ ਦਾ ਕੋਲੀਓਪਟੇਰਾ ਗਰਬਸ ਆਰ ਵੈਲ ਨਾਨ ਡੈਮੇਜਿੰਗ ਸਟੇजेस दैट ਕਾਜ਼ ਸੱਚ ਟਾਈਪ ਆਫ ਡੈਮੇਜ ਉਹ ਕਲੀਅਰ ਹੈ ਸਾਰਿਆਂ ਨੂੰ ਅਗੇ ਦੇਖੋ ਜੀ ਮਾਈਨਿੰਗ ਇਨ ਦਾ ਲੀਫ ਹੁਣ ਸਾਰੇ ਆਪਾਂ ਨੂੰ ਐਗਜ਼ਾਮੀਨਰ ਤੁਹਾਨੂੰ ਇਹੀ ਪੁੱਛ ਸਕਦਾ ਵੀ ਕਿਹੜੀ ਕਿਹੜੀ ਬਿਮਾਰੀਆਂ ਆਇਆਂ ਕਿਵੇਂ ਹੁੰਦੀਆਂ ਮਾਈਨਿੰਗ ਇਨ ਦਾ ਲੀਫ ਤੁਸੀਂ ਦੇਖ ਰਹੇ ਹੋਣੇ ਹੋ ਪੱਤਿਆਂ ਦੇ ਉੱਤੇ ਤੁਸੀਂ ਦੇਖਿਆ ਵੀ ਹੋਣਾ ਐਵੇਂ ਦੇ ਇਹਨੂੰ ਕੀ ਚੀਜ਼ ਕਿਹਾ ਜਾਂਦਾ ਮਾਈਨਿੰਗ ਇਨ ਦਾ ਲੀਫ ਲੀਫ ਦੇ ਵਿੱਚ ਮਾਈਨਿੰਗ ਹੋ ਜਾਂਦੀ ਹੈ ਠੀਕ ਹੈ ਜੀ ਇਹ ਤੁਹਾਨੂੰ ਦੱਤਾ ਹੋਇਆ ਵੀ ਇਹ ਕਿਹੜੇ-ਕਿਹੜੇ ਚ ਹੁੰਦਾ ਜਿਵੇਂ ਕ੍ਰਿਸਥੈਨਮ ਇਹ ਜ਼ਿਆਦਾਤਰ ਜਿਹੜੀਆਂ ਐਵੇਂ ਦੀਆਂ ਚੀਜ਼ਾਂ ਨੇ ਐਵੇਂ ਦੀਆਂ ਬਿਮਾਰੀਆਂ ਨੇ ਉਹ ਜਿਹੜੇ ਆਪਣੇ ਕੁਝ ਔਰਨਾਮੈਂਟਲ ਪਲਾਂਟਸ ਹੁੰਨੇ ਆ ਔਰਨਾਮੈਂਟਲ ਜਾਂ ਜਿਨ੍ਹਾਂ ਨੂੰ ਆਪਾਂ ਸਜਾਉਣ ਲਈ ਆਪਾਂ ਲਾਉਨੇ ਆ ਹਨਾ ਜੀ ਔਰਨਾਮੈਂਟਲ ਪਲਾਂਟਸ ਆ ਉਹਨਾਂ ਵਿੱਚ ਐਵੇਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਠੀਕ ਹੈ ਜੀ ਕ੍ਰੈਸਟੈਨਥਮ ਇਹ ਵੀ ਇੱਕ ਆਪਣਾ ਹੋਇਆ ਪਲਾਂਟ ਹੈ ਦਹੇਲਿਆ ਜੀਐਂਥਸ ਸੈਲਵਿਆ ਵਰਬੀਨਾ ਇਟਸੈਕਟਰਾ ਇਹ ਸਾਰੇ ਤੁਹਾਡੇ ਕੀ ਨੇ ਇਹ ਤੁਹਾਡੇ ਔਰਨਾਮੈਂਟਲ ਪਲਾਂਟਸ ਨੇ ਜਿਨ੍ਹਾਂ 'ਚ ਇਹ ਬਿਮਾਰੀ ਮੋਸਟਲੀ ਪਾਈ ਜਾਂਦੀ ਹੈ ਬੋਰਿੰਗ ਇਨ ਦਾ ਹੋਸਟ ਬੋਰਿੰਗ ਇਨ ਦਾ ਹੋਸਟ ਇਨਫੈਸਟੇਸ਼ਨ ਮਤਲਬ ਜਨਰਲੀ ਕੀ ਹੈ ਕੀੜਾ ਲੱਗਣਾ ਹੈ ਬਿਮਾਰੀ ਲੱਗਣਾ ਇਨਫੈਸਟੇਸ਼ਨ ਆਫ ਥੀਸ ਪੈਸਟ ਕੈਨ ਬੀ ਆਈਡੈਂਟੀਫਾਈਡ ਬਾਈ ਦਾ ਪ੍ਰੈਜ਼ੈਂਸ ਆਫ ਹੋਲਸ ਐਂਡ ਬੋਰਸ ਥੈਟ ਕੈਨ ਮੇਕ ਇਨ ਸੈਵਰਲ ਪਲਾਂਟ ਪਾਰਟਸ ਜਿਹੜਾ ਪਹਿਲਾ ਸੀਗਾ ਉਹਦੇ ਵਿੱਚ ਤਾਂ ਕੀ ਸੀਗਾ ਕਿ ਪਲਾਂਟ ਦੇ ਪੱਤੇ ਦੇ ਉੱਤੇ ਮਾਈਨਿੰਗ ਹੋ ਰਹੀ ਮਤਲਬ ਇਹ ਹੋ ਰਿਹਾ ਹੈ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਉਹਦੇ ਵਿੱਚ ਤਾਂ ਖਾਇਆ ਜਾ ਰਿਹਾ ਸੀਗਾ ਨਾ ਇਹਦੇ ਵਿੱਚ ਕੀ ਹੈ ਨੈਕਸਟ ਸੌਰੀ ਇਦੇ ਵਿੱਚ ਕੀ ਹੈ ਬੋਰਿੰਗ ਇਨ ਦਾ ਹੋਸਟ ਕਿ ਡਿਫਰੈਂਟ ਡਿਫਰੈਂਟ ਪਾਰਟ ਭਾਵੇਂ ਇੱਕ ਪਲਾਂਟ ਦੀ ਸਟੈਮ ਹੀ ਹੈ ਉਹਦੇ ਵਿੱਚ ਵੀ ਉਹ ਕੀ ਕਰ ਦਿੰਨੇ ਆ ਛੇਦ ਕਰ ਦਿੰਨੇ ਆ ਗਲੀਆਂ ਕਰ ਦਿੰਨੇ ਆ ਤੇ ਉੱਥੇ ਉਹ ਕੀੜਾ ਜਿਹਾ ਲੱਗ ਜਾਂਦਾ ਤੇ ਇਹ ਕਰਦਾ ਕੌਣ ਹੈ ਬੀਟਲਸ ਕੌਣ ਕਰਦੇ ਆ ਬੀਟਲਸ ਵੇਵਿਲਸ ਗਰਬਸ ਕੈਟਰਪillers ਐਂਡ ਮੈਗਟਸ ਆਰ ਵੈਲ ਨੋਨ ਥੈਟ ਬੋਰ ਇਨਟੂ ਦਾ ਹੋਸਟ ਐਂਡ ਫੀਡ ਔਨ ਦਾ ਇੰਟਰਨਲ ਟਿਸ਼ੂ ਐਂਡ ਫੀਡ ਔਨ ਦਾ ਇੰਟਰਨਲ ਟਿਸ਼ੂ ਕਲੀਅਰ ਹੈ ਸਾਰਿਆਂ ਨੂੰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਦੇਖ ਵੀ ਸਕਦੇ ਹੋ ਠੀਕ ਹੈ ਜੀ ਬੀਟਲਜ਼ ਐਂਡ ਵੈਵਲਸ ਇਹ ਵੀ ਹੋਣਗੇ ਤੁਹਾਡੇ ਤੇ ਤੁਹਾਡੇ ਫਰਦਰ ਇਹ ਵੀ ਹੋਣਗੇ ਇਹ ਵੀ ਤੁਹਾਡੇ ਦੁਆਰਾ ਕੀ ਕਰਨਗੇ ਉਹੀ ਸੇਮ ਚੀਜ਼ ਹੈ ਇਹ ਪlant ਦੇ ਕਿਸੇ ਪਾਰਟ ਨੂੰ ਵੀ ਖਰਾਬ ਕਰ ਸਕਦੇ ਨੇ ਉਹਦੇ ਅੰਦਰ ਉਹਨੂੰ ਕਹਿੰਦੇ ਆ ਬੋਰਿੰਗ ਇਨ ਦਾ ਹੋਸਟ ਬੋਰ ਕਰ ਦਿੰਦੇ ਆ ਮਤਲਬ ਪlant ਦੇ ਕਿਸੇ ਪਾਰਟ ਨੂੰ ਵੀ ਚਾਹੇ ਉਹ ਪੱਤੇ ਹੀ ਕਿਉਂ ਨਾ ਪੱਤਿਆਂ ਦੇ ਅੰਦਰ ਵੀ ਉਹ ਚਲੇ ਜਾਂਦੇ ਨੇ ਤੇ ਪlant ਦੀ ਸਟੈਮ ਦੇ ਅੰਦਰ ਵੀ ਜਾ ਸਕਦੇ ਨੇ ਤੇ ਉਹਨਾਂ ਨੂੰ ਖਰਾਬ ਕਰ ਸਕਦੇ ਆ ਇਹਨੂੰ ਕਿਹਾ ਜਾਂਦਾ ਬੋਰਿੰਗ ਇਨ ਦਾ ਹੋਸਟ ਇਹ ਵੀ ਕੰਮ ਕੌਣ ਕਰਨਗੇ ਬੀਟਲਸ ਹੋਗੇ ਤੁਹਾਡੇ ਕੈਟਰਪillers ਹੋਗੇ ਇਹੀ ਕਰਨਗੇ ਜਿਨ੍ਹਾਂ ਦੇ ਮਾਉਥ ਜਿਹੜੇ ਚੂਇੰਗ ਕਰਦੇ ਆ येलोइंग ड्राइंग एंड फॉ ड्राइंग ऑफ फॉलेज देखो कि अ वाइड रेंज ऑफ सकिंग इन्सैक्ट पेस्ट इज रिस्पोंसीबल फॉर दिस टाइप ऑफ डैमेज ओह इनसैक्ट वह कीड़े जेड़े सैलूलोस जेड़े प्लांट का जोड़ा सैप है सैल सैप है मतलब जूस है वह चूजते हैं जो प्लांट ने अंदर जो लिक्विड है जो कोई भी कीड़ा वनू चूज है तो प्लांट के अंदर की हो जाए कमी हो जाए पानी वगैरह की या किसी भी चीज़ के लिकुड की तो प्लांट ने की होना है उन्हें ड्राई होना शुरू हो जाए ड्राई होकर उन्हें येलो कलर का हो जाए ਠੀਕ ਹੈ ਜੀ yellow ਹੋ ਜਾਣਾ ਤੇ dry ਹੋ ਜਾਣਾ ਤੇ ਉਹ ਪੱਤਾ ਫਿਰ ਝੜਨਾ ਸ਼ੁਰੂ ਹੋ ਜਾਂਦਾ ਹੈ clear ਹੈ ਇਹ ਬਿਮਾਰੀ ਕਿਵੇਂ ਹੁੰਦੀ ਹੈ the pest sucks cell sap ਜਿਹੜਾ ਸੈੱਲ ਹੁੰਦਾ ਹੈ ਜਿਹੜੇ ਪlant ਦੇ ਅੰਦਰ ਸੈੱਲ ਹੁੰਦੇ ਆ ਉਹਨਾਂ ਦੇ ਅੰਦਰ ਜਿਹੜਾ ਜੂਸ ਹੁੰਦਾ ਹੈ ਇਹ ਉਹਨਾਂ ਨੂੰ ਮਤਲਬ ਉਹ ਆਪਣੇ ਅੰਦਰ ਲੈਣ ਲੱਜ ਜਾਂਦੇ ਨੇ ਇਨਸੈਕਟ ਉਹਨਾਂ ਨੂੰ ਖਿੱਚਣ ਲੱਗ ਜਾਂਦੇ ਨੇ ਤੇ ਪlant ਨੂੰ ਜਮਾਂ ਹੀ ਸੁਕਾ ਦਿੰਦੇ ਆ clear ਹੈ ਚੀਜ਼ ਐਗਜ਼ੈਂਪਲ ਕੀ ਨੇ ਐਫਿਡਸ white flies thrips ਇਹ ਦੇਖੋ ਇਹ ਦੇ ਐਗਜ਼ੈਂਪਲ ਨੇ ਇਹ ਇੱਕ ਦੇ ਐਗਜ਼ੈਂਪਲ ਨੇ ਇਹ ਇਹ ਦੇ ਐਗਜ਼ਾਮਪਲ ਨੇ ਤੁਸੀਂ ਦੇਖਿਆ ਹੋਣਾ ਘਰਾਂ ਵਿੱਚ ਵੀ ਕਈ ਵਾਰ ਜੇ ਤੁਸੀਂ ਕੋਈ ਆਪਣੇ ਜਿਕਣਾ ਘਰਾਂ ਵਿੱਚ ਐਫਰਟਸ ਹੋਗੇ ਇਹ ਘਰਾਂ ਵਿੱਚ ਕੀ ਹੁੰਦਾ ਕਈ ਵਾਰ ਤੁਸੀਂ ਦੇਖਿਆ ਹੋਣਾ ਆਪਣੇ ਘਰਾਂ ਵਿੱਚ ਲੋਕਾਂ ਦੇ ਨਾ ਨਾਰਮਲੀ ਨਿੰਬੂ ਵਗੈਰਾ ਦਾ ਬੂਟਾ ਹੁੰਦਾ ਘਰਾਂ ਚ ਤੇ ਉਹਦੇ ਤੇ ਗ੍ਰੀਨ ਕਲਰ ਦਾ ਇਹ ਇੱਕ ਚੀਜ਼ ਕੀੜਾ ਜਿਹਾ ਲੱਗਦਾ ਜਿਹੜਾ ਪੱਤਿਆਂ ਨੂੰ ਸੁਕਾਉਂਦਾ ਰਹਿੰਦਾ ਉਹ ਚੀਜ਼ ਕੀ ਹੈ ਐਫਰਟਸ ਠੀਕ ਹੈ ਜੀ ਉਹ ਇਹ ਕੀ ਨੇ ਇਹ ਤੁਹਾਡੇ ਹੈਮੀਪਟੇਰਾ ਨੇ ਹੈਮੀਪਟੇਰਾ ਦਾ ਕੰਮ ਕੀ ਹੈ ਇੱਥੇ ਲਿਖਿਆ ਵੀ ਹੋਣਾ ਵੀ ਇਹ ਜਿਹੜਾ ਸੈੱਲ ਦੇ ਅੰਦਰ ਜੂਸ ਹੁੰਦਾ ਉਹਨੂੰ ਇਹ ਸ਼ੱਕਰ ਦੇ ਰਹਿੰਦੇ ਨੇ ਉਹਨੂੰ ਇਹ ਖਤਮ ਕਰਦੇ ਰਹਿੰਦੇ ਨੇ ਤੇ ਜਿਹੜੇ ਪੱਤੇ ਨੇ ਉਹ ਡ गिरने लग जाने यैलो होंगे तो ड्राई होकर गिरना शुरू कर देने क्लीयर है सारे नू। वैसे इन्ना उन्होंने पूछना नहीं है जिन्ना आप कर रहे हैं पर फिर भी आप तैयार रही है वर्ष लियं तैयार रहना चाहिए अपना भी एग्जामीनर कुछ भी पूछ सकता है यह कुछ नहीं अगे एक है वो अगर एग्जाम्पल है अगर देखो की है गोल्स ਗੋਲਦ ਕੀ ਹੁੰਦਾ ਹੈ ਇਹ ਵੀ ਸੇਮ ਚੀਜ਼ ਹੈ ਸਮ ਟਾਈਮਸ ਮਾਈਟਸ ਸੱਕ ਸੈਲ ਸੈਪ ਐਂਡ ਪ੍ਰੋਡਿਊਸ ਅਬਨਾਰਮਲ ਗਰੋਥ ਆਫ ਦਾ ਪਿੰਪਲ ਲਾਈਕ ਸਟਰਕਚਰ ਤੁਸੀਂ ਐਵੇਂ ਦੀਆਂ ਕੋਈ ਦੇਖਿਆ ਹੋਣਾ ਵੀ ਐਵੇਂ ਦਾ ਇੱਕ ਪੱਤਾ ਹੈ ਤੇ ਪੱਤੇ ਦੇ ਉੱਤੇ ਕੀ ਹੈ ਐਵੇਂ ਪਿੰਪਲ ਜਿਹੇ ਦਿਖਣ ਗੀਆਂ ਤੁਹਾਨੂੰ ਪੱਤੇ ਦੇ ਉੱਤੇ ਪਿੰਪਲ ਜਿਹੇ ਦਿਖਣ ਗੀਆਂ ਇਹ ਕੀ ਕਰਦੇ ਨੇ ਆਪਣੇ ਜਿਹੜੇ ਕੁਝ ਐਵੇਂ ਦੇ ਮਾਈਟਸ ਨੇ ਐਵੇਂ ਦੇ ਕੁਝ ਕੀੜੇ ਨੇ ਜਿਹੜੇ ਪਲਾਂਟ ਦਾ ਜਿਹੜਾ ਸੈਲ ਸੈਪ ਹੈ ਜੂਸ ਨੂੰ ਚੂਸ ਲੈਂਦੇ ਨੇ ਤੇ ਕੀ ਹੋ ਜਾਂਦਾ ਜਿਹੜਾ ਪਲਾਂਟ ਦਾ ਸਟਰਕਚਰ ਹੈ ਉਹ ਅਬਨਾਰਮਲ ਹੋ ਜਾਂਦਾ ਹੈ ਉਹਨਾਂ ਦਾ ਨਾਰਮਲ ਸੀਗਾ ਪੱਤੇ ਨੇ ਇੱਥੇ ਪਰ ਉਹਨਾਂ ਤੇ ਪਿੰਪਲ ਲਾਈਕ ਸਟਰਕਚਰ ਹੋ ਜੰਨੇ ਆ ਉਹ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਗੌਲਸ ਉਹਨੂੰ ਕੀ ਕਹਿੰਨੇ ਆਪਾਂ ਜੀ ਗੌਲਸ ਕਲੀਅਰ ਹੈ ਸਾਰਿਆਂ ਨੂੰ ਗੌਲਸ ਕੀ ਚੀਜ਼ ਹੁੰਦੀ ਹੈ ਸਾਰੇ ਇਹਦੇ ਬਾਰੇ ਅਵੇਅਰ ਹੀ ਹੋਣੇ ਆ ਸਾਰਿਆਂ ਨੇ ਕਿਤੇ ਨਾ ਕਿਤੇ ਤਾਂ ਦੇਖੀ ਹੋਣੀ ਹੈ ਇਹ ਚੀਜ਼ ਹਾਂਜੀ ਕਲੀਅਰ ਹੈ ਸਾਰਿਆਂ ਨੂੰ ਹੁਣ ਦੇਖੋ ਇਹਨਾਂ ਨੂੰ ਪੈਸਟ ਨੂੰ ਮੈਨੇਜ ਕਿਵੇਂ ਕਰਿਆ ਜਾਂਦਾ ਕਿਵੇਂ ਤੁਸੀਂ ਇਹਨਾਂ ਨੂੰ ਮੈਨੇਜ ਕਰ ਸਕਦੇ ਹੋ ਜਿਹੜੇ ਇਹ ਪੈਸਟ ਨੇ ਤੁਹਾਡੇ ਖੇਤਾਂ ਵਿੱਚ ਆਪਾਂ ਮਤਲਬ ਕਿਵੇਂ ਇਹਨਾਂ ਨੂੰ ਮੈਨੇਜ ਕਰਦੇ ਆ ਮੈਨੇਜਮੈਂਟ ਕਿਵੇਂ ਹੁੰਦੀ ਹੈ ਇਹਨਾਂ ਦੀ ਇਹ ਇਨਸੈਕਟ ਪੈਸਟ ਕੰਟਰੋਲ ਦੇਖੋ ਸਭ ਤੋਂ ਪਹਿਲੀ ਚੀਜ਼ ਕੀ ਹੈ ਲਿਖਿਆ ਇੱਥੇ ਸਿੰਪਲੀ ਇੱਕ ਲਾਈਨ ਲਿਖੀ ਹੋਈ ਹੈ ਠੀਕ ਹੈ ਜੀ ਵੀ ਜਿਹੜੇ ਪਾਪੂਲੇਸ਼ਨ ਹੈ ਉਹਨੂੰ ਕੰਟਰੋਲ ਕਰਨਾ ਇਨਸੈਕਟ ਵਗੈਰਿਆਂ ਦੀ ਕੀੜਿਆਂ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨਾ ਰਿਡਿਊਸ ਕਰਨਾ ਇਜ਼ ਨੋਨ ਐਸ ਇਨਸੈਕਟ ਪੈਸਟ ਕੰਟਰੋਲ ਇਨਸੈਕਟ ਪੈਸਟ ਕੰਟਰੋਲ ਇਹ ਇਹਦੀ ਡੈਫੀ ਹੁਣ ਕਲਚਰਲ ਤਰੀਕੇ ਕੀ ਨੇ ਕਿਵੇਂ ਤੁਸੀਂ ਜਿਹੜੇ ਕੀੜੇ ਮਕੌੜੇ ਨੇ ਇਹਨਾਂ ਨੂੰ ਸਹੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਕਲਚਰਲ ਮਤਲਬ ਜਿਹਦੇ ਵਿੱਚ ਤੁਸੀਂ ਕੋਈ ਕੈਮੀਕਲ ਨਹੀਂ ਪਾਉਣਾ ਦੇਸੀ ਤਰੀਕੇ ਨਾਲ ਤੁਸੀਂ ਕਿਵੇਂ ਮਤਲਬ ਕਿਵੇਂ ਸਿੰਪਲ ਤਰੀਕੇ ਨਾਲ ਕਿਵੇਂ ਖਤਮ ਕਰਿਆ ਜਾ ਸਕਦਾ ਸਭ ਤੋਂ ਪਹਿਲਾਂ ਟਿਲਜ ਟਿਲਜ ਕੀ ਹੁੰਦਾ ਹੈ ਵਹਾਈ ਖੇਤਰੀ ਖੇਤ ਨੂੰ ਵਾਉਣਾ ਪਲੋਇੰਗ ਐਂਡ ਫਲਡਿੰਗ ਡਿਊਰਿੰਗ ਸਮਰ ਸੀਜ਼ਨ ਠੀਕ ਹੈ ਜੀ ਆਪਾਂ ਕੀ ਕਰ ਦੇਣਾ ਦੇਖੋ ਤੁਹਾਡੇ ਖੇਤ ਦੇ ਅੰਦਰ ਕੀੜੇ ਨੇ ਤੁਸੀਂ ਕੀ ਕਰਨਾ ਹੈ ਖੇਤ ਨੂੰ ਵਾਦਣਾ ਖੇਤ ਨੂੰ ਵਾਉਣ ਤੋਂ ਬਾਅਦ ਖੁੱਲਾ ਛੱਡ ਦੇਣਾ ਹੁਣ ਹੋਣਾ ਕੀ ਹੈ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਖੇਤ ਦੇ ਅੰਦਰ ਤੱਕ ਜਾਣਗੀਆਂ ਅੰਦਰ ਤੱਕ ਜਾਣਗੀਆਂ ਤਾਂ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਨੂੰ ਇੰਨੀ ਜ਼ਿਆਦਾ ਜਿਹੜਾ ਟੈਂਪਰੇਚਰ ਹੈ ਉਹ ਮਤਲਬ ਬਰਦਾਸ਼ਤ ਨਹੀਂ ਕਰ ਪਾਉਣਗੇ ਤੇ ਮਰਨਾ ਸ਼ੁਰੂ ਹੋ ਜਾਣਗੇ ਤਾਂ ਐਵੇਂ ਤੁਸੀਂ ਕੀ ਹੈ ਟਿਲਿਜ ਦੇ ਤਰੀਕੇ ਨਾਲ ਕੀ ਕਰਿਆ ਜਾ ਸਕਦਾ ਹੈ ਪੈਸਟ ਨੂੰ ਕੰਟਰੋਲ ਕਰਿਆ ਜਾ ਸਕਦਾ ਇਹ ਚੀਜ਼ਾਂ ਦੇਖੋ ਕਾਮਨ ਨੇ ਇਹ ਹਰੇਕ ਵਿੱਚ ਆਉਣੀਆਂ ਤਾਂ ਐਗਜ਼ਾਮੀਨਰ ਨੇ ਤੁਹਾਨੂੰ ਪੁੱਛਣੀਆਂ ਹੀ ਇਹ ਕਲੀਨ ਕਲਟੀਵੇਸ਼ਨ ਖੇਤ ਵਿੱਚ ਜਿਹੜੇ ਅਨਵਾਂਟਡ ਪਲਾਂਟ ਨੇ ਵੀਡਸ ਵਗੈਰਾ ਨੇ ਉਹਨਾਂ ਨੂੰ ਸਾਫ਼ ਕਰ ਦੇਣਾ ਹੈ ਉਹਨਾਂ ਨੂੰ ਜਮਾਂ ਸਾਫ਼ ਕਰ ਦੇਣਾ ਤਾਂ ਕਿ ਖੇਤ ਵਿੱਚ ਕੁਝ ਰਹਿ ਹੀ ਨਾ ਕਿਉਂਕਿ ਉਹਨਾਂ ਦੇ ਉੱਤੇ ਵੀ ਕਈ ਜਿਹੜੇ ਆਪਣੇ ਕੀੜੇ ਮਕੌੜੇ ਪਲਦੇ ਨੇ ਕ੍ਰੌਪ ਆਈਸੋਲੇਸ਼ਨ ਫਸਲ ਨੂੰ ਅਲੱਗ ਲਾਉਣਾ ਕਿਤੇ ਕੱਠੀਆਂ ਨੇ ਮਤਲਬ ਇਹਦੇ ਨਾਲ ਕੀ ਹੁੰਦਾ ਹੈ ਕਿ ਅੱਡ ਲਾਉਣਾ ਫਸਲ ਤਾਂ ਕਿ ਜਿਹੜਾ ਹੋਸਟ ਉੱਥੇ ਤੱਕ ਪਹੁੰਚ ਨਾ ਸਕੇ ਇੱਕ ਫਸਲ ਤੋਂ ਦੂਜੀ ਫਸਲ ਆਲਟਰਿੰਗ ਸੋਇੰਗ ਔਰ ਪਲਾਂਟਿੰਗ ਟਾਈਮ ਜਿਹੜਾ ਫਸਲ ਹੈ ਉਹ ਬਾਰ-ਬਾਰ ਰੋਟੇਟ ਕਰਦੇ ਰਹਿਣਾ ਚਾਹੀਦਾ ਹੈ ਜੇ ਕਣਕ ਬੀਜ ਲਈ ਤਾਂ ਉਦੋਂ ਬਾਅਦ ਜੀਰੀ ਲਾ ਲਈ ਤਾਂ ਉਦੋਂ ਬਾਅਦ ਕੁਝ ਹੋਰ ਕਰੋ ਤਾਂ ਕਿ ਕੀ ਹੋਵੇ ਜਿਹੜਾ ਕੀੜਾ ਇੱਕ ਫਸਲ ਨੂੰ ਲੱਗਦਾ ਹੈ ਜੇ ਤੁਸੀਂ ਉਹ ਖੇਤ ਚ ਇੱਕੇ ਖੇਤੀ ਕਰਦੇ ਰਹੋਗੇ ਤਾਂ ਬਾਰ-ਬਾਰ ਲੱਗੀ ਜਾਣਾ ਇਸ ਕਰਕੇ ਕ੍ਰੌਪ ਰੋਟੇਟ ਕਰਦੇ ਰਹੋ ਕਲੀਅਰ ਹੈ ਜੀ ਕ੍ਰੌਪ ਰੋਟੇਸ਼ਨ ਕਰਦੇ ਰਹੋ ਇਹ ਸਾਰੇ ਤੁਹਾਡੇ ਕਲਚਰਲ ਤਰੀਕੇ ਨੇ ਵੀ ਤੁਸੀਂ ਕਿਵੇਂ ਕੰਟਰੋਲ alternating host ਠੀਕ ਹੈ ਜੀ planting trap crops trap crops ਮਤਲਬ ਜਿਵੇਂ ਇੱਕ ਵਾਰ ਤੁਸੀ ਐਗਜ਼ੈਂਪਲ ਪੜ੍ਹੀ ਹੋਣੀ ਹੈ ਵੀ ਕਪਾਹ ਦੀ ਖੇਤੀ ਦੇ ਨਾਲ ਨਾਲ ਤੁਸੀਂ ਭਿੰਡੀ ਲਾ ਦਿੰਨੇ ਹੋ ਤਾਂ ਭਿੰਡੀ ਕੀ ਕਰਦੀ ਹੈ ਜਿਹੜੀਆਂ ਕਪਾਹ ਨੂੰ ਕੀੜਾ ਲੱਗਣਾ ਉਹ ਭਿੰਡੀ ਉਹਨੂੰ ਟਰੈਪ ਕਰ ਲੈਂਦੀ ਹੈ ਇਹ ਕੀ ਹੈ ਤੁਹਾਡੀ ਇੱਕ ਟਰੈਪ ਕ੍ਰੌਪਸ ਸਮਝਾਇਆ ਸੀਗਾ ਨਾ ਟਰੈਪ ਕ੍ਰੌਪਸ ਕੀ ਹੁੰਦੀ ਹੈ ਅਗੇ ਆ ਕਰਾਂ ਦੀ ਲੋੜ ਹੈ ਨਹੀਂ ਸਿਰਫ ਯਾਦ ਰੱਖਿਓ ਫਿਜ਼ੀਕਲ ਮੈਥਡ ਨੇ ਕੁਝ ਮਕੈਨੀਕਲ ਮੈਥਡ ਨੇ ਜੋ ਮੈਂ ਤੁਹਾਨੂੰ ਜੋ ਆਪਾਂ ਕਰਨਾ ਹੈ ਜਿਵੇਂ ਮਕੈਨੀਕਲ ਮੈਥਡ ਚ ਕੀ ਨੇ ਰਿਮੂਵਲ ਦਾ ਜਾਂ ਤਾਂ ਤੁਸੀਂ ਜੇ ਕੋਈ ਪਲਾਂਟ ਦਾ ਕਿਸੇ ਪਾਰਟ ਨੂੰ ਕੀੜਾ ਲੱਗਿਆ ਤੁਸੀਂ ਉਹ ਪਲਾਂਟ ਦਾ ਉਹ ਹਿੱਸਾ ਹੀ ਵਾਢ ਦੋ ਤੇ ਉਸ ਤੋਂ ਬਾਅਦ ਕੀ ਹੈ ਇੱਕ ਚੀਜ਼ ਹੁੰਦੀ ਹੈ ਸਕਰੀਨਿੰਗ ਸਕਰੀਨਿੰਗ ਤਾਰਾਂ ਲਾ ਦਿੰਨੇ ਆਪਾਂ ਕਰੇ ਤੁਸੀਂ ਦੇਖਿਆ ਹੋਣਾ ਪਿੰਡ ਦੇ ਜਿਹੜੇ ਟੋਬੇ ਵਗੈਰਾ ਹੁੰਦੇ ਆ ਜਾਂ ਪੌਂਡ ਹੁੰਦੇ ਆ ਉਹਨਾਂ ਦੇ ਉੱਪਰ ਐਵੇਂ ਤਾਰਾਂ ਲਾਈਆਂ ਹੁੰਦੀਆਂ ਆਸਮਾਨ 'ਚ ਤਾਂ ਕਿ ਜਿਹੜੇ ਉਹਨਾਂ ਨੂੰ ਕੀ ਹੈ 버즈 ਵਗੈਰਾ ਨਾ ਖਾਣ ਮਛਲੀਆਂ ਵਗੈਰਾ ਨੂੰ ਤਾਂ ਸਕਰੀਨਿੰਗ ਕਹਿੰਦੇ ਉਹਨੂੰ ਵਾਇਰ ਮੈਸ਼ ਵਾਇਰ ਮੈਸ਼ ਪ੍ਰੋਟੈਕਟਸ ਕਰਾਉ ਫਰੋਮ 버즈 ਮਾਊਸ ਐਂਡ ਰੋਡੈਂਟ ਅਟੈਕਸ ਠੀਕ ਹੈ ਜੀ ਉਹਨੂੰ ਕੀ ਕਿਹਾ ਜਾਂਦਾ ਸਕਰੀਨਿੰਗ ਤੇ ਦੂਜੀ ਕੀ ਹੈ ਸਟਿੱਕੀ ਬੈਂਡਸ ਆਪਾਂ ਨੇ ਕੀ ਕਰਨਾ ਹੈ ਜਿਵੇਂ ਆਪਣੀਆਂ ਐਂਟਸ ਨੇ ਮੱਖੀਆਂ ਵਗੈਰਾ ਜਿਵੇਂ yellow color attracts white fly ਆਪਾਂ ਕੀ ਕਰਨਾ ਹੈ yellow color ਦੀ ਇੱਕ ਸਟਿੱਕੀ ਜੀ ਲੈਣੀ ਹੈ ਉਹਦੇ ਤੇ ਆਪਾਂ ਕੋਈ ਪੇਸਟ ਲਾ ਦੇਣਾ ਗਮ ਲਾ ਦੇਣਾ ਤੇ ਜਿਹੜੀ ਵਾਈਟ ਫਲਾਈ ਹੈ ਉੜ ਕੇ ਉਹਨੇ ਆਉਣਾ ਹੈ ਤੇ ਉਹਦੇ ਉਹਨੇ ਉਹਦੇ ਤੇ ਬਹਿ ਜਾਣਾ ਉਹਦੇ ਤੇ ਬਹਿ ਜਾਣਾ ਮੜ ਕੇ ਉਹਨੇ ਉੱਠੇ ਨਹੀਂ ਪਾਉਣਾ ਉੱਠ ਕਿਉਂ ਨਹੀਂ ਪਾਉਣਾ ਕਿਉਂਕਿ ਉਹਦੇ ਤੇ ਕੀ ਹੈ ਥੋੜਾ ਸਟਿੱਕੀ ਆ ਉਹ ਠੀਕ ਹੈ ਜੀ ਮਤਲਬ ਉਹਦੇ ਤੇ ਆਪਾਂ ਐਵੇਂ ਦਾ ਕੋਈ ਪੇਸਟ ਲਾਇਆ ਵਾ ਜਿਨੇ ਉਹਨੂੰ ਆਪਣੇ ਨਾਲ ਹੀ ਸਟਿਕ ਕਰ ਲੈਣਾ ਤਾਂ ਇਹਦੇ ਨਾਲ ਹੋਣਾ ਕੀ ਹੈ ਇਹਦੇ ਨਾਲ ਹੋਣਾ ਕੀ ਹੈ ਉਹਨੇ ਉੱਥੇ ਹੀ ਮਰ ਜਾਣਾ ਸਟਿੱਕੀ ਬੈਂਡਸ ਵੀ ਕੰਮ ਕਰਦੇ ਨੇ ਆਪਣੀ ਜਿਹੜੇ ਇਹਨੇ ਆਪਣੀਆਂ ਐਂਟਸ ਵਗੈਰਾ ਨੇ ਇਹਨਾਂ ਨੂੰ ਖਤਮ ਕਰਨ ਲਈ ਇਹ ਕੁਝ ਇਹ ਕੁਝ ਕਰਨ ਦੀ ਲੋੜ ਹੈ ਨਹੀਂ ਇਹ ਲਿਖਿਆ ਹੋਇਆ ਬਾਇਓਲੋਜੀਕਲ ਕੰਟਰੋਲ ਆਫ ਇਨਸੈਕਟ ਪੈਸਟ ਬਾਇਓਲੋਜੀਕਲ ਜਿੱਥੇ ਚੀਜ਼ ਆ ਗਈ ਵੀ ਤੁਸੀਂ ਬੈਕਟੀਰੀਆ ਫੰਗਾਈ ਦੇ ਨਾਲ ਕਿਵੇਂ ਤੁਸੀਂ ਜਿਹੜੇ ਪੈਸਟ ਨੇ ਉਹਨਾਂ ਨੂੰ ਕੰਟਰੋਲ ਕਰ ਸਕਦੇ ਹੋ ਕੀੜਿਆਂ ਨੂੰ ਉਹਨਾਂ ਨੂੰ ਕੰਟਰੋਲ ਕਰ ਸਕਦੇ ਹੋ ਇਹਦੀ ਸਭ ਤੋਂ ਵੱਡੀ ਐਗਜ਼ੈਂਪਲ ਹੈ ਬੀਟੀ ਬੀਟੀ ਮੈਂ ਤੁਹਾਨੂੰ ਕੀ ਸਮਝਾਇਆ ਸੀਗਾ ਬੈਸਿਲਸ ਥਰੰਜੈਨਸਿਸ ਇਹ ਹੈ ਕਿ ਇਹ ਇੱਕ ਬੈਕਟੀਰੀਆ ਹੈ ਕਿੱਥੋਂ ਲਿਆ ਮਿੱਟੀ ਤੋਂ ਲਿਆ ਇਹ ਕਿਹੜੇ ਕੀੜੇ ਤੋਂ ਬਚਾਉਂਦਾ ਪਿੰਕ ਬਾਲਵਾਰਮ ਪਿੰਕ ਬਾਲਵਾਰਮ ਜਾਂ ਫਿਰ ਗ੍ਰੀਨ ਬਾਲਵਾਰਮ ਠੀਕ ਹੈ ਜੀ ਇਹਨਾਂ ਕੀੜਿਆਂ ਤੋਂ ਬਚਾਉਂਦਾ ਹੈ ਤਾਂ ਕੀ ਇਹ ਇੱਕ ਬੈਕਟੀਰੀਆ ਹੀ ਹੈ ਤਾਂ ਹੋਇਆ ਕੀ ਇੱਕ ਬਾਇਓਲੋਜੀਕਲ ਕੰਟਰੋਲ ਕਿ ਕਿਵੇਂ ਬਾਇਓਲੋਜੀਕਲ ਤਰੀਕੇ ਨਾਲ ਆਪਣਾ ਕੀੜਿਆਂ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਤਾਂ ਉਹਦੇ ਵਿੱਚ ਇਹ ਕੁਝ ਐਗਜ਼ੈਂਪਲਾਂ ਦਿੱਤੀਆਂ ਹੋਈਆਂ ਐਨਾ ਡਿਟੇਲ ਚ ਨਾ ਗਰਿਓ ਸਿਰਫ ਇੱਕ ਵਾਰ ਇਹਨੂੰ ਗੋ ਥਰੂ ਹੋ ਜੇ ਉਹਦੇ ਤੋਂ ਸਲਾਈਡ ਤੋਂ ਕੈਮੀਕਲ ਮੈਥਡ ਕੁਝ ਯਾਦ ਨਹੀਂ ਰੱਖਣਾ ਜੋ ਯਾਦ ਰੱਖਣਾ ਉਹ ਇਹ ਟੇਬਲ ਹੈ ਉਹ ਇਹ ਟੇਬਲ ਹੈ ਹੋਰ ਕੁਝ ਯਾਦ ਨਹੀਂ ਰੱਖਣਾ ਇਹ ਤੁਹਾਡੇ ਟੈਕਨੀਕਲ ਨੇਮ ਨੇ ਪੈਸਟਿਸਾਈਡ ਸੇ ਏ ਤੁਹਾਡੇ ਟੈਕਨੀਕਲ ਨੇਮ ਨੇ ਪੈਸਟੀਸਾਈਡ ਦੇ ਕਾਰਬੈਰਲ ਠੀਕ ਹੈ ਜੀ ਇਹ ਇੱਕ ਪਾਊਡਰ ਦੀ ਫਾਰਮ ਚ ਹੁੰਦਾ ਹੈ ਤੇ ਇਹਨੂੰ ਕੀ ਕਰਿਆ ਜਾਂਦਾ ਹੈ ਜਾਂ ਤਾਂ ਇਹਦੀ ਸਪਰੇਅ ਕਰੀ ਜਾਂਦੀ ਹੈ ਜਾਂ ਇਹਨੂੰ ਮਿੱਟੀ ਚ ਮਲਾਇਆ ਜਾਂਦਾ ਹੈ ਠੀਕ ਹੈ ਜੀ ਕੀੜੇ ਲੱਗਣ ਤੋਂ ਫਸਲਾਂ ਨੂੰ ਬਚਾਉਣ ਤੋਂ ਪਹਿਲਾਂ ਤੇ ਇੱਕ ਹੁੰਦਾ ਹੈ ਡਾਈਕੋਫਾਲ ਇਹ ਤੁਹਾਡਾ ਲਿਕਵਿਡ ਫਾਰਮ ਚ ਹੁੰਦਾ ਹੈ ਇੱਕ ਹੁੰਦਾ ਹੈ ਡਾਈਕਲੋਰ ਡਾਈਕਲੋਰਵਸ ਇੱਕ ਹੁੰਦਾ ਹੈ ਡੈਮੈਥੋਇਟ ਇੱਕ ਹੁੰਦਾ ਹੈ ਡਾਈਨੋਕੈਪ ਇੱਕ ਹੁੰਦਾ ਹੈ ਮਾਲਾਥੀਨ ਤੇ ਇੱਕ ਹੁੰਦਾ ਹੈ ਫੋਰੇਟ ਕੁਝ ਨਹੀਂ ਕਰਨਾ ਸਿਰਫ ਨਾਮ ਯਾਦ ਰੱਖਿਓ ðiiz are the pest control ਕੈਮੀਕਲ ਤਰੀਕੇ ਨਾਲ ਕਿਵੇਂ ਤੁਸੀਂ ਖੇਤਾਂ ਨੂੰ ਕੀੜਿਆਂ ਲੱਗਣ ਤੋਂ ਬਚਾ ਸਕਦੇ ਆ ਕੈਮੀਕਲ ਤਰੀਕਿਆਂ ਚ ਤਾਂ ਉਹਨਾਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਯੂਜ਼ ਹੋਣੀਆਂ ਤਾਂ ਇਹ ਤੁਹਾਡੇ ਆਨਸਰ ਨੇ ਜੀ ਅੱਜ ਦਾ ਲੈਕਚਰ ਥੋੜਾ ਜਿਹਾ ਟਫ ਲੈਕਚਰ ਹੈ ਟਫ ਲੈਕਚਰ ਕਿਉਂ ਹੈ ਕਿਉਂਕਿ ਯਾਦ ਕਰਨੇ ਵਾਲਾ ਬਹੁਤ ਹੈ ਤੇ ਜਿਹੜਾ ਟੌਪਿਕ ਆਪਾਂ ਪੜ੍ਹ ਰਹੇ ਆ ਸਭ ਤੋਂ ਟਫ ਹੈ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਜੋ ਆਪਾਂ ਅੱਜ ਕਰ ਰਹੇ ਆਂ ਕਲੀਅਰ ਚੀਜ਼ ਇਹ ਲੈਕਚਰ ਤੇ ਤੁਸੀਂ ਧਿਆਨ ਦੇਣਾ ਮਤਲਬ ਜਿੰਨਾ ਕਿ ਯਾਦ ਹੋ ਗਿਆ ਠੀਕ ਹੈ ਐਵੇਂ ਨਹੀਂ ਹੈਗਾ ਵੀ ਤੁਸੀਂ ਪਿਛਲੇ 2 ਦਿਨ ਤੋਂ ਇਹਨੂੰ ਹੀ ਪੜਨ ਬੈਠੇ ਹੋ ਐ ਯਾਦ ਕਰਨ ਬੈਠੇ ਹੋ ਐਵੇਂ ਦਾ ਕੁਝ ਨਾ ਕਰਿਓ ਕਿਉਂਕਿ ਤੁਹਾਡਾ ਜਿਹੜਾ ਕੁਐਸਚਨ ਹੋ ਸਕਦੇ ਨੇ ਸਿੰਪਲ ਕੁਐਸਚਨ ਨੇ ਤੁਸੀਂ ਉਹ ਵੀ ਛੱਡ ਦੇਣੇ ਆ ਕਲੀਅਰ ਹੈ ਇਹ ਆਪਾਂ ਕਰਵਾ ਰਹੇ ਆ ਮੈਂ ਮੈਂ ਤੁਹਾਨੂੰ ਇਜ਼ੀ ਕਰਕੇ ਕਰਾਇਆ ਜਿਹੜੇ ਟੇਬਲ ਨੇ ਟੇਬਲ ਦੇਖ ਲਿਓ ਉੱਥੇ ਅੱਗੇ ਜਾ ਕੇ ਦੇਖ ਲਿਓ ਕਿਹੜੇ ਕੀੜੇ ਮਕੌੜੇ ਨੇ ਠੀਕ ਹੈ ਜੀ ਤੇ ਬਿਮਾਰੀਆਂ ਦੇਖ ਲਿਓ ਉਹਨਾਂ ਦੇ ਨਾਮ ਦੇਖ ਲਿਓ ਤੁਹਾਨੂੰ ਉੱਤੇ ਆਈਡੀਆ ਹੋ ਸਮਝ ਲੱਗ ਰਹੀ ਹੈ ਜੀ ਗੱਲ? ਇਹ ਤੁਹਾਡੇ ਪੈਸਟੀਸਾਈਡਸ ਨੇ ਜਿਹੜੇ ਬਚਾਉਂਦੇ ਨੇ ਤੁਹਾਡੀ ਫਸਲ ਨੂੰ ਪੈਸਟੀਸਾਈਡਸ ਠੀਕ ਹੈ ਜੀ ਉਹਦੇ ਬਾਅਦ ਦੇਖੋ ਡਿਜ਼ੀਜ਼ ਮੈਨੇਜਮੈਂਟ ਜਿਹੜੀਆਂ ਡਿਜ਼ੀਜ਼ ਲੱਗਦੀਆਂ ਜਿਹੜੀਆਂ ਡਿਜ਼ੀਜ਼ ਲੱਗਦੀਆਂ ਜੀ ਡਿਜ਼ੀਜ਼ ਮੈਨੇਜਮੈਂਟ ਆਪਣਾ ਨੈਕਸਟ ਟੌਪਿਕ ਹੈ ਦਰੁਪਦੀਪ ਸਿੰਘ ਜੀ ਹੁਣ ਤੁਹਾਡਾ ਟਾਈਮ ਜਿਹੜਾ ਹੈਗਾ ਕਰੰਟ ਅਫੇਅਰ ਕਰਨੇ ਆ ਤਾਂ ਕੁਐਸਚਨ ਕਰਨੇ ਆ ਪੜ੍ਹਨੇ ਕਰੰਟ ਅਫੇਅਰ ਹੁਣ ਬੰਦ ਕਰ ਦਿਓ ਕੁਐਸਚਨ ਜ਼ਿਆਦਾ ਤੋਂ ਜ਼ਿਆਦਾ ਕਰੋ ਤੇ ਨਾਰਮਲੀ ਐਗਰੀਕਲਚਰ ਦਾ ਜੋ ਹੋ ਚੁੱਕਿਆ ਉਹਨੂੰ ਵਾਰ-ਵਾਰ ਰਿਵਾਈਜ਼ ਕਰੋ ਜੋ ਤੁਹਾਨੂੰ ਪੀਪੀਟੀਆਂ ਸ਼ੇਅਰ ਹੋਈਆਂ ਜਿਹੜੇ ਲਾਸਟ ਦੇ ਟਾਪਿਕ ਸ਼ੇਅਰ ਕੀਤੇ ਆ ਉਹਨਾਂ ਦੇ ਨੋਟਸ ਤੁਸੀਂ ਆਪਣੇ ਇੱਕ ਵਾਰ ਦੇਖੋ ਵੀ ਉਹ ਕਿੱਥੋਂ ਕੁਐਸਚਨ ਬਣ ਸਕਦੇ ਆ ਤੁਹਾਨੂੰ ਆਈਡੀਆ ਹੋ ਗਿਆ ਹੁਣ ਹੁਣ ਤਾਂ ਪੜ੍ਹਦੇ ਨੂੰ ਤੁਸੀਂ ਮੇਨਸ ਦੇਣਾ ਤੇ ਦੂਜੀ ਚੀਜ਼ ਹੈ ਆਪਣਾ ਮੈਥ ਰੀਜ਼ਨਿੰਗ ਇੰਗਲਿਸ਼ ਤੇ ਥੋੜਾ ਜ਼ਿਆਦਾ ਫੋਕਸ ਰੱਖੋ ਕਿਉਂਕਿ ਉਹ ਫੇਰ ਜ਼ ਤੇ ਐਗਰੀਕਲਚਰ ਵੀ ਜਿੰਨਾ ਆਪਾਂ ਕਰ ਰਹੇ ਹਾਂ ਇਹ ਚੀਜ਼ਾਂ ਸਫੀਸ਼ੀਐਂਟ ਹੀ ਨੇ ਠੀਕ ਹੈ ਜੀ ਆਪਾਂ ਡਿਟੇਲ ਚ ਹੀ ਕੀਤਾ ਸਾਰਾ ਕੁਝ ਠੀਕ ਹੈ ਜੀ ਸਪੌਟ ਹੋ ਜਾਂਦਾ ਸੈਲਸ ਆਰ ਕਿਲਡ ਇਨ ਅ ਲਿमिटेड ਏਰੀਆ ਐਂਡ ਦਾ ਡੈਡ ਟਿਸ਼ੂ ਯੂਜ਼ਲੀ ਆਪਣਾ ਬਰਾਊਨਿਸ਼ ਕਲਰ ਦੇ ਹੋਣ ਲੱਜ ਜਾਂਦੇ ਪੱਤੇ ਵਗੈਰਾ ਇਹਨੂੰ ਕੀ ਕਿਹਾ ਜਾਂਦਾ ਸਪੌਟ ਇਹ ਡਿਜ਼ੀਜ਼ ਨੂੰ ਕੀ ਕਹਿੰਦੇ ਆ ਸਪੌਟ ਬਲਾਈਟ ਇਹ ਬਲਾਈਟ ਜੇ ਤੁਹਾਨੂੰ ਪੁੱਛ ਲੈ ਕੀ ਵਾਟ ਇਜ਼ ਬਲਾਈਟ ਡਿਜ਼ੀਜ਼ ਇਨ ਦਾ ਪਲਾਂਟਸ ਤਾਂ ਇਹ ਕੀ ਹੁੰਦਾ ਜਿਵੇਂ ਕੋਈ ਚੀਜ਼ ਜਲੀ ਹੁੰਦੀ ਹੈ ਐਵੇਂ ਦੀ ਅਪੀਅਰੈਂਸ ਹੁੰਦੀ ਹੈ ਆ ਬਰਨਟ ਅਪੀਅਰੈਂਸ ਠੀਕ ਹੈ ਜੀ ਬਰਨਟ ਅਪੀਅਰੈਂਸ ਦੀ ਤਰ੍ਹਾਂ ਤੁਹਾਨੂੰ ਹੋਗਾ ਵੀ ਜਿਵੇਂ ਕੋਈ ਚੀਜ਼ ਜਲੀ ਹੋਈ ਹੈ ਉਹਦੀ ਐਵੇਂ ਤਾਂ ਤੁਹਾਨੂੰ ਲੱਗੂਗਾ ਤੇ ਡੈਂਪਿੰਗ ਆਫ ਕੀ ਹੁੰਦਾ ਹੈ ਡੈਂਪਿੰਗ ਆਫ ਕੀ ਹੁੰਦਾ ਹੈ ਡੈਂਪਿੰਗ ਇਹ ਨਰਸਰੀ ਵਿੱਚ ਹੁੰਦੀ ਹੈ ਮੋਸਟਲੀ ਹੁੰਦੀ ਕਿਥੇ ਹੈ ਜੀ ਨਰਸਰੀ ਚ ਦੇਖੋ ਨਰਸਰੀ ਚ ਕੀ ਹੁੰਦਾ ਹੈ ਨਰਸਰੀ ਵਿੱਚ ਆਪਾਂ ਪlant ਦੀ ਗ੍ਰੋਥ ਸ਼ੁਰੂ ਕਰਦੇ ਆਂ ਪlant ਦੀ ਗ੍ਰੋਥ ਸ਼ੁਰੂ ਕਰਦੇ ਆਂ ਨਰਸਰੀ ਚ ਮਤਲਬ ਇਹ ਨਰਸਰੀ ਟਾਈਮ ਦੀ ਡਿਜ਼ੀਜ਼ ਹੈ ਡੈਂਪਿੰਗ ਆਫ ਇਹਦੇ ਵਿੱਚ ਡਿਜ਼ੀਜ਼ ਜਿਹੜੀ ਹੈਗੀ ਹੈ ਉਹ ਪ੍ਰੀ ਇਮਰਜੈਂਸ ਤੇ ਸੀਡਲਿੰਗ ਡਿਜ਼ੀਜ਼ ਹੈ ਮਤਲਬ ਜਿਹੜਾ ਬੀਜ ਹੈ ਬੀਜ ਨੂੰ ਹੀ ਡਿਜ਼ੀਜ਼ ਲੱਗ ਜਾਂਦੀ ਹੈ ਐਵੇਂ ਨਹੀਂ ਵੀ ਪਲਾਂਟ ਖੜਾ ਹੈ ਤੇ ਉਹਨੂੰ ਡਿਜ਼ੀਜ਼ ਲੱਗੀ ਜਿਹੜਾ ਆਪਣਾ ਬੀਜ ਹੈ ਬੀਜ ਨੂੰ ਹੀ ਡਿਜ਼ੀਜ਼ ਲੱਗਣੀ ਹੈ ਇਹ ਕਿਹੜੀ ਡਿਜ਼ੀਜ਼ ਹੈ ਤੁਹਾਡੀ ਡੈਂਪਿੰਗ ਆਫ ਇਹਨੂੰ ਕੀ ਕਿਹਾ ਜਾਂਦਾ ਜੀ ਡੈਂਪਿੰਗ ਆਫ ਕਈ ਤਰ੍ਹਾਂ ਦੀਆਂ ਫੰਗਾਈ ਇਹ ਡਿਜ਼ੀਜ਼ ਕਰਦੀਆਂ ਜਿਵੇਂ ਪਾਈਥੀਅਮ ਪਾਈਥੋਪਥੋਰਾ ਠੀਕ ਹੈ ਜੀ ਰਾਈਜ਼ੋਕਟੋਨੀਆ ਐਂਡ ਫੂਸਾਰੀਅਮ ਇਹ ਤੁਹਾਡੀਆਂ ਕੁਝ ਹੋਣੇ ਫੰਗਾਈ ਨੇ ਜਿਹੜੀਆਂ ਐਵੇਂ ਦੀਆਂ ਡਿਜ਼ੀਜ਼ ਕਰਦੀਆਂ ਵੈਲਟ ਵੈਲਟ ਕੀ ਹੁੰਦਾ ਦਾ ਮੋਸਟ ਸਟ੍ਰਾਈਕਿੰਗ ਇਫੈਕਟ ਇਜ਼ ਅ ਡ్రਾਈਂਗ ਔਰ ਵੇਲਟਿੰਗ ਆਫ ਦਾ ਐਂਟਾਇਰ ਪਲਾਂਟ ਠੀਕ ਹੈ ਜੀ ਇਹਦੇ ਚ ਕੀ ਹੁੰਦਾ ਜਿਹੜੇ ਪਲਾਂਟ ਨੇ ਉਹਦੇ ਅੰਦਰ ਜਿਹੜਾ ਪਾਣੀ ਹੈ ਉਹ ਟੋਟਲੀ ਖਤਮ ਹੋਣ ਲੱਗ ਜਾਂਦਾ ਤੇ ਜਿਹੜੀ ਪਲਾਂਟ ਦੀ ਟਰਜੀਡਿਟੀ ਹੈ ਮਤਲਬ ਉਹ ਖੜਾ ਰਹਿੰਦਾ ਤੇ ਪਲਾਂਟ गिरਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਉਹਨੂੰ ਬਿਮਾਰੀ ਨੂੰ ਕੀ ਕਿਹਾ ਜਾਂਦਾ ਵੇਲਟ ਕਿਹਾ ਜਾਂਦਾ ਵੇਲਟ ਅੱਗੇ ਕੀ ਹੈ ਡਾਈ ਬੈਕ ਇਹਦੇ ਵਿੱਚ ਕੀ ਹੁੰਦਾ ਇਨਵੇਸ਼ਨ ਬਾਏ 1 ਔਰ ਵੇਰੀਅਸ ਪੈਥੋਜਨਸ ਫਰਸਟ 옐ਲੋਇੰਗ ਦੈਨ ਬਲੈਕਨਿੰਗ ਪਹਿਲਾ ਪੱਤੇ ਆ ਜਿਹੜੇ ਉਹ ਪੀਲੇ ਹੋ ਜਣੇ ਤੇ ਬਾਅਦ ਵਿੱਚ ਕਾਲੇ ਹੋਣੇ ਸ਼ੁਰੂ ਹੋ ਜੰਨੇ ਆ ਤੇ ਪੱਤੇ ਜਿਹੜੇ ਉਹ ਬਿਲਕੁਲ ਹੀ ਖਰਾਬ ਹੋ ਜੰਨੇ ਆ ਡਾਈ ਬੈਕ ਕਿਹਾ ਜਾਂਦਾ ਮੈਂ ਤੁਹਾਨੂੰ ਤੇਜ਼ ਤੇ ਇਸ ਲਈ ਪੜਾ ਰਿਹਾ ਕਿਉਂਕਿ ਅੱਗੇ ਜਾ ਕੇ ਮੇਰੀਆਂ ਫਿਗਰਸ ਨੇ ਅੱਗੇ ਜਾ ਕੇ ਮੇਰੀਆਂ ਕੀ ਨੇ ਕੁਝ ਫੋਟੋਸ ਨੇ ਨੈਕ੍ਰੋਸਿਸ ਇਟ ਮੀਨਸ ਦ ਡੈਥ ਆਫ ਇਨਫੈਕਟਡ ਸੈਲ অর ਡਿਸਇੰਟੀਗ੍ਰੇਸ਼ਨ ਆਫ ਟਿਸ਼ੂ ਇਹ ਕਿ ਹੁੰਦਾ ਜਿਹੜੇ ਇਨਫੈਕਟਡ ਸੈਲ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਜਿਹੜੇ ਟਿਸ਼ੂ ਟਿਸ਼ੂ ਨੇ ਜਿਨ੍ਹਾਂ ਤੋਂ ਪੱਤਾ ਬਣਿਆ ਹੋਇਆ ਜਾਂ ਕੋਈ ਵੀ ਪਲੈਂਟ ਬਣਿਆ ਹੋਇਆ ਉਹ ਡਿਸਇੰਟੀਗ੍ਰੇਸ਼ਨ ਹੋ ਜਾਂਦੀ ਹੈ ਮਤਲਬ ਟੁੱਟਣਾ ਸ਼ੁਰੂ ਕਰ ਦਿੰਨੇ ਆ ਉਹ ਤੇ ਇਹਦੇ ਵਿੱਚ ਨਾਲ ਕੀ ਹੁੰਦਾ ਹੈ ਉਹ ਟੋਟਲੀ ਖਤਮ ਹੋ ਜਾਂਦੀ ਹੈ ਚੀਜ਼ ਸਾਰੀਆਂ ਬਿਮਾਰੀਆਂ ਇਹਦੇ ਹੀ 파ਟ ਨੇ ਕਿਉਂਕਿ ਜੇ ਪਹਿਲਾ ਫਸਲ ਵਿੱਚ ਇਹ ਚੀਜ਼ਾਂ ਹੋਣਗੀਆਂ ਸੈੱਲ ਖਰਾਬ ਹੋਊਗਾ ਉਹਦੇ ਟਿਸ਼ੂ ਖਰਾਬ ਹੋਣਗੇ ਉਹ ਤੋਂ ਬਾਅਦ ਹੀ ਬਲਾਸਟ ਬ্লাইਟ ਡੈਂਪਿੰਗ ਆਫ ਡਾਈ ਬੈਕ ਸਾਰੀਆਂ ਚੀਜ਼ਾਂ ਉਹ ਤੋਂ ਬਾਅਦ ਹੀ ਹੋਣੀਆਂ ਇਹ ਪਾਊਡਰੀ ਮੈਲਡੀਓ ਕੀ ਹੁੰਦਾ ਤੁਸੀਂ ਦੇਖਿਆ ਹੋਣਾ ਪਾਊਡਰੀ ਫੰਗਲ ਗ੍ਰੋਥ ਹੈ ਇਹ ਇੱਕ ਯਾਦ ਰੱਖਿਓ ਕਈ ਵਾਰ ਕਿਸੇ ਚੀਜ਼ ਦੇ ਤੁਸੀਂ ਦੇਖਿਆ ਹੋਣਾ ਪੱਤੇਾਂ ਦੇ ਉੱਤੇ ਕੀ ਹੋ ਜਾਂਦਾ ਪਾਊਡਰ ਜਿਹਾ ਜਮਿਆ ਹੋਇਆ ਦਿਖਦਾ ਤੁਹਾਨੂੰ ਠੀਕ ਹੈ ਜੀ ਪਾਊਡਰ ਜਿਹਾ ਜਮਿਆ ਹੋਇਆ ਦਿਖਦਾ ਠੀਕ ਹੈ ਜੀ ਵਾਈਟ ਐਂਡ ਪਾ ਇਹ ਵੀ ਕੀ ਹੈ ਫੰਗਲ ਡਿਜ਼ੀਜ਼ ਹੈ ਰਸਟ ਮਤਲਬ ਬਲੈਕ ਬਰਾਊਨ ਰੈਡੀਸ਼ ਜਿਹਾ ਕਲਰ ਹੋ ਜਾਂਦਾ ਪੱਤਿਆਂ ਦਾ ਰੂਟ ਨਾਟ ਕੀ ਹੁੰਦਾ ਜਿਹੜੀਆਂ ਜੜਾਂ ਹੁੰਨੀਆਂ ਉਹ ਖਰਾਬ ਹੋਣ ਲੱਗ ਜਾਂਦੀਆਂ ਕਿਸੇ ਵੀ ਚੀਜ਼ ਦੀਆਂ ਰੂਟ ਨਾਟ ਠੀਕ ਹੈ ਜੀ ਰੂਟ ਨਾਟ ਤੇ ਫਲਾਰ ਬਡ ਰਾਟ ਮਤਲਬ ਜਿਹੜੇ ਫਲਾਰ ਦਾ ਬਰਡ ਹੁੰਦਾ ਉਹ ਵੀ ਮੁਰਝਾਉਣ ਲੱਗ ਜਾਂਦਾ ਇੱਥੇ ਦੇਖੋ ਤੁਸੀਂ ਥੋੜਾ ਜਿਹਾ ਪਲੀਜ਼ ਇਹ ਚੀਜ਼ਾਂ ਦੇਖੋ ਲੀਫ ਮੋਸਾਈਕਾ ਹੁੰਦਾ ਹੈ ਪਲਾਂਟ ਲਾਈਕ ਮੋਡਲਡ ਬਿਕੋਜ਼ ਆਫ ਡਾਰਕ ਐਂਡ ਲਾਈਟ ਗ੍ਰੀਨ ਏਰੀਆ ਐਂਡ ਆਲਸੋ yellow patches yellow patches ਬਣ ਜਾਂਦੇ ਉਹਨੂੰ ਉਹਨੂੰ leaf mosaic ਕਹਿੰਦੇ ਆ yellow patches ਕਈ ਵਾਰ ਦੇਖਿਆ ਹੁੰਦਾ ਤੁਸੀਂ ਪੱਤੇ ਦੇ ਉੱਤੇ yellow color ਦੀ ਲਾਈਨ ਬਣ ਜਾਂਦੀ ਹੈ ਉਹ ਕੀ ਹੁੰਦਾ leaf mosaic leaf curl ਮਤਲਬ ਪੱਤੇ ਜਿਹੜੇ ਮੁਰਝਾਉਣ ਲੱਜਨੇ ਆ ਪੱਤੇ ਮੋੜਨ ਲੱਜਨੇ ਆ ਇਹ ਦੇਖੋ ਤੁਹਾਡਾ ਕੀ ਆ black spot ਐਵੇਂ ਦਾ ਪੱਤਿਆਂ ਤੇ ਬਣ ਜਾਂਦਾ black spot ਕਹਿੰਦੇ ਆ ਇਹਨੂੰ ਕਹਿੰਦੇ ਆ ਜੀ rust ਇਹਨੂੰ ਕਹਿੰਦੇ ਆ ਜੀ rust ਤੁਹਾਡਾ ਥੋੜਾ ਤੇਜ਼ ਚੱਲ ਰਹੇ ਆ ਸੌਰੀ ਕਿਉਂਕਿ ਟਾਈਮ ਕੱਟ ਹੈ ਰੂਟ ਨਾਟ ਜਿਹੜੀਆਂ ਜੜਾਂ ਨੇ ਜੜਾਂ ਦੇ ਦੇਖੋ ਕੀ ਹੋ ਗਿਆ ਜੜਾਂ 'ਚ ਜਿਵੇਂ ਪਿੰਪਲ ਨਹੀਂ ਹੋ ਜਾਂਦੇ ਜਿਵੇਂ ਆਪਾਂ ਇੱਕ ਚੀਜ਼ ਪੜ੍ਹੀ ਸੀਗੀ ਗੋਲ ਜਿਵੇਂ ਜੜਾਂ 'ਚ ਪਿੰਪਲ ਹੋ ਜਾਂਦੇ ਐਵੇਂ ਦੀ ਐਵੇਂ ਦੀ ਬਿਮਾਰੀ ਨੂੰ ਕੀ ਕਿਹਾ ਜਾਂਦਾ ਹੈ ਰੂਟ ਨਾਟ ਇਹ ਹੋ ਗਿਆ ਤੁਹਾਡਾ ਰੋਜ਼ ਮੋਸਾਇਕ ਪੀਲੀ ਲਾਈਨ ਬਣ ਗਈ ਪੱਤੇ ਦੇ ਉੱਤੇ ਮੋਸਾਇਕ ਇਹ ਤੁਹਾਡਾ ਸੂਰਜਮੁਖੀ ਦੇ ਫੁੱਲ ਤੇ ਉੱਤੇ ਪਾਊਡਰੀ ਮੈਲਡਿਊ ਵਾਈਟ ਕਲਰ ਦਾ ਤੁਹਾਨੂੰ ਲੱਗਦਾ ਪਾਊਡਰ ਹੈ ਜੰਮਿਆ ਇੱਕ ਫੰਗਲ ਡਿਜ਼ੀਜ਼ ਹੈ ਠੀਕ ਹੈ ਜੀ ਇਹ ਪੱਤਿਆਂ ਦੇ ਉੱਤੇ ਜਿਹੜਾ ਪਿੰਪਲ ਲਾਈਕ ਸਟਰਕਚਰ ਆਪਾਂ ਪਹਿਲਾਂ ਵੀ ਪੜਿਆ ਗੋਲ लीफ ਕਰਲ ਜਿਹੜੇ ਪੱਤੇ ਮੁੜਨਾ ਸ਼ੁਰੂ ਹੋ ਜੰਨੇ ਆ ਜੀ ਕਲੀਅਰ ਹੈ ਸਾਰਿਆਂ ਨੂੰ ਤੁਹਾਨੂੰ ਸਮਝਾਉਣ ਲਈ ਈਜ਼ੀ ਕਰਨ ਲਈ ਮੈਂ ਡਾਇਗਰਾਮ ਪਾਏ ਆ ਕਿਉਂਕਿ ਆਪਣੇ ਕੋਲ ਟਾਈਮ ਹੈ ਨਹੀਂ ਤੇ ਆਪਾਂ ਨੂੰ ਚੀਜ਼ਾਂ ਜ਼ਿਆਦਾ ਦੇਖਣੀ ਹੈ ਤਾਂ ਤੁਸੀਂ ਡਾਇਗਰਾਮ ਦੇਖ ਕੇ ਸਮਝ ਸਕਦੇ ਹੋ ਹਾਂਜੀ ਕਲੀਅਰ ਹੈ ਜੀ ਡਿਜ਼ੀਜ਼ ਮੈਨੇਜ ਕਿਵੇਂ ਕਰੋਗੇ ਜਿਹੜੀਆਂ ਇਹ ਡਿਜ਼ੀਜ਼ਸ ਹੁੰਦੀਆਂ ਇਹਨਾਂ ਨੂੰ ਤੁਸੀਂ ਕਿਵੇਂ ਮੈਨੇਜ ਕਰੋਗੇ ਪਹਿਲਾਂ ਤਾਂ ਉਹ ਹੀ ਕਲਚਰਲ ਤਰੀਕੇ ਨੇ ਵਹਾਈ ਕਰ ਲਈ ਉਹ ਤੋਂ ਬਾਅਦ ਫੀਲਡ ਦੀ ਸੈਨੀਟੇਸ਼ਨ ਕਰ ਲਈ ਮਤਲਬ ਸਾਫ਼ ਕਰਤਾ ਉਹਨੂੰ ਵੀਡ ਵੂਡੂ ਚੋਂ ਖਤਮ ਕਰਤੇ ਕ੍ਰੌਪ ਰੋਟੇਸ਼ਨ ਕੀਤੀ ਹੈ ਦੈਨ ਰੈਜ਼ਿਸਟੈਂਟ ਵੈਰਾਈਟੀਆਂ ਕੁਝ ਐਵੇਂ ਦੀਆਂ ਵੈਰਾਈਟੀਆਂ ਲਾਤੀਆਂ ਜਿਨ੍ਹਾਂ ਨਾਲ ਉਹ ਖੇਤ ਨੂੰ ਬਿਮਾਰੀਆਂ ਨਾ ਹੋਣ ਫੰਗਲ ਇਨਫੈਕਸ਼ਨ ਨਾ ਹੋਵੇ ਐਵੇਂ ਦੀਆਂ ਚੀਜ਼ਾਂ ਅਲਟਰੇਸ਼ਨ ਇਨ ਸੋਇੰਗ ਟਾਈਮ ਸੀਡ ਟ੍ਰੀਟਮੈਂਟ ਜਿਹੜੇ ਬੀਜ ਲਾਉਣੇ ਆ ਉਹਨਾਂ ਨੂੰ ਟ੍ਰੀਟ ਕਰਕੇ ਲਾਉਣੇ ਚਾਹੀਦੇ ਆ ਕ੍ਰੌਪ ਡੈਂਸਿਟੀ ਜਿਹੜੀ ਆਪਣੀ ਫਸਲ ਹੈ ਉਹ ਤੁਸੀਂ ਜ਼ਿਆਦਾ ਨੇੜੇ ਨਹੀਂ ਲਾਉਣੀ ਕਿਉਂਕਿ ਉਹਦੇ ਵਿੱਚ ਬਿਮਾਰੀ ਲੱਗਣ ਦੇ ਜ਼ਿਆਦਾ ਚਾਂਸ ਨੇ ਮਕੈਨਿਕਲ ਮੈਥਡ ਤੁਸੀਂ ਹੱਥਾਂ ਨਾਲ ਪੱਟ ਸਕਦੇ ਹੋ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਇੱਥੋਂ ਖਰਾਬ ਹੋ ਰਿਹਾ ਉਹਨੂੰ ਤੁਸੀਂ ਹੱਥਾਂ ਨਾਲ ਪੱਟ ਕੇ ਬਾਹਰ ਸੁੱਟ ਸਕਦੇ ਹੋ ਖੇਤ 'ਚੋਂ ਮਕੈਨਿਕਲੀ ਬਾਇਓ ਕੰਟਰੋਲ ਆਫ ਪਲਾਂਟ ਡਿਜ਼ੀਜ਼ ਬਾਇਓ ਕੰਟਰੋਲ ਆਫ ਪਲਾਂਟ ਡਿਜ਼ੀਜ਼ ਥਿਸ ਇਜ਼ ਅ ਮੋਸਟ ਕਾਮਨ ਮੈਥਡ सब तो ज़्यादा जो कॉमन मैथड यूज कराया जाता प्लान डिजीज लड़ा है थोड़ा बायो कंट्रोल मतलब बायोलॉजिककल नावअ एज एज अ बायोलॉजिककल कंट्रोल अगेंस्ट मैनी सॉयल बॉर्न डिजीज फंजाई कुछ फंग, फंग फंगा, फंजाई है नाम की है ट्राइकोडरमा हैरजैनम एंड टी वराइड एंड बैक्टीरियम वैसलस सबटाइल्स ये चीज़ा ने फंजाई ट्राइकोडरमा हैजैनम ਐਂਡ ਟੀ ਵਰਾਈਡ ਐਂਡ ਬੈਕਟੀਰੀਅਮ ਬੈਸਿਲਸ ਹੈਵ ਐਂਥੋਗੋਨਿਸਟਿਕ ਪ੍ਰੋਪਰਟੀਆਂ ਐਂਥੋਗੋਨਿਸਟ ਪ੍ਰੋਪਰਟੀਆਂ ਅਗੇਂਸਟ ਮੈਨੀ ਫੰਜਾਈ ਕਾਜ਼ਿੰਗ ਵੈਲਟ ਐਂਡ ਰੌਟ ਜਿਹੜਾ ਵੈਲਟ ਹੁੰਦਾ ਹੈ ਪੱਤੇ ਨੂੰ ਸੁਕਾ ਦਿੰਨੇ ਆ ਜੀ ਐਵੇਂ ਦੀ ਬਿਮਾਰੀਆਂ ਲਈ ਇਹ ਕੁਝ ਫੰਜਾਈ ਨੇ ਠੀਕ ਹੈ ਜੀ ਇਹ ਬਾਇਓਲੋਜੀਕਲ ਆਪਣੀਆਂ ਚੀਜ਼ਾਂ ਨੇ ਜਿਹੜੇ ਕੀ ਕਰਦੇ ਨੇ ਪਲਾਂਟ ਨੂੰ ਉਹ ਬਿਮਾਰੀ ਲੱਗਣ ਤੋਂ ਬਚਾਉਂਦੇ ਨੇ ਤਾਂ ਇਹ ਤੁਸੀਂ ਦੋ ਤਿੰਨ ਨਾਮ ਨੇ ਇਹ ਪਲੀਜ਼ ਯਾਦ ਰੱਖ ਲਿਓ ਠੀਕ ਹੈ ਜੀ ਕੈਮੀਕਲ ਕੰਟਰੋਲ ਕੈਮੀਕਲ ਕਿਹੜੇ ਤਰੀਕੇ ਨਾਲ ਤੁਸੀਂ ਕੰਟਰੋਲ ਕਰ ਸਕਦੇ ਹੋ ਇਹ ਆਪਾਂ ਫੇਰ ਨਹੀਂ ਕਰਨਾ ਤੁਹਾਡੇ ਲਈ ਇਜ਼ੀ ਕਰ ਲਈਏ ਇੱਕ ਫੇਰ ਤੁਹਾਡੇ ਲਈ ਇੱਕ ਹੋਇਆ ਸਲਾਈਡ ਹੈ ਇਹਦੇ ਤੋਂ ਤੁਸੀਂ ਯਾਦ ਕਰ ਸਕਦੇ ਹੋ ਡਿਜ਼ੀਜ਼ਸ ਦੇਖੋ ਡੌਰੀ ਡਾਉਨੀ ਮੈਲਡੀਅੂ ਜਾਂ ਪਾਊਡਰੀ ਮੈਲਫ ਲੀਫ ਸਪੌਟਿੰਗ ਗਿਓਮਨੋਸਿਸ ਕੋਲਰ ਰੌਟ ਸਟੈਮ ਰੌਟ ਇਹਨਾਂ ਲਈ ਕਿਹੜਾ ਫੰਜਾਈਸਾਈਡਸ ਫੰਜਾਈਸਾਈਡਸ ਕੀ ਹੁੰਨੇ ਜਿਹੜੇ ਜਿਹੜੇ ਫੰਗੀ ਵਗੈਰਾ ਫੰਜਾਈ ਵਗੈਰਾ ਆਪਣੀ ਫਸਲ ਨੂੰ ਲੱਗਦੀ ਹੈ ਇਹ ਜਿਹੜੀਆਂ ਇਹ ਆਪਣੇ ਪlant ਨੂੰ ਖਰਾਬ ਕਰਦੀਆਂ ਉਹਨਾਂ ਨੂੰ ਰੋਕਣ ਲਈ ਆਪਾਂ ਫੰਜੀਸਾਈਡ ਯੂਜ਼ ਕਰਦੇ ਹਾਂ ਤੇ ਕਿਹੜੇ-ਕਿਹੜੇ ਨੇ ਕਾਪਰ ਬੇਸਡ ਫੰਜੀਸਾਈਡਸ ਯੂਜ਼ਡ ਹੁੰਦੇ ਆ ਇਹਨਾਂ ਬਿਮਾਰੀਆਂ ਲਈ ਪਾਊਡਰੀ ਮੈਲਡਿਊ ਤੇ ਲੀਫ ਸਪੋਟਿੰਗ ਇਹਨਾਂ ਲਈ ਕਿਹੜਾ ਯੂਜ਼ ਹੁੰਦਾ ਹੈ ਸਲਫਰ ਬੇਸਡ ਫੰਜੀਸਾਈਡਸ ਇੱਕ ਨਾਮ ਹੈ ਡੈਨੋਕੈਪ ਡਾਈਨੋਕੈਪ ਸੀਡ ਬੋਰਨ ਡਿਜ਼ੀਜ਼ ਜਿਹੜੀਆਂ ਸੀਡ ਨੂੰ ਡਿਜ਼ੀਜ਼ ਲੱਗਦੀਆਂ ਬੀਜਾਂ ਨੂੰ ਨਰਸਰੀ ਵਿੱਚ ਠੀਕ ਹੈ ਜੀ ਆਪਾਂ ਪੜਿਆ ਸੀਗਾ ਡੈਂਪਿੰਗ ਆਫ ਤੁਸੀਂ ਸੁਣਿਆ ਹੋਣਾ ਕਾਰਬੈਂਡਾਈਜ਼ਮ ਤੇ কার্বক্সিন এন্ড অক্সাথিন ਤੇ ফাইনালি ਸੋਇਲ ਬੋਰਨ ਇਨਫੈਕਸ਼ਨ ਜਿਹੜੀਆਂ ਹੁੰਦੀਆਂ ਉਹਨਾਂ ਲਈ ਕੀ ਯੂਜ਼ ਹੁੰਦਾ ਹੈ অক্সਾਥিন ਫਾਰਮੈਲਡੀਹਾਈਡਿਡ ਫਾਰਮੈਲਡੀਹਾਈਡਿਡ ਠੀਕ ਹੈ ਜੀ ਸਾਰਿਆਂ ਨੂੰ ਡੀ ਹਾਈਡ ਜਿਹਾ کہہ ਸਕਦੇ ਹੋ ਫਾਰਮਲ ਡੀ ਹਾਈਡ ਤਾਂ ਇਹ ਤੁਹਾਡਾ ਕੀ ਹੈ ਜੀ ਸਾਰਿਆਂ ਨੂੰ ਇਹ ਤੁਹਾਡੀਆਂ ਕੈਮੀਕਲ ਫੰਜਾਈਸਾਈਡਸ ਨੇ ਫੰਜਾਈਸਾਈਡਸ ਕੀ ਹੁੰਨੇ ਜਿਹੜੇ ਫੰਗਾਈ ਵਗੈਰਾ ਲੱਗਦੀ ਹੈ ਫੰਗੀ ਵਗੈਰਾ ਲੱਗਦੀ ਹੈ ਆਪਣੀ ਫਸਲਾਂ ਨੂੰ ਉਹਨਾਂ ਨੂੰ ਰੋਕਣ ਲਈ ਆਪਾਂ ਕੈਮੀਕਲ ਫੰਜਾਈਸਾਈਡ ਯੂਜ਼ ਕਰਦੇ ਆਂ ਕਾਪਰ ਬੇਸਡ ਹੁੰਨੇ ਆ ਸਲਫਰ ਬੇਸਡ ਹੁੰਨੇ ਆ ਤੇ ਬਾਕੀ ਕੁਝ ਨਾਮ ਨੇ ਇਹ ਹੋ ਗਈਆਂ ਤੁਹਾਡੀਆਂ ਏ ਡਿਜ਼ੀਜ਼ਸ ਅੱਗੇ ਪਾਊਡਰੀ ਮੈਲਡਿਊ ਕਿਵੇਂ ਰੋਕਿਆ ਜਾ ਸਕਦਾ ਹੈ ਸੀਡ ਬੋਰਨ ਡਿਜ਼ੀਜ਼ਸ ਕਿਵੇਂ ਰੋਕੀਆਂ ਜਾ ਸਕਦੀਆਂ ਤੇ ਸੋਇਲ ਬੋਰਨ ਇਨਫੈਕਸ਼ਨ ਕਿਵੇਂ ਰੋਕੀਆਂ ਜਾ ਸਕਦੀਆਂ ਅਗੇ ਆ ਗਿਆ ਫੰਜਾਈ ਸਾਈਡਸ ਐਪਲੀਕੇਸ਼ਨ ਫੰਜਾਈ ਸਾਈਡਸ ਕਿਵੇਂ ਤੁਸੀਂ ਲਾਉਂਗੇ ਕਿਵੇਂ ਇਹ ਤੁਸੀਂ ਨਹੀਂ ਕਰਨਾ ਟੌਪਿਕ ਇਹਨੂੰ ਛੱਡ ਦਿਓ ਠੀਕ ਹੈ ਜੀ ਚਲੋ ਆਪਣਾ ਹੁਣ ਇੱਕ ਲਾਸਟ ਟੌਪਿਕ ਹੈ ਵੈਸੇ ਤਾਂ ਵੀਡ ਵੀਡ ਬਾਰੇ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ ਨਹੀਂ ਤਾਂ ਨੈਕਸਟ ਕਲਾਸ ਇਹਨੂੰ ਡਿਸਕਸ ਕਰ ਲਾਂਗੇ ਤੁਹਾਡੇ ਕੋਲ ਆਲਰੇਡੀ ਸਲਾਈਡ ਸਾਰਿਆਂ ਕੋਲ ਗਈਆਂ ਹੋਈਆਂ ਤੁਸੀਂ ਪੜ੍ਹ ਲਿਓ ਕਿਉਂ ਆਪਾਂ ਪੈਂਡਿੰਗ ਰੱਖਣਾ ਹੈ ਵੀਡ ਥੋੜੇ ਕੀ ਹੁੰਨੇ ਆ ਜੀ ਅਨਵਾਂਟਡ ਪਲਾਂਟਸ ਵੀਡ ਥੋੜੇ ਕੀ ਹੁੰਨੇ ਆ ਜੀ ਅਨਵਾਂਟਡ ਪਲਾਂਟਸ ਜਿਨ੍ਹਾਂ ਦੀ ਲੋਡ ਨਹੀਂ ਹੈਗੀ ਐਵੇਂ ਦੇ ਪਲਾਂਟਸ ਉਹਨਾਂ ਨੂੰ ਵੀਡਸ ਕਿਹਾ ਜਾਂਦਾ ਹੈ ਠੀਕ ਹੈ ਜੀ ਵੀਡਸ ਕਿਹਾ ਜਾਂਦਾ ਹੈ ਇਹਦੇ ਵਿੱਚ ਇੰਪੋਰਟੈਂਟ ਤੁਹਾਨੂੰ ਐਗਜ਼ਾਮੀਨਰ ਕੁਐਸਚਨ ਕੀ ਪੁੱਛ ਸਕਦਾ ਹੈ ਇਹ ਦੇਖੋ ਇੱਥੇ ਕਾਮਨ ਵੀਡਸ ਆਫ ਔਰਨਮੈਂਟਲ ਫਲਰਸ ਵੀਡਸ ਕੈਨ ਬੀ ਕਲਾਸੀਫਾਈਡ ਔਨ ਕੋਟਲਡਨ ਐਂਡ ਲਾਈਫ ਸਪੈਨ ਦੋ ਤਰੀਕਿਆਂ ਨਾਲ ਤੁਸੀਂ ਵੀਡਸ ਨੂੰ ਕਲਾਸੀਫਾਈ ਕਰਦੇ ਹੋ ਤੇ ਕੋਟਲਡਨਸ ਕੀ ਹੁੰਦਾ ਹੈ ਕਿ ਜਿਹੜੇ ਉਹ ਵੀਡਸ ਨੇ ਉਹ ਮੋਨੋਕਾਟਸ ਨੇ ਜਾਂ ਡਾਈਕਾਟਸ ਨੇ ਮੋਨੋਕਾਟਸ ਜਾਂ ਫਿਰ ਡਾਈਕਾਟਸ ਇਨਾਂ 'ਚ ਫਰਕ ਕੀ ਹੁੰਦਾ ਹੈ ਜਿਹੜੇ ਮੋਨੋਕਾਟ ਵੀਡਸ ਨੇ ਇਹਨਾਂ ਦੀ ਜਿਹੜੀ ਸਟੈਮ ਹੈ ਉਹ ਅੰਦਰੋਂ ਖਾਲੀ ਹੋਣੀ ਹੈ ਐਵੇਂ ਦੇ ਕੁਝ ਪਲਾਂਟ ਹੁੰਦੇ ਆ ਖੇਤਾਂ 'ਚ ਜਿਨ੍ਹਾਂ ਦੀ ਜਿਹੜੀ ਅੰਦਰੋਂ ਤਣਾ ਹੁੰਦਾ ਜਿਹੜਾ ਉਹ ਅੰਦਰੋਂ ਖਾਲੀ ਹੁੰਦਾ ਬਿਲਕੁਲ ਠੀਕ ਹੈ ਜੀ ਐਵੇਂ ਦੇ ਅਨਵਾਂਟਡ ਪਲਾਂਟ ਹੁੰਦੇ ਆ ਹੋਲੋ ਹੋਗੀ ਸਟੈਮ ਐਂਡ ਰਾਉਂਡ ਹੋਗੀ ਤੇ ਅੱਗੇ ਕੀ ਹੈ ਇਹਨਾਂ ਦੇ ਜਿਹੜੇ ਪੱਤੇ ਹੋਣਗੇ ਲੀਵਜ਼ ਆਰ ਸਿਲਿੰਡਰ ਮਤਲਬ ਪੱਤੇ ਜਿਹੜੇ ਪੱਤੇ ਜਿਹੜੇ ਹੋਣਗੇ ਤਿੱਖੇ ਤਿੱਖੇ ਹੋਣਗੇ ਤੇ ਲੰਬੇ ਹੋਣਗੇ ਮਤਲਬ ਮੋٹے ਪੱਤੇ ਨਹੀਂ ਹੋਣਗੇ ਤਿੱਖੇ ਪੱਤੇ ਹੋਣਗੇ ਜੀ ਲੌਂਗ ਐਂਡ ਹੈਵ ਪੈਰਲਲ ਵੇਇਨਸ ਤੇ ਪੱਤਿਆਂ ਦੇ ਵਿੱਚ ਪ੍ਰੋਪਰ ਇੱਕ ਲਾਈਨ ਚ ਹੀ ਮਤਲਬ ਤੁਹਾਨੂੰ ਦਿਖੂਗਾ ਵੀ ਜਿਵੇਂ ਨਾੜਾਂ ਜੀਆਂ ਟਾਈਪ ਆ ਵੇਇਨਸ ਵਗੈਰਾ ਚੱਲ ਰਹੀਆਂ ਨੇ ਠੀਕ ਹੈ ਜੀ ਤੇ ਅੱਗੇ ਕੀ ਹੈ ਡਾਈਕਾਟ ਡਾਈਕਾਟ ਵੀਡਸ ਕਿਹੜੇ ਹੁੰਦੇ ਆ ਇਟ ਹੈਜ਼ ਅ ਟੈਪ ਰੂਟ ਸਿਸਟਮ ਵਿਦ ਬ੍ਰੌਡ ਲੀਵਜ਼ ਜਿਨ੍ਹਾਂ ਦੇ ਪੱਤੇ ਕਿਵੇਂ ਹੁੰਦੇ ਨੇ ਜੀ ਬ੍ਰੌਡ ਬ੍ਰੌਡ ਲੀਵਜ਼ ਹੁੰਦੇ ਆ ਠੀਕ ਹੈ ਜੀ ਜਿਹੜੀਆਂ ਵੇਇਨਸ ਹੁੰਨੀਆਂ ਲੀਵਜ਼ ਦੇ ਉੱਤੇ ਇਹ ਨੈਟਿਡ ਹੁੰਨੀਆਂ ਕੋਈ ਇੱਧਰ ਨੂੰ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਜਿਵੇਂ ਐਵੇਂ ਪਤਾ ਹੈ ਠੀਕ ਹੈ ਜੀ ਕਿਸੇ ਵੀ ਚੀਜ਼ ਦਾ ਇਹ ਬ੍ਰਾਡ ਹੈ ਨਾ ਪਤਾ ਤਾਂ ਇਹਦੀਆਂ ਜਿਹੜੀਆਂ ਵੇਨਸ ਆ ਕੋਈ ਅਦਰੋਂ ਆ ਰਹੀ ਹੈ ਕੋਈ ਐਵੇਂ 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 ਦਾ ਸਟਰਕਚਰ ਹੋਗਾ ਨੈਟ ਲਾਈਕ ਸਟਰਕਚਰ ਹੋਊਗਾ ਕਲੀਅਰ ਹੈ ਇੱਕ ਲਾਈਨ ਚ ਨਹੀਂ ਹੋਣਗੀਆਂ ਜਿਹੜੇ ਉਹ ਦੂਜੇ ਪੱਤੇ ਹੋਣਗੇ ਐਵੇਂ ਤਿੱਖੇ ਉਹਨਾਂ ਦੀ ਇੱਕ ਲਾਈਨ ਚ ਹੋਣਗੀਆਂ ਐਵੇਂ ਲਾਈਨਾਂ ਉਹਨਾਂ ਦੇ ਉੱਤੇ ਉਹ ਤੁਹਾਡੇ ਹੋ ਗਏ ਮੋਨੋਕਾਟ ਵਿਡਸ ਮੋਨੋਕਾਟ ਵਿਡਸ ਐਨੂਅਲ ਵੀਡਸ ਕੁਝ ਐਗਜ਼ਾਮਪਲ ਆ ਨੇ ਇੱਥੇ ਕੰਕਾਵਾ ਠੀਕ ਹੈ ਜੀ ਬੱਥੂਆ ਇਹ ਵੀ ਤੁਹਾਡਾ ਐਨੂਅਲ ਵੀਡ ਹੈ ਠੀਕ ਹੈ ਜੀ ਉਸ ਤੋਂ ਬਾਅਦ ਹਜ਼ਰ ਦਾਣਾ ਹਜ਼ਰदाना ਇਹ ਵੀ ਤੁਹਾਡਾ ਐਨੂਅਲ ਵੀਡ ਹੈ ਬਿਸਖਾਪਾਰਾ ਬਿਸਖਾਪਾਰਾ ਇਹ ਵੀ ਤੁਹਾਡਾ ਐਨੂਅਲ ਵੀਡ ਹੈ ਜਿਹੜਾ ਹਰੇਕ ਸਾਲ ਹੁੰਦਾ ਹੀ ਹੁੰਦਾ ਕਿਸੇ ਫਸਲਾਂ ਚ ਬਾਈ ਐਨੂਅਲ ਜਿਵੇਂ ਵਾਈਲਡ ਐਨਿਅਨ ਹੋ ਗਿਆ ਜਾਇ ਵੀਡ ਹੋ ਗਿਆ ਤੁਸੀਂ ਜਿਹੜੇ ਸੁਣੇ ਹੁੰਨੇ ਉਹ ਪੈਰੇਨਿਅਲ ਹੈ ਜਿਹੜੇ ਯਾਰ ਬਾਰ ਬਾਰੀ ਹੁੰਦੇ ਰਹਿੰਦੇ ਆ ਕਿਸੇ ਨੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਪਿੰਡਾਂ ਚ ਹੁੰਦਾ ਕਾਂਗਰਸਿਕਾ ਆਪਾਂ ਕਹਿੰਦੇ ਕਾਂਗਰਸਿਕਾ ਇਹ ਠੀਕ ਹੈ ਜੀ ਬਹੁਤ ਜ਼ਿਆਦਾ ਹੋ ਰਿਹਾ ਹੈ ਜਾਂ ਫਿਰ ਦੂਪ ਗਰਾਸ ਹੁੰਦੀ ਹੈ ਜਾਂ ਫਿਰ ਜੌਨਸਨ ਗਰਾਸ ਹੁੰਦਾ ਇਹ ਤੁਹਾਡੇ ਕੀ ਨੇ ਪੈਰੇਨਿਅਲ ਵੀਡਸ ਨੇ ਪੈਰੇਨਿਅਲ ਜਿਹੜੇ ਬਾਰ ਬਾਰੀ ਹੁੰਦੇ ਰਹਿੰ ਠੀਕ ਹੈ ਜੀ ਹੁਣ ਆਪਾਂ ਈਜ਼ੀ ਵੀ ਕਰਨਾ ਤੁਹਾਡੇ ਲਈ ਇਹ ਦੇਖੋ ਫੋਟੋਸ ਬਥੂਆ ਹੈ ਠੀਕ ਹੈ ਜੀ ਕਿਹੜਾ ਹੈ ਐਨੂਅਲ ਵੀਡ ਹੈ ਬਿਸਕਪ ਆ ਰਾਇ ਉਹ ਇਹ ਤੁਹਾਡਾ ਸਾਈਪਰਸ ਹੈ 모থা 모থা ਸੁਣਿਆ ਹੋਣਾ ਪਿੰਡਾਂ 'ਚ ਹੁੰਦਾ 모থা ਇਹ ਇਹਦੇ ਪੱਤੇ ਦੇਖੋ ਪੱਤੇ ਕਿਵੇਂ ਨੇ ਤਿੱਖੇ ਨੇ ਨਾ ਪੱਤੇ ਪੱਤੇ ਕਿਵੇਂ ਨੇ ਤਿੱਖੇ-ਤਿੱਖੇ ਪੱਤੇ ਨੇ ਤਾਂ ਇਹ ਤੁਹਾਡਾ ਕੀ ਹੈ ਮੋਨੋਕਾਟ ਇਹਨੂੰ ਕਿਹੜਾ ਵੀਡ ਕਹਾਂਗੇ ਮੋਨੋਕਾਟ ਵੀਡ ਤੇ ਕਿਹੜਾ ਤੁਹਾਡਾ 모থা ठीक है जी वह की है कंका एवें तो देखो हजरदाना एवें द बूटी देखी होनी है तुम खेतों में ठीक है जी एवें दे पत्त वाली बूटी देखी होनी है खेतों या आह देखे होना जॉनसन ग्रास देखी होनी है हाँ जी समय लग गया या नहीं ये देखो ਅਮੇ ਹੁੰਦਾ ਹੀ ਆਪਣੇ ਖੇਤਾਂ 'ਚ ਮੋਨੋਕਾਟ ਡਾਈਕਾਟ ਐਨੂਅਲ ਬਾਈਐਨਿਅਲ ਤੇ ਪੈਰੇਨਿਅਲ ਯਾਦ ਰੱਖਿਓ ਕਿਹੜੇ-ਕਿਹੜੇ ਆ ਤੁਹਾਨੂੰ ਯਾਦ ਹੋ ਗਏ ਹੋਣੇ ਵੈਸੇ ਠੀਕ ਹੈ ਜੀ ਇੱਕ ਵਾਰ ਪਿੱਛੇ ਸਲਾਈਡ ਤੇ ਜਾਓਗੇ ਤਾਂ ਦੇਖੋ ਥੋੜਾ ਆਈਡੀਆ ਹੋ ਜਾਣਾ ਬਥੂਆ ਹੋ ਗਿਆ ਹਜ਼ਰਦਾਨਾ ਹੋ ਗਿਆ ਵਿਕਸ਼ਪਾਰਾ ਹੋ ਗਿਆ ਇਹ ਕਿੱਥੇ-ਕਿੱਥੇ ਨੇ ਇਹ ਥੋੜਾ ਬਥੂਆ ਹੋ ਗਿਆ ਵਿਕਸ਼ਪਾਰਾ ਹੋ ਗਿਆ ਤੇ ਅੱਗੇ ਵਾਲੀ ਸਲਾਈਡ 'ਚ ਕੀ ਹੈ ਇਹ ਥੋੜਾ ਹਜ਼ਰਦਾਨਾ ਇਹ ਤਿੰਨੇ ਕੀ ਨੇ ਤੁਹਾਡੇ ਐਨੂਅਲ ਨੇ ਪ੍ਰੀਵੈਂਟਿਵ ਮੈਥਡ ਕਿਵੇਂ ਤੁਸੀਂ ਵੀਡਸ ਨੂੰ ਰੋਕ ਸਕਦੇ ਹੋ ਫੈਲਣ ਤੋਂ ਨਾਰਮਲ ਜਿਹੜੇ ਤਰੀਕੇ ਨੇ ਇਰੇਡੀਕੇਸ਼ਨ ਆਫ ਵੀਡਸ ਕੰਟਰੋਲ ਆਫ ਵੀਡਸ ਮੋਇੰਗ ਦਾ ਵੀਡ ਮੋਇੰਗ ਕੀ ਹੁੰਦਾ ਜਿਵੇਂ ਘਰਾਂ ਚ ਲੋਕਾਂ ਨੇ ਲਾਉਨ ਵਗੈਰਾ ਹੁੰਦਾ ਹੈ ਗਾਰਡਨ ਬਣਾਇਆ ਹੁੰਦਾ ਤਾਂ ਉਹ ਕੱਟਦੇ ਰਹਿੰਦੇ ਨੇ ਨਾ ਉੱਪਰ ਉੱਪਰ ਕੱਖ ਹੋ ਜਾਂਦਾ ਤੇ ਉਹਨੂੰ ਪਰੋਂ ਪਰੋਂ ਵੱਢਦੇ ਰਹਿੰਦੇ ਉਹਨੂੰ ਮੋਇੰਗ ਕਹਿੰਦੇ ਆ ਮੋਇੰਗ ਕਹਿੰਦੇ ਆ ਨੂੰ ਕਲੀਅਰ ਹੈ ਮਲਚਿੰਗ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਹੋਇਆ ਵੀ ਆਪਾਂ ਜਿਖਣਾ ਖੇਤੀ ਕਰਦੇ ਆ ਮੰਨ ਲਓ ਆਪਾਂ ਪਿਆਜ਼ ਲਾਇਆ ਹੋਇਆ ਲਸਣ ਲਾਇਆ ਹੋਇਆ ਬੀਜਿਆ ਹੋਇਆ ਤਾਂ ਉਹਦੇ ਵਿੱਚ ਪਰਾਲੀ ਵ ਤਾਂ ਕਿ ਉਹਦੇ ਵਿੱਚ ਕਿਹਾ ਹੋਇਆ ਵਾ ਇੱਕ ਤਾਂ ਸੋਇਲ ਦਾ ਮੋਇਸਚਰ ਰਿਟੇਨ ਰਹੇ ਤੇ ਦੂਜਾ ਅਨਵਾਂਟਡ ਪਲਾਂਟ ਨਾ ਹੋਣ ਜਿਹੜੀ ਉਹਨਾਂ ਦੇ ਵਿੱਚ ਜਗ੍ਹਾ ਹੁੰਦੀ ਹੈ ਉਹਨੂੰ ਮਲਚਿੰਗ ਕਹਿ ਦਿੰਨੇ ਆ ਹੋਈ ਕੀ ਹੁੰਦਾ ਹੈ ਹੋਈ ਦਾ ਮਤਲਬ ਉਹਨੂੰ ਪੱਟਦੇ ਰਹਿਣਾ ਗੁੱਡਦੇ ਰਹਿਣਾ ਜਾਂ ਕਹਿ ਸਕਦੇ ਹਾਂ ਹੈਂਡ ਵੀਡਿੰਗ ਠੀਕ ਹੈ ਜੀ ਹੈਂਡ ਵੀਡਿੰਗ ਇਸ ਡਨ ਬਾਈ ਪੁੱਲਿੰਗ ਆਊਟ ਵੀਡਸ ਇਹ ਐਨੂਅਲ ਤੇ ਬਾਈ ਐਨੂਅਲ ਲਈ ਕਰੀ ਜਾ ਸਕਦੀ ਹੈ ਜਿਹੜੇ ਇੱਕ ਵਾਰ ਹੁੰਨੇ ਆ ਜਾਂ ਦੋ ਵਾਰ ਹੁੰਨੇ ਆ ਜਿਨ੍ਹਾਂ ਨੇ ਬਾਰ-ਬਾਰ ਹੋਣਾ ਉਹਨਾਂ ਲਈ ਥੋੜੀ ਤੁਸੀਂ ਬਾਰ-ਬਾਰ ਪੱਟਦੇ ਰਹੋਗੇ ਕਲਚਰਲ ਮੈਥਡ ਜਿਵੇਂ ਕ੍ਰੌਪ ਰੋਟੇਸ਼ਨ ਇੰਟਰ ਕ ਇਹ ਤੁਹਾਡੇ ਨਾਰਮਲੀ ਚੀਜ਼ਾਂ ਨੇ ਕ੍ਰੌਪ ਰੋਟੇਸ਼ਨ ਕਰਦੇ ਰਹੋ ਇੰਟਰ ਕ੍ਰੌਪਿੰਗ ਕਰਦੇ ਰਹੋ ਟਰਾਂਸਪਲੈਂਟਿੰਗ ਕਰਦੇ ਰਹੋ ਸੋਇਲ ਸਲਰਾਈਜੇਸ਼ਨ ਮਤਲਬ ਉਹਨੂੰ ਤੋ ਪਲਵਾਉਂਦੇ ਰਹੋ ਇਹ ਤੁਹਾਡੇ ਬਾਇਓਲੋਜੀਕਲ ਤਰੀਕੇ ਨੇ ਫੰਗਾਈ ਕਿਵੇਂ ਉਹਨਾਂ ਨਾਲ ਰੋਕਿਆ ਜਾ ਸਕਦਾ ਹੈ ਇਹਨਾਂ ਨੂੰ ਹਰਬੀਸਾਈਡਸ ਹਰਬੀਸਾਈਡਸ ਕੀ ਚੀਜ਼ ਹੁੰਦੀ ਹੈ ਜੀ ਹਰਬੀਸਾਈਡ ਕੀ ਚੀਜ਼ ਹੁੰਦੀ ਹੈ ਜਿਹੜੇ ਤੁਹਾਡੇ ਵੀਡਸ ਨੂੰ ਕੰਟਰੋਲ ਕਰਦੇ ਆ ਜਿਹੜੇ ਤੁਹਾਡੇ ਵੀਡਸ ਨੂੰ ਕੰਟਰੋਲ ਕਰਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਰਬੀਸਾਈਡਸ ਦੋ ਚੀਜ਼ਾਂ ਯਾਦ ਰੱਖਿਓ ਇੱਕ ਉਹਨੇ ਸਿਲੈਕਟਿਵ ਤੇ ਦੂਜੇ ਉਹਨੇ ਨਾਨ ਸਿਲੈਕਟਿਵ ਜਿਹੜੇ ਸਿਲੈਕਟਿਵ ਹਰਬੀਸਾਈਡਸ ਨੇ ਇਹ ਹੁੰਨੇ ਆ ਮੰਨ ਲਓ ਤੁਸੀਂ ਖੇਤ ਚ ਪਾਇਆ ਤੁਸੀਂ ਖੇਤ ਚ ਕੋਈ ਚੀਜ਼ ਪਾਈ ਠੀਕ ਹੈ ਜੀ ਕੋਈ ਸਪਰੇਅ ਕਰੀ ਜਾਂ ਕੁਝ ਕਰਿਆ ਇਹਨੇ ਸਿੱਧਾ ਤੁਹਾਡਾ ਇਫੈਕਟ ਕਿਨੂੰ ਕਰਨਾ ਹੈ ਜਿਹੜਾ ਤੁਹਾਡਾ ਅਨਵਾਂਟਡ ਪਲਾਂਟਸ ਹੈ ਜਿਵੇਂ ਕਣਕ ਵਿੱਚ ਕੀ ਹੁੰਦਾ ਗੁੱਲੀ ਡੰਡੇ ਦੀ ਸਪਰੇਅ ਹੁੰਦੀ ਹੈ ਤਾਂ ਉਹਦੇ ਨਾਲ ਆਪਣਾ ਕਣਕ ਤਾਂ ਨਹੀਂ ਖਰਾਬ ਹੁੰਦੀ ਤਾਂ ਉਹ ਚੀਜ਼ ਕੀ ਹੈ ਤੁਹਾਡਾ ਸਿਲੈਕਟਿਵ ਹਰਬੀਸਾਈਡ ਸਿਲੈਕਟਿਵ ਹਰਬੀਸਾਈਡ ਜੇ ਜਿਵੇਂ ਨਾਨ ਸਿਲੈਕਟਿਵ ਵਿੱਚ ਕੀ ਆ ਗਿਆ ਰਾਉਂਡ ਅਪ ਸੁਣੀ ਹੋਣੀ ਆ ਤੁਸੀਂ ਪਿੰਡਾਂ 'ਚ ਆਪਾਂ ਨਾਮ ਲੰਨੇ ਆ ਰਾਉਂਡ ਅਪ ਹੁਣ ਰਾਉਂਡ ਅਪ ਦਾ ਕੰਮ ਕੀ ਹੈ ਨਾਨ ਸਿਲੈਕਟਿਵ ਹੈ ਉਹਨੂੰ ਨਹੀਂ ਪਤਾ ਵੀ ਇਹ ਕਣਕੇ ਖੜੀ ਹੈ ਜਾਂ ਕੱਖ ਖੜਾ ਹੈ ਉਹਨੇ ਤਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਦੇਣਾ ਉਹ ਤੁਹਾਡੇ ਕੀ ਹੁੰਨੇ ਆ ਨਾਨ ਸਿਲੈਕਟਿਵ ਹਰਬੀਸਾਈਡਸ ਸਮਝ ਲੱਗ ਗਿਆ ਜੀ ਇਹ ਕੁਝ ਐਗਜ਼ੈਂਪਲ ਆ ਨੇ ਇੱਥੇ ਤੁਹਾਡੀਆਂ ਹਰਬੀਸਾਈਡਸ ਦੀਆਂ ਪੈਂਡੂਲਮ ਸਰਫਲਾਨ ਸਰਫਲਾਨ ਟ੍ਰੈਫਲਾਨ ਇਟਸੈਟਰਾ ਇਹ ਤੁਹਾਡੀਆਂ ਬ੍ਰਾਡ ਲੀਫਡ ਜਿਹੜੇ ਵੀਡਸ ਨੇ ਉਹਨਾਂ ਨੂੰ ਖਤਮ ਕਰਦੇ ਆ ਮਤਲਬ ਇਹ ਤੁਹਾਡੇ ਮੋਨੋਕਾਟ ਲਈ ਹੈ ਪੈਂਡੂਲਮ ਸਰਫਲਾਨ ਤੇ ਟ੍ਰੈਫਲਨ ਇਹ ਇਹਨੇ ਮੋਨੋਕਾਟ ਨੂੰ ਕੁਝ ਨਹੀਂ ਕਰਨਾ ਡਾਈਕਾਟ ਲਈ ਹੈ ਇਹ ਮੋਨੋਕਾਟ ਨੂੰ ਇਹਨੇ ਕੁਝ ਨਹੀਂ ਕਰਨਾ ਫਲੂਸ ਫੂਸੀਲੈਡ ਠੀਕ ਹੈ ਜੀ ਫੂਸੀਲੈਡ ਕੀ ਹੈ ਕੰਟਰੋਲ ਮੋਨੋਕਾਟ ਵੀਡਸ ਐਂਡ ਨਾਟ ਬ੍ਰਾਡ ਲੀਫਡ ਕਲੀਅਰ ਹੈ ਜੀ ਨਾਨ ਸਿਲੈਕਟਿਵ ਦਾ ਤੁਹਾਡੇ ਜਿਵੇਂ ਡਕੈਟ ਹੋ ਗਈ ਗਲਾਈਫੋਸੇਟ ਹੋ ਗਿਆ ਠੀਕ ਹੈ ਜੀ ਇਹ ਤੁਹਾਡੇ ਕੀ ਨੇ ਨਾਨ ਸਿਲੈਕਟਿਵ ਜਿਨ੍ਹਾਂ ਨੂੰ ਪਤਾ ਨਹੀਂ ਵੀ ਕਿਹੜੀ ਫਸਲ ਨੂੰ ਅਸੀਂ ਰੱਖਣਾ ਹੈ ਤੇ ਕਿਹੜੀ ਨੂੰ ਖਤਮ ਕਰਨਾ ਹੈ ਦੋ ਤਰ੍ਹਾਂ ਦੇ ਹੁੰਨੇ ਆ ਇੱਕ ਉਹਨੇ ਪ੍ਰੀ ਪਲਾਂਟ ਮਤਲਬ ਆਪਾਂ ਫਸਲ ਲਾਉਣ ਤੋਂ ਪਹਿਲਾਂ ਮਿੱਟੀ 'ਚ ਮਲਾਤਾ ਇਹਦੇ ਵਿੱਚ ਤੁਸੀਂ ਦੋਨੇ ਵਰਤ ਸਕਦੇ ਹੋ ਸਿਲੈਕਟਿਵ ਵੀ ਤੇ ਨਾਨ ਸਿਲੈਕਟਿਵ ਵੀ ਕਿਉਂਕਿ ਆਪਾਂ ਫਸਲ ਲਾਉਣ ਤੋਂ ਪਹਿਲਾਂ ਲਾ ਰਹੇ ਹਾਂ ਫਸਲ ਲਾਉਣ ਤੋਂ ਪਹਿਲਾਂ ਆਪਾਂ ਸਪਰੇਅ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਇਹਨਾਂ ਵਿੱਚ ਦੋਨੇ ਚੀਜ਼ਾਂ ਯੂਜ਼ ਹੋ ਸਕਦੀਆਂ ਪ੍ਰੀ ਪਲਾਂਟ ਹਰਬੀਸਾਈਡ ਵਿੱਚ ਸਿਲੈਕਟਿਵ ਵੀ ਤੇ ਨਾਨ ਸਿਲੈਕਟਿਵ ਵੀ ਆਥਲਿਕ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ ਦੇਖ ਲਿਓ ਪ੍ਰ ਜਦੋਂ ਆਪਣਾ ਬੂਟਾ ਮਤਲਬ ਸ਼ੁਰੂ ਹੋ ਗਿਆ ਪlant ਹੋਣਾ ਸ਼ੁਰੂ ਹੋ ਗਿਆ ਪ੍ਰੀ ਇਮਰਜੈਂਸ ਉਦੋਂ ਥੋੜਾ ਜਿਹਾ ਪਹਿਲਾਂ these are applied to the soil immediately after sowing ਬੀਜਣ ਤੋਂ ਬਾਅਦ ਇੱਕਦਮ ਆਪਾਂ ਅਪਲਾਈ ਕਰ ਦਨੇ ਆ ਠੀਕ ਹੈ ਜੀ ਇੱਕਦਮ ਆਪਾਂ ਅਪਲਾਈ ਕਰ ਦਨੇ ਆ ਬਟ ਉਗਣ ਤੋਂ ਪਹਿਲਾਂ ਬੀਜਣ ਤੋਂ ਬਾਅਦ ਤੇ ਉਗਣ ਤੋਂ ਪਹਿਲਾਂ ਇੱਕੋਦਮ ਆਪਾਂ ਅਪਲਾਈ ਕਰ ਦਨੇ ਆ ਜੀ ਇਹ ਤੁਹਾਡਾ ਕੀ ਹੋਣਾ ਚਾਹੀਦਾ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਵੀ ਸਿਰਫ ਆਪਾਂ ਸਿਲੈਕਟਿਵ ਹੀ ਯੂਜ਼ ਕਰਨੇ ਆ ਠੀਕ ਹੈ ਨਾਨ ਸਿਲੈਕਟਿਵ ਨਹੀਂ ਤੇ ਪੋਸਟ ਇਮਰਜੈਂਸ ਪੋਸਟ ਇਮਰਜੈਂਸ ਮਤਲਬ ਜਦੋਂ ਬੂਟਾ ਹੋ ਗਿਆ ਉਸ ਤੋਂ ਬਾਅਦ ਉਹ ਹੋਗੇ ਤੁਹਾਡੇ ਪੋਸਟ ਇਮਰਜੈਂਸ ਐਪਲੀਕੇਸ਼ਨ ਹੈ ਮਤਲਬ ਇਹਨਾਂ ਨੂੰ ਕਿਵੇਂ ਲਾਇਆ ਜਾਂਦਾ ਹੈ ਸਪਰੇਹਾ ਹੁੰਨੀ ਹੈ ਇਹਨਾਂ ਦੀਆਂ ਜਾਂ ਕਿਵੇਂ ਇਹਨਾਂ ਨੂੰ ਪਾਣੀ ਚ ਮਿਲਾ ਕੇ ਕਰਿਆ ਜਾਂਦਾ ਹੈ ਉਹ ਚੀਜ਼ਾਂ ਨੇ ਅੱਗੇ ਥੋੜੇ ਇੰਪੋਰਟੈਂਟ ਫੈਕਟਸ ਆ ਗਏ ਠੀਕ ਹੈ ਜੀ ਇਹ ਥੋੜਾ ਅੱਜ ਦਾ ਲੈਕਚਰ ਸੀਗਾ ਕਲੀਅਰ ਹੈ ਜੀ ਸਾਰਿਆਂ ਨੂੰ ਥੋੜਾ ਜਿਹਾ ਲੈਕਚਰ ਅੱਜ ਟਫ ਸੀਗਾ ਤੇ ਤੁਹਾਨੂੰ ਬੋਰਿੰਗ ਵੀ ਲੱਗਿਆ ਹੋਣਾ ਮੈਨੂੰ ਪਤਾ ਕਿਉਂਕਿ ਮੈਂ ਆ ਪੜਾ ਰਿਹਾ ਮੈਨੂੰ ਪਤਾ ਹੈ ਵੀ ਕਿਹੜਾ ਲੈਕਚਰ ਇੰਟਰਸਟਿੰਗ ਹੈ ਤੇ ਕਿਹੜਾ ਬੋਰਿੰਗ ਹੈ ਕਿਉਂਕਿ ਅੱਜ ਦੇ ਚੀਜ਼ਾਂ ਵਿੱਚ ਆਪਾਂ ਨੂੰ ਯਾਦ ਰੱਖਣੇ ਵਾਲੀਆਂ ਚੀਜ਼ਾਂ ਬਹੁਤ ਸੀਗੀਆਂ ਸਮਝਣੇ ਵਾਲੀਆਂ ਘੱਟ ਵੀ ਇਹ ਐਵੇਂ ਇਸ ਲੈਕਚਰ ਨੂੰ ਜ਼ਿਆਦਾ ਟਾਈਮ ਨਹੀਂ ਦੇਣਾ ਇਸ ਲੈਕਚਰ ਨੂੰ ਇੱਕ ਵਾਰ ਸੁਣਨਾ ਜੇ ਸੁਣ ਲਿਆ ਤੁਸੀਂ ਤਾਂ ਸਿਰਫ ਇਹਦੇ ਇੱਕ ਵਾਰ ਨੋਟਸ ਦੇਖ ਲੈਣਾ ਵੀ ਅੱਛਾ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਇੰਪੋਰਟੈਂਟ ਲੱਗੀਆਂ ਸਿਰਫ ਉਹੀ ਚੀਜ਼ਾਂ ਦੇ ਧਿਆਨ ਦੇਣਾ ਜੋ ਆਪਾਂ ਡਿਸਕਸ ਕਰੀਏ ਸਿਲੇਬਸ ਆਪਣਾ ਥੋੜਾ ਨਹੀਂ ਥੋੜਾ ਹੀ ਰਹਿ ਗਿਆ ਇੱਕ ਤੁਹਾਨੂੰ ਮੈਂ ਐਮਐਸਪੀ ਬਾਰੇ ਸਮਝਾਉਣਾ ਤੇ ਇੱਕ ਬਿਲਜ਼ ਬਾਰੇ ਤੇ ਇੱਕ ਟੌਪਿਕ ਆਪਣਾ ਲੈਂਡ ਮੈਜ਼ਰਮੈਂਟ ਹੈ ਟਿੱਲੇ ਜਿ ਮੈਂ ਟੌਪਿਕ ਤੁਹਾਨੂੰ ਨਹੀਂ ਆਪਾਂ ਡਿਸਕਸ ਕਰਿਆ ਵੀ ਵਹਾਈ ਕਿਵੇਂ ਹੁੰਦੀ ਹੈ ਇਹ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਮੈਨੂੰ ਲੱਗਦਾ ਨਹੀਂ ਉਹਦੇ ਤੇ ਕੁਐਸਚਨ ਆਊਗਾ ਕਿਸੇ ਨੇ ਕੁਝ ਹੋਰ ਕਹਿਣਾ ਹੈ ਜੀ ਜਿਹਨੂੰ ਲੱਗਦਾ ਹੋਵੇ ਕੁਝ ਰਹਿ ਗਿਆ ਟਾਪਿਕ ਆਪਣਾ ਕਿਉਂਕਿ ਮੈਂ ਐਮਐਸਪੀ ਡਿਸਕਸ ਕਰਨਾ ਹੈ ਤੇ ਮੈਂ A1 F1 ਆ ਚੀਜ਼ਾਂ ਸਾਰੀਆਂ ਡਿਸਕਸ ਕਰੂੰਗਾ ਉਹਦੇ ਵਿੱਚ ਹਾਂਜੀ ਕੋਈ ਜੇਨ ਲੱਗਦਾ ਹੋਵੇ ਵੀ ਸਾਰੇ ਇਹ ਟਾਪਿਕ ਆਪਣਾ ਮਿਸ ਆਇਓ ਪਲੀਜ਼ ਦੱਸ ਸਕਦਾ ਹੈ ਹਾਰਡਲੀ ਇੱਕ ਜਾਂ ਦੋ ਕਲਾਸਾਂ ਹੋਰ ਹੋਣਗੀਆਂ ਤੁਹਾਡੀਆਂ ਹਾਂਜੀ ਪਲੀਜ਼ ਕਿਸ ਨੂੰ ਹਾਂਜੀ ਵਨ ਲਾਈਨ ਯਰ ਤੁਹਾਨੂੰ ਸਾਰੇ ਨੋਟਸ ਜਿਹੜੇ ਮੈਂ ਪ੍ਰੋਵਾਈਡ ਕੀਤੇ ਨੇ ਤੁਸੀਂ ਇਹਨਾਂ ਨੂੰ ਪੜੋ ਜੇ ਤੁਹਾਨੂੰ ਕੋਈ ਡਾਊਟ ਆਉਂਦਾ ਹੈ ਤਾਂ ਤੁਸੀਂ ਇੱਕ ਵਾਰ ਕੰਸਲਟ ਕਰ ਲਿਓ ਨੈਕਸਟ ਕਲਾਸ ਵਿੱਚ ਆਪਾਂ ਤਾਂ ਹੀ ਤੁਹਾਨੂੰ ਇਹ ਪਹਿਲਾਂ ਹੀ ਦੇਤਾ ਠੀਕ ਹੈ ਜੀ ਦੀਪ ਗੋਇਲ ਜੀ ਪ੍ਰੋਵਾਈਡ ਕਰਵਾ ਦੇ ਦਿੱਤੇ ਨੇ ਤੁਹਾਨੂੰ ਆ ਦੇਖੋ ਇਹਦੇ ਵਿੱਚ ਜੇ ਤੁਸੀਂ ਅੱਗੇ ਜਾਓਗੇ ਤੁਹਾਨੂੰ ਵਨ ਲਾਈਨ ਯਰ ਮਿਲਣੇ ਨੇ ਇੱਥੇ ਇਹ ਸਾਰੇ ਵਨ ਲਾਈਨ ਯਰ ਹੀ ਨੇ ਇਹ ਸਾਰਾ ਕੁਝ ਵਨ ਲਾਈਨ ਯਰ ਹੀ ਹੈ ਇੰਪੋਰਟੈਂਟ টারਮਸ ਹੋ ਗਈਆਂ ਇਹ ਸਾਰਾ ਵਨ ਲਾਈਨਰ ਹੀ ਹੁੰਦਾ ਜੀ ਠੀਕ ਹੈ ਜੀ ਆ ਦੇਖੋ ਅੱਗੇ ਤੁਹਾਡੇ ਫੇਮਸ ਨੇਮਸ ਆਫ ਦਾ ਕ੍ਰੌਪਸ ਕਿੰਗ ਆਫ ਐਰਿਡ ਐਂਡ ਸੈਮੀ ਐਰਿਡ ਫਰੂਟਸ ਬੇਰ ਬੇਰ ਨੂੰ ਕਿਹਾ ਜਾਂਦਾ ਐਗਰੀਕਲਚਰ ਰਿਸਰਚ ਸੈਂਟਰਸ ਇਨ ਇੰਡੀਆ ਸੈਂਟਰਲ ਐਰਿਡ ਜ਼ੋਨ ਰਿਸਰਚ ਇੰਸਟੀਟਿਊਟ ਰਾਜਸਥਾਨ ਸੈਂਟਰਲ ਫੂਡ ਟੈਕਨੋਲੋਜੀਕਲ ਰਿਸਰਚ ਇੰਸਟੀਟਿਊਟ ਮਸੂਰ ਸੈਂਟਰਲ ਇਨਲੈਂਡ ਫਿਸ਼ਰੀ ਰਿਸਰਚ ਇੰਸਟੀਟਿਊਟ ਵੈਸਟ ਬੰਗਾਲ ਇਹ ਦੇਖੋ ਜੀ ਤੁਹਾਡੇ ਸਾਰੇ ਰਿਸਰਚ ਸੈਂਟਰ ਨੇ ਠੀਕ ਹੈ ਜੀ ਕਲੀਅਰ ਹੈ ਤਾਂ ਇਹ ਵਨ ਲਾਈਨ ਇਅਰ ਆਪਾਂ ਸਾਰੇ ਆਲਰੇਡੀ ਤੁਹਾਨੂੰ ਪ੍ਰੋਵਾਈਡ ਕਰਿਆ ਜੀ ਕੁਲਵਿੰਦਰ ਦੇਖੋ ਵੈਰਾਈਟੀਆਂ ਦਾ ਜੇ ਕੁਐਸਚਨ ਆ ਗਿਆ ਨਾ ਕਿਉਂਕਿ ਇੰਨੀਆਂ ਜ਼ਿਆਦਾ ਵੈਰਾਈਟੀਆਂ ਨੇ ਆਪਾਂ ਥੋੜੀਆਂ ਤਾਂ ਕਵਰ ਕਰ ਸਕਦੇ ਹਾਂ ਬਟ ਆਪਾਂ ਜ਼ਿਆਦਾ ਨਹੀਂ ਜਿਆਦਾ ਹੋਈ ਨਹੀਂ ਸਕਦੇ ਕਿਉਂਕਿ ਬਹੁਤ ਜ਼ਿਆਦਾ ਅਜਲੀ ਡੇਟ ਚ ਵੈਰਾਈਟੀਆਂ ਨੇ ਆਪਾਂ ਕਿਵੇਂ ਕਿਵੇਂ ਉਹਨਾਂ ਨੂੰ ਡਿਸਕਸ ਕਰਾਂਗੇ ਇੱਕ ਵਾਰ ਮੈਂ ਤੁਹਾਨੂੰ ਛੋਟਾ ਜਿਹਾ ਦੱਸਿਆ ਸੀਗਾ ਵੀਟ ਤੇ ਰਾਈਸ ਦੀਆਂ ਵੈਰਾਈਟੀਆਂ ਮੈਂ ਤੁਹਾਨੂੰ ਲਿਖਾਈਆਂ ਸੀਗੀਆਂ ਜੇ ਤੁਸੀਂ ਕੱਲ ਦੀ ਕਲਾਸ ਯਾਦ ਕਰੋ ਮੈਂ ਤੁਹਾਨੂੰ ਥੋੜਾ ਜਿਹਾ ਦੱਸਿਆ ਸੀਗਾ ਵੀ ਕਿਹੜੀਆਂ ਮੌਨਸੂਨ ਵੈਰਾਈਟੀਆਂ ਨੇ ਕਿਹੜੀਆਂ ਕਿਹੜੀਆਂ ਨੇ ਵੀਟ ਆਰ ਰਾਈਸ ਤੇ ਹੀ ਮੇਜਰ ਪੁੱਛ ਸਕਦੇ ਨੇ ਕਿਉਂਕਿ ਪੰਜਾਬ ਚ ਮੋਸਟਲੀ ਉਹੀ ਹੁੰਦਾ ਹੈ ਠੀਕ ਹੈ ਜੀ ਤੁਹਾਨੂੰ ਸਾਰਾ ਕੁਝ ਆਲਰੇਡੀ ਸ਼ੇਅਰ ਹੋ ਚੁੱਕਿਆ ਜੀ ਤੁਹਾਡੇ ਡਿਸਕ੍ਰਿਪਸ਼ਨ ਵਿੱਚ ਤੁਹਾਡੇ ਸਾਰੀਆਂ ਪੀਡੀਐਫ ਵਗੈਰਾ ਪ੍ਰੋਵਾਈਡ ਹੋ ਗਿਆ ਲਿੰਕ ਪ੍ਰੋਵਾਈਡ ਹੋ ਗਏ ਤੁਸੀਂ ਆਪਣਾ ਹੁਣ ਆਪਣੀ ਥੋੜੀ ਮਿਹਨਤ ਰਹਿ ਗਈ ਹੈ ਕਲੀਅਰ ਹੈ ਚੀਜ਼ ਅਸੀਂ ਆਪਣਾ ਜਿੰਨਾ ਐਫਰਟ ਕਰਦੇ ਸੀਗੇ ਤੁਹਾਡੇ ਲਈ ਕੀਤਾ ਤੇ ਹੁਣ ਥੋੜੀ ਮਿਹਨਤ ਹੈ ਕਲੀਅਰ ਹੈ ਹੁਣ ਥੋੜੀ ਮਿਹਨਤ ਹੈ ਤਾਂ ਤੁਹਾਡਾ ਕੀ ਫਰਜ਼ ਬਣਦਾ ਵੀ ਕਲੀਅਰ ਕਰਨਾ ਕਲੀਅਰ ਹੈ ਜੀ ਸਾਰਿਆਂ ਦਾ ਸਮਝ ਲੱਗ ਰਹੀ ਹੈ ਸਾਰਿਆਂ ਨੂੰ ਤੁਸੀਂ ਹੁਣ ਆਪਣੀ ਮਿਹਨਤ ਕਰਨੀ ਹੈ ਤੇ ਕਲੀਅਰ ਕਰਨਾ ਹੈ ਪੇਪਰ ਇਕ ਨਾ ਮੈਗਨਮ ਨੇ ਲਿਖਿਆ ਜਿਵੇਂ ਚਲੋ ਸੋਨਾਲਿਕਾ ਟਰੈਕਟਰ ਬਾਰੇ ਲਿਖਤਾ ਵੈਸੇ ਆਪਣਾ ਇਕ ਨਾ ਐਗਰੋ ਬੇਸਡ ਇੰਡਸਟਰੀਜ਼ ਨੇ ਪੰਜਾਬ ਦੀਆਂ ਜਿਵੇਂ ਨੈਸਲੇ ਹੋ ਗਿਆ ਸੋਨਾਲਿਕਾ ਕਿੱਥੇ ਹੈ ਮਹਿੰਦਰਾ ਏਜੰਟ ਕਿੱਥੇ ਹੈ ਨਾ ਇਹ ਸਾਰੀਆਂ ਐਗਰੀਕਲਚਰ ਬੇਸਡ ਇੰਡਸਟਰੀਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਤਾਂ ਦੇਖ ਲਿਓ ਨਹੀਂ ਤਾਂ ਕੱਲ ਕਲਾਸ 'ਚ ਮੈਨੂੰ ਟਾਈਮ ਲੱਗਿਆ ਤਾਂ ਮੈਂ ਹੀ ਦੱਸ ਦੂੰਗਾ ਇਹ ਓਕੇ ਜੀ एवरीवन थैंक थैंक यू ਜੀ